सतनाम श्री वाहिगुरु साहिब जी दंडौत बंदन अनेक बार सर्व कला समरथ डोलन ते राखो प्रभु नानक दे कर हाथ फिरत फिरत प्रभ आया परया तो शरणाए नानक की प्रभ बेनती अपनी भगती लाए वाहे गुरु वाहे
ਵਾਹਿਗੁਰੂ ਗੁੰਜੀ ਵਾਲਾ ਜਾਂਦਾ ਸਰ ਮਨ ਵਿੱਚ ਸਤਿਗੁਰ ਕੈ ਪਾਸ 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 ਤਿਸ ਸੇਵਕ ਕੇ ਕਾਰਜ ਰਾਸ ਤਿਸ ਸੇਵਕ ਕੇ ਕਾਰਜ ਰਾਸ ਮਨ ਵਿੱਚ ਸਤਿਗੁਰ ਕੈ ਪਾਸ ਸਤਿਗੁਰ ਕੈ ਪਾਸ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਸੇਵਕ ਕੇ ਕਾਰਜ ਰਾਸ ਮਨ ਵਿੱਚ ਸਤਿਗੁਰ ਕੈ ਪਾਸ ਮਨ ਵਿੱਚ ਸਤਿਗੁਰ ਕੈ ਪਾਸ ਕਸ਼ਨ ਜਨਾਵੇ ਹਰ ਹਰ ਨਾਮ ਹਿਰਦੈ ਸਦ ਧਿਆਵੇ ਹਰ ਹਰ ਨਾਮ ਹਿਰਦੈ ਸਦ ਧਿਆਵੇ ਤਿਸ ਸੇਵਕ ਕੇ ਕਾਰਜ ਰਾਸ ਸੇਵਕ ਕੀ ਕਾਰਜ ਰਾਸ ਮਨ ਵਿੱਚ ਸਤਿਗੁਰ ਕੈ ਪਾਸ ਮਨ ਵਿੱਚ ਸਤਿਗੁਰ ਕੈ ਪਾਸ ਮਨ ਵਿੱਚ ਸਤਿਗੁਰ ਕੈ ਸਤਿਗੁਰ ਕੈ ਪਾਸ ਸੇਵਾ ਕਰਤ ਹੋਏ ਨਿਹਕਾਮੀ ਸੇਵਾ ਕਰਤ ਹੋਏ ਨਿਹਕਾਮੀ ਇਸ ਕਹੋ ਪ੍ਰਾਪਤ ਸਵਾਮੀ ਇਸ ਕਹੋਤ ਪ੍ਰਾਪਤ ਸਵਾਮੀ ਇਸ ਸੇਵਕ ਕੇ ਕਾਰਜ ਰਾਸ ਇਸ ਸੇ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਸੁਸ਼ੋਭਿਤ ਗੁਰੂ ਪਿਆਰੇ ਸਤਸੰਗੀ ਜਨੋਂ ਬੜਭਾਗੇ ਹਾਂ, ਸਤਸੰਗਤ ਦੇ ਮਹਾਨ ਤੀਰਥ 'ਤੇ ਪਹੁੰਚੇ ਹਾਂ। ਆਪਣੀਆਂ ਸੁਰਤੀਆਂ ਨੂੰ ਇਕਾਗਰ ਰੱਖਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ। ਪ੍ਰੇਮ ਅਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ। ਸੁਖਮਨੀ ਸਾਹਿਬ ਦੀ ਬਾਣੀ ਵਿੱਚੋਂ ਇੱਕ ਪਦੇ ਦਾ ਗਾਇਨ ਆਪਾਂ ਕੀਤਾ ਹੈ। ਪਹਿਲਾਂ ਗੁਰਬਾਣੀ ਦੀ ਵਿਚਾਰ ਕਰਾਂਗੇ, ਉਸ ਤੋਂ ਬਾਅਦ ਦਸਮੇਸ਼ ਪਿਤਾ ਜੀ ਦੇ ਜੀਵਨ ਇਤਿਹਾਸ ਵਿੱਚੋਂ ਕੁਝ ਵਿਚਾਰਾਂ। ਬੱਚੇ ਆਸੇ ਪਾਸੇ ਭੱਜੇ ਫਿਰਦੇ, ਇਹਨਾਂ ਨੂੰ ਪਿਆਰ ਨਾਲ ਰੋਕ ਲਓ। ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮਹਿ ਸਹਿ, ਆਪਸ ਕਉ ਕਰ ਕਛੁ ਨ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਿਹ ਕਾਮੀ, ਤਿਸ ਕਉ ਹੋਤ ਪ੍ਰਾਪਤ ਸੁਆਮੀ, ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਪਹਿਲੀ ਪੰਕਤੀ। ਜਿਹੜਾ ਗੁਰੂ ਦੇ ਘਰ ਵਿੱਚ ਰਹਿੰਦਾ ਹੈ ਉਹ ਗੁਰੂ ਕਾ ਸੇਵਕ ਹੈ। ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਜਿਹੜਾ ਗੁਰੂ ਦੇ ਘਰ ਵਿੱਚ ਰਹਿੰਦਾ ਹੈ ਉਹ ਸੇਵਕ ਹੈ। ਅੱਖਰੀ ਅਰਥ ਹੋ ਗਿਆ ਤਾਂ
ਹੁਣ ਗੁਰਬਾਣੀ ਦਾ ਅਰਥ ਗੁਰਬਾਣੀ ਚ ਸਮਝਣਾ ਹੁੰਦਾ, ਆਪਾਂ ਵਾਰ ਵਾਰ ਕਹਿੰਦੇ ਹਾਂ ਗੁਰ ਕੀ ਬਾਣੀ ਗੁਰ ਤੇ ਜਾਤੀ। ਹੁਣ ਸਮਝੋ ਵੀ ਗੁਰੂ ਦਾ ਘਰ ਕਿਹੜਾ ਹੈ, ਜਿੱਥੇ ਸੇਵਕ ਨੇ ਰਹਿਣਾ। ਬਿਨ ਗੁਰ ਸ਼ਬਦ ਨਹੀਂ ਘਰ ਵਾਰ, ਇਉਂ ਸਮਝ ਲਓ ਵੀ ਗੁਰ ਸ਼ਬਦ ਤੋਂ ਬਿਨਾਂ ਤੇਰਾ ਘਰ ਵਾਰ ਤੇਰਾ ਟਿਕਾਣਾ ਕੋਈ ਨਹੀਂ। ਸੋ ਗੁਰੂ ਦਾ ਘਰ ਕਿਹੜਾ ਹੈ, ਗੁਰੂ ਦਾ ਸ਼ਬਦ। ਅਰਥ ਬਾਣੀ ਦਾ ਬਾਣੀ ਚੋਂ ਖੁੱਲ ਗਿਆ ਨਾ। ਸੋ ਆਪਾਂ ਸਮਝ ਰਹੇ ਸੀ ਗੁਰੂ ਦਾ ਘਰ ਕਿਹੜਾ, ਗੁਰੂ ਦਾ ਸ਼ਬਦ ਕਿੱਥੋਂ ਪਤਾ ਲੱਗਿਆ ਆਪਾਂ ਨੂੰ, ਗੁਰਬਾਣੀ ਵਿੱਚੋਂ ਹੀ। ਦੁਬਾਰਾ ਫਿਰ ਪੰਕਤੀ ਪੜ੍ਹ ਲਓ, ਬਿਨ ਗੁਰ ਸ਼ਬਦ ਨਹੀਂ ਘਰ ਵਾਰ, ਗੁਰ ਸ਼ਬਦ ਤੋਂ ਬਿਨਾਂ ਤੇਰਾ ਘਰ ਵਾਰ ਸਿੱਖਾ ਕੋਈ ਹੈ ਹੀ ਨਹੀਂ। ਇਸ ਕਰਕੇ ਹੁਣ ਸ਼ਬਦ ਘਰ ਦੇ ਵਿੱਚ ਟਿਕਣਾ ਕੀ ਨਹੀਂ ਹੈ, ਸੁਰਤ ਨੇ। ਉਹੀ ਗੱਲ ਆ ਗਈ ਨਾ, ਬਸ ਸ਼ਬਦ ਗੁਰੂ ਸੁਰਤ ਧੁਨ ਚੇਲਾ। ਸੋ ਸ਼ਬਦ ਹੀ ਗੁਰੂ ਦਾ ਘਰ ਹੈ ਤੇ ਗੁਰੂ ਦੇ ਘਰ ਵਿੱਚ ਸੁਰਤ ਨੇ ਟਿਕਣਾ ਹੈ। ਇਉਂ ਕਹਿ ਲਓ ਵੀ ਧਿਆਨ ਨੂੰ ਗੁਰੂ ਗਿਆਨ ਦੇ ਵਿੱਚ ਟਿਕਾ ਕੇ ਜੀਵਨ ਜਿਉਣਾ ਹੀ ਗੁਰੂ ਦੇ ਘਰ ਵਿੱਚ ਰਹਿ ਕੇ ਜਿਉਣਾ ਹੈ। ਇੱਕ ਵਾਰੀ ਹੋਰ ਕਹਿ ਦਿਆਂ ਗੱਲ, ਇਹੀ ਆਪਣੇ ਧਿਆਨ ਨੂੰ ਗੁਰੂ ਦੇ ਗਿਆਨ ਵਿੱਚ ਟਿਕਾ ਕੇ ਜੀਵਨ ਜਿਉਣਾ ਹੀ ਗੁਰੂ ਦੇ ਘਰ ਵਿੱਚ ਰਹਿ ਕੇ ਜਿਉਣਾ ਹੈ। ਸਾਡੀ ਸੁਰਤ ਹੈ ਜੋ ਉਹ ਸ਼ਬਦ ਵਿੱਚ ਰਹੇ, ਭਾਵ ਸਾਡੇ ਧਿਆਨ ਵਿੱਚ ਇਹ ਰਹੇ ਵੀ ਗੁਰੂ ਸਾਹਿਬ ਜੀ ਕੀ ਕਹਿੰਦੇ ਆ। ਕਦੇ ਵੀ ਸਾਡੇ ਅੰਦਰੇ ਖਿਆਲ ਨਾ ਆਵੇ, ਜਾਣੇ ਨਹੀਂ ਅਸੀਂ ਵੀ ਚੇਲਾ ਕੀ ਕਹਿੰਦਾ, ਜਾਂ ਕੋਈ ਜੋਤਸੀ ਕੀ ਕਹਿੰਦਾ, ਜਾਂ ਕੋਈ ਡੇਰੇ ਵਾਲਾ ਕੀ ਕਹਿੰਦਾ। ਸਾਡਾ ਕਦੇ ਵੀ ਧਿਆਨ ਕਿਸੇ ਡੇਰੇ ਵਾਲੇ ਵੱਲ, ਕਿਸੇ ਜੋਤਸੀ ਵੱਲ, ਕਿਸੇ ਚੇਲੇ ਵੱਲ, ਕਿਸੇ ਬੂਬਣੇ ਵੱਲ ਨਾ ਜਾਵੇ। ਸਾਡੀ ਸੁਰਤ ਗੁਰੂ ਦੇ ਘਰ ਵਿੱਚ ਰਹੇ, ਸਾਡੇ ਅੰਦਰੇ ਖਿੱਚ ਰਹੇ ਵੀ ਗੁਰੂ ਸਾਹਿਬ ਕੀ ਕਹਿ ਰਹੇ ਹੈ। ਇਹਨੂੰ ਕਹਿੰਦੇ ਨੇ ਸੇਵਕ। ਤਾਂ ਅਸੀਂ ਗੁਰੂ ਦੇ ਸਿੱਖ ਹਾਂ, ਸੇਵਕ ਹਾਂ। ਸਿੱਖ ਸੇਵਕ ਇੱਕੋ ਹੀ ਅਰਥ ਹੈ ਨਾ। ਸੇਵਕ ਦੀ ਅਵਸਥਾ ਵੀ ਬਾਣੀ ਵਿੱਚ ਹੀ ਹੈ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੇ ਸੇਵਕ ਕਹਿ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ, ਠਾਕੁਰ ਕਉ ਸੇਵਕ ਜਾਨੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ, ਸੇਵਕ ਕਉ ਪ੍ਰਭ ਪਾਲਣ ਹਾਰਾ, ਸੇਵਕ ਕੀ ਰਾਖੈ ਨਿਰੰਕਾਰਾ, ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਾਸ ਸਾਸ ਸਮਾਰਾ ਸਮਾਰਾ ਪਾਠ ਕਰਨਾ। ਸੋ ਇੱਦਾਂ ਇਹ ਹੈ ਸੇਵਕ ਦੀ ਅਵਸਥਾ। ਸੋ ਤਾਂ ਸੇਵਕ ਹਾਂ ਅਸੀਂ। ਹੁਣ ਦ੍ਰਿੜ ਕਰ ਲਓ, ਮੈਂ ਰੁਕ ਗਿਆ ਇੱਥੇ, ਮਾਮਾ ਭੈਣਾਂ ਤੀਆਂ ਦ੍ਰਿੜ ਕਰ ਲਓ, ਵੀਰ ਬਜ਼ੁਰਗ ਵੀ, ਸਾਡੀ ਸੁਰਤ ਨਹੀਂ ਕਦੇ ਜਾਣੀ ਚਾਹੀਦੀ ਕਿਸੇ ਡੇਰੇ ਵੱਲ, ਕਿਸੇ ਜੋਤਸੀ, ਕਿਸੇ ਬੂਬਣੇ ਕੰਨੀ, ਵੀ ਜੋਤਸੀ ਕੋਲ ਨਾ ਹੱਥ ਦਿਖਾਇਆ ਆਈਏ, ਜਾਂ ਚੇਲੇ ਤੋਂ ਕੋਈ ਪੁੱਛਣਾ ਲਿਆ ਆਈਏ, ਜਾਂ ਡੇਰੇ ਵਾਲਿਆਂ ਡੇਰੇ 'ਚ ਨਾ ਜਾ ਆਈਏ ਡੇਰੇ 'ਚ। ਇਹ ਸਾਡੇ ਅੰਦਰ ਕਦੇ ਧਿਆਨ ਨਾ ਆਵੇ, ਤਾਂ ਅਸੀਂ ਗੁਰੂ ਦੇ ਸਿੱਖ ਸੇਵਕ ਹਾਂ। ਕਿਤੇ ਆਨੰਦ ਸਾਹਿਬ 'ਚ ਪੜ੍ਹਦੇ ਹਾਂ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉਂ ਰਹੇ ਗੁਰਨਾਲੇ, ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮੈ ਸੰਭਾਲੇ, ਆਪ ਛੱਡ ਸਦਾ ਰਹੇ ਪਰਨੇ, ਗੁਰ ਬਿਨਾਂ ਪਰ ਨਾ ਜਾਣੇ ਕੋਈ, ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਇਹ ਸਾਰੀ ਵਿਆਖਿਆ ਹੋ ਗਈ। ਇਸ ਕਰਕੇ ਹੁਣ ਆਪਾਂ ਨੂੰ ਸਮਝ ਆ ਗਈ ਵੀ ਗੁਰੂ ਦਾ ਸੇਵਕ ਉਹ ਹੈ ਭਾਈ, ਗੁਰੂ ਕੇ ਸਿੱਖ ਉਹ ਹੈ ਭੈਣ ਭਰਾ ਕੋਈ ਹੈ, ਜਿਹੜੇ ਗੁਰੂ ਦੇ ਘਰ ਵਿੱਚ ਰਹਿੰਦੇ ਨੇ, ਇਹਨਾਂ ਦੀ ਸੁਰਤੀ ਗੁਰੂ ਦੇ ਸ਼ਬਦ ਵਿੱਚ ਰਹਿੰਦੀ ਹੈ, ਜਿਹਨਾਂ ਦਾ ਧਿਆਨ ਗੁਰੂ ਦੇ ਗਿਆਨ ਵੱਲ ਰਹਿੰਦਾ ਹੈ, ਹੋਰ ਨਹੀਂ ਕਿਸੇ ਪਾਸੇ ਜਾਂਦਾ ਨਾ। ਕਿਤੇ ਬਚਨ ਆਉਂਦਾ ਗਾਫਲ ਗਿਆਨ ਵੀ ਹੋਣਿਆ ਗੁਰਬਿਨ ਗਿਆਨ ਨਾ ਭਾਲ ਜੀਓ, ਗੁਰੂ ਤੋਂ ਬਿਨਾਂ ਕਿੱਥੇ ਗਿਆਨ ਭਾਲਦਾ ਹੈ। ਐਵੇਂ ਨਾ ਐਰੇ ਗੈਰੇ ਦੀ ਗੱਲਾਂ ਵੱਲ ਧਿਆਨ ਦਿਆ ਕਰੋ ਨਾ, ਸਾਡੀ ਵੀ ਕੋਈ ਗੱਲ ਬਾਣੀ ਤੋਂ ਬਾਹਰ ਹੋਵੇ ਉਹਨੂੰ ਸਾਡੀ ਭੁੱਲ ਜਾਣ ਕੇ ਰੱਦ ਕਰ ਦਿਓ। ਅਸੀਂ ਇਹ ਵੀ ਨਹੀਂ ਕਹਿੰਦੇ ਵੀ ਸਾਡੀ ਗੱਲ ਮੰਨ ਲਓ ਹੁਣ ਨਾ, ਅਸੀਂ ਤੁਹਾਨੂੰ ਗੁਰਬਾਣੀ ਦੀਆਂ ਗੱਲਾਂ ਸੁਣਾਉਂਦੇ ਹਾਂ। ਜੇ ਸਾਥੋਂ ਕੋਈ ਬਾਣੀ ਤੋਂ ਗੱਲ ਬਾਹਰ ਹੋ ਜੇ, ਭੁੱਲ ਹੋ ਜਾਂਦੀ ਹੈ ਨਾ ਕਈ ਵਾਰ, ਉਹਨੂੰ ਵੀ ਤੁਸੀਂ ਸਾਡੀ ਭੁੱਲ ਜਾਣ ਕੇ ਰੱਦ ਕਰ ਦਿਓ ਵੀ ਇੱਥੇ ਪੰਥਪ੍ਰੀਤ ਸਿੰਘ ਭੁੱਲ ਕਰ ਗਿਆ, ਆਹ ਗੱਲ ਗਲਤ ਹੋ ਗਈ, ਇਹ ਤੇ ਦੋ ਕਾਟੇ ਮਾਰ ਦਿਓ ਐਂ ਵੀ ਆਹ ਗੱਲ ਪੰਥਪ੍ਰੀਤ ਦੀ ਵੀ ਗਲਤ ਹੈ, ਐਂ ਕੱਟ ਦਿਓ। ਗੱਲ ਮੰਨਣੀ ਹੈ ਗੁਰੂ ਦੀ, ਅਸੀਂ ਕਦੇ ਨਹੀਂ ਕਿਸੇ ਨੂੰ ਕਿਹਾ ਵੀ ਸਾਡੀ ਗੱਲ ਮੰਨੋ,
क्यों मनो रहो बचा। हुण आपां नूं पता लग गया आपां तां गुरु दे घर च रहना है, गुरु दे सेवक सिख बन के ऐन ध्यान टका के रखना है ते गुरु दी गल नूं पूरे ध्यान नाल सुनना है। गुर कै ग्रह सेवक जो रहै, इस पंक्ति की व्याख्या हुई है हुण तक। गुर कै ग्रह सेवक जो रहै, अगली पंक्ति गुर की आग्या मन मह सहै। गुरु की आग्या नूं, गुरु जी दे हुक्म नूं मन दे विच सहार लवे, गुरु दे हुक्म नूं मन दे विच सहार लवे। तुसीं पुछोगे सहार, हाँ जी कईआं दा मन तां सच्ची गल नूं सहारदा ही नहीं। वड्डे भाग है भाई जिहड़ा जिहदा मन सच्ची गल नूं सहार लैंदा है, सूरमे आ तां सूरमे, सूरमा हुंदा जिहड़ी सच्ची गल नूं मन ले। कैर मनुख सच्ची गल नहीं मन सकता। लिखे ना बाणी विच गुरका शब्द मन्ने सो सूरा, जिहड़ा गुरु दे शब्द नूं गुरु दे वचन नूं मन लैंदा है ना उह तां सूरमा है, भैण भरा कोई है। गुरका शब्द मन्ने सो सूरा, मन विच सहार लवे। पर कईआं दी हालत की हुंदी है, बाणी च लिखिआ है कामां वाली, कामां वाली। कईआं नूं गुरबाणी दा सच सुन के गुस्सा चढ़ जांदा है, तुसीं हैरान होवोगे वी हैं आ की गल। हाँ जी, बहुत दुनिया इदां दी है बिरलिआं नूं छड्ड के। उन्हां दी हालत की है बाणी च लिखिआ है, पढ़ो। दुरमत भागहीन मत फीके, नाम सुनत आवै मन रोहै। कौआ काग कौ अमृत रस पाईऐ, तृप्तै बिष्टा खाई मुख गोहै। अमृत सर सतगुर सतवादी, जित नहातै कौआ हंस होहै। नानक धन धन वड्डे वडभागी, जिन गुरमत नाम हृदय मल धोहै। कहिंदे दुरमत जिहड़े खोटी मत वाले हुंदे है, दुरमत भागहीन दा भाव बद किस्मत। दुरमत भागहीन, मत फीके फिक्की मत वाले, भाव हौली मत वाले कह लो। जिहड़े खोटी मत वाले बद किस्मत ते हौली मत वाले हुंदे है, उन्हां नूं नाम सुन के गुस्सा चढ़ जांदा है। नाम सुन त आवै मन रोह, मन विच रोह आ जांदा, गुस्सा आ जांदा। देखो नाम सुन के दा भाव समझ के, बाणी दी कथा सुन के, ये अर्थ भी बाणी चो ही है। आ देखो, सब ते उत्तम हर की कथा, नाम सुनत दर्द दुख लथा। गुरबाणी दी कथा सुननी की है, नाम सुनना। किने कहा है बाणी दा अर्थ बाणी चो? असी कोई आपदी बदबानी नहीं घोटी, असी बाणी दे अर्थ बाणी चो लभण दी कोशिश करदे हां। बस हुण मिल गया ना नाम सुनना की हुंदा है, बाणी दी कथा। फिर पढ़ लो दुबारे पंक्ति, सब ते उत्तम हर की कथा, नाम सुनत दर्द दुख लथा। ये कथा रूपी नाम सुन के दुख दर्द लथ जांदे है, विषय विकार दूर हो जांदे है। सो नाम सुन के भाव गुरबाणी की कथा सुन के कईआं नूं गुस्सा चढ़ जांदा है। हाँ जी, बाणी दे आधार ते गल करिए, गुस्सा करदे ने बहुत, कमाल हो गई। इन्हां दी हालत की है फिर? इन्हां दी हालत कहिंदे कावां वाली है, गुरु जी कहिंदे। फिर पढ़ो शुरू तो ही, दुरमत भागहीन मत फीके, नाम सुनत आवै मन रोहै। कौआ काग को अमृत रस पाईऐ, तृप्ता बिष्टा खाए मुख गोहै। कहिंदे इन्हां दी हालत कावां वर्गी हुंदी है, इह जिहे लोकां दी जिन्हां नूं सच चढ़ के सुन के गुस्सा आवे। कहिंदे वी कां दे अगे जिन्ना मर्जी सुआदला पदार्थ रख दिओ, कौआ काग को अमृत रस पाईऐ। अमृत रस भाव सुआदला पदार्थ कोई। कौआ काग को अमृत रस पाईऐ, तृप्तै बिष्टा खाए। कहिंदे कां तां बिष्टा खा के ही रजदा है, तृप्तै बिष्टा खाए मुख गोहै। भाव वह अपने मुख दे विच, मूंह दे विच, चुंझ दे विच गोहा भर के बिष्टा खा के ही तृप्त हुंदा है। तृप्तै बिष्टा खाए मुख गोहै। ते तुसीं पुछोगे वी इह जी कामां दा इलाज? हाँ है इलाज, सतसंग चा के ठम्मे ना सुन सच की गल न,
ਤੇ ਇਕਾਂ ਬਿਰਤੀ ਖਤਮ ਵੀ ਹੋ ਸਕਦੀ ਹੈ, ਕਾਂ ਵੀ ਹੰਸ ਬਣ ਸਕਦਾ ਆ ਸਤਸੰਗ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ। ਪੜ੍ਹੋ ਅਗਲੀ ਪੰਕਤੀ। ਅੰਮ੍ਰਿਤ ਸਰ ਸਤਿਗੁਰ ਸਤਵਾਦੀ, ਸਤਵਾਦੀ ਭਾਵ ਹਮੇਸ਼ਾ ਸੱਚ ਦੀ ਗੱਲ ਕਰਨ ਵਾਲਾ। ਸਤਿਗੁਰੂ ਜੋ ਹਮੇਸ਼ਾ ਸੱਚ ਦੀ ਗੱਲ ਕਰਨ ਵਾਲਾ ਹੈ, ਤਾਂ ਤੇ ਸਤਿਗੁਰੂ ਅੰਮ੍ਰਿਤ ਦਾ ਸਰੋਵਰ ਹੈ। ਅੰਮ੍ਰਿਤ ਸਰ ਸਤਿਗੁਰ ਸਤਵਾਦੀ, ਜਿਤਨਾ ਤੈਂ ਕਊਆ ਹੰਸ ਹੋ ਹੈ। ਸਤਿਗੁਰ ਦੀ ਹਜ਼ੂਰੀ ਸਤਸੰਗ ਸਰੋਵਰ ਦੇ ਵਿੱਚ ਗਿਆਨ ਦਾ ਇਸ਼ਨਾਨ ਕਰਕੇ ਕਾਂ ਬਿਰਤੀ ਵਾਲੇ ਮਨੁੱਖ ਵੀ ਹੰਸ ਬਿਰਤੀ ਹੋ ਜਾਂਦੇ ਹੈ। ਬੋਲੋ ਸਤਨਾਮ। ਹਾਂਜੀ, ਇੱਥੇ ਆ ਸਤਸੰਗ ਸਰੋਵਰ ਚ ਇਸ਼ਨਾਨ ਕਰਕੇ ਕਾਂ ਹੰਸ ਬਣਦੇ ਆ, ਇੱਥੇ ਹੰਸ ਬਣਦੇ ਆ, ਕਾਂ ਬਿਰਤੀ ਮਨੁੱਖ ਹੰਸ ਬਣ ਜਾਂਦਾ। ਸੋ ਫਿਰ ਦੁਬਾਰੇ ਪੜ੍ਹ ਲਓ, ਅੰਮ੍ਰਿਤ ਸਰ ਸਤਿਗੁਰ ਸਤਵਾਦੀ, ਜਿਤਨਾ ਤੈ ਕਊਆ ਹੰਸ ਹੋ ਹੈ। ਨਾਨਕ ਧੰਨ ਧੰਨ ਵੱਡੇ ਵਡਭਾਗੀ, ਗੁਰੂ ਜੀ ਕਹਿੰਦੇ ਭਾਈ ਉਹ ਵੱਡੇ ਭਾਗਾਂ ਵਾਲੇ ਨੇ, ਧੰਨ ਧੰਨ ਨੇ। ਨਾਨਕ ਧੰਨ ਧੰਨ ਵੱਡੇ ਵਡਭਾਗੀ, ਜਿਨ ਗੁਰਮਤ ਨਾਮ, ਜਿਹੜੇ ਗੁਰੂ ਦੀ ਮੱਤ ਤੋਂ ਮਿਲੇ ਨਾਮ ਰਾਹੀਂ, ਭਾਵ ਗੁਰੂ ਦੀ ਮੱਤ ਤੋਂ ਮਿਲੇ ਗਿਆਨ ਰਾਹੀਂ ਆਪਣੇ ਮਨ ਦੀ ਮੈਲ ਨੂੰ ਧੋ ਲੈਂਦੇ ਆ। ਜਿਨ ਗੁਰਮਤ ਨਾਮ ਹਿਰਦੈ ਮਲ ਧੋ ਹੈ। ਸਪਸ਼ਟ ਹੋ ਗਿਆ। ਸੋ ਇੱਦਾਂ ਸੇਵਕ ਆ ਜਿਹੜਾ ਭਾਈ, ਉਹ ਗੁਰੂ ਦੇ ਬਚਨ ਨੂੰ ਮਨ ਵਿੱਚ ਸਹਾਰ ਲੈਂਦਾ। ਸ਼ਬਦ ਕਿੰਨੀ ਵੀ ਚੋਟ ਮਾਰੇ, ਗੁਰੂ ਤਾਂ ਸਿੱਖ ਸ਼ਬਦ ਦੀ ਚੋਟ ਨੂੰ ਸਹਿ ਜਾਂਦਾ ਵੀ ਮੇਰੇ ਭਲੇ ਵਾਸਤੇ ਕਿਹਾ। ਸਿੱਖ ਦਾ ਭਾਵ ਚਾਹੇ ਭੈਣ ਹੈ ਚਾਹੇ ਭਰਾ ਹੈ, ਕਹਿਣਾ ਪੈਂਦਾ। ਸੋ ਸ਼ਬਦ ਦੀ ਚੋਟ ਨੂੰ ਅਸੀਂ ਸਹਾਰਨਾ ਸਿੱਖੀਏ, ਸਹਾਰ ਤੇ ਸ਼ਬਦ ਦੀ ਚੋਟ ਸਹਾਰ ਜਾਓ ਤੇ ਕਬੀਰ ਸਾਹਿਬ ਕਹਿੰਦੇ ਕਹਿਣਾ ਕਿਆ। ਚੋਟ ਸਹਾਰਾ ਸ਼ਬਦ ਕੀ, ਤਾਸ ਗੁਰੂ ਮੈਂ ਦਾਸ, ਕਿੰਨਾ ਸਤਿਕਾਰ ਦਿੱਤਾ। ਸੱਚ ਦੀ ਚੋਟ ਸਹਿ ਜਾਣਾ ਬਹੁਤ ਵੱਡੀ ਗੱਲ ਹੈ। ਸੱਚ ਚੋਟ ਕਾਤੇ ਕਰਦਾ, ਸਾਡੇ ਜੀਵਨ ਦੀ ਘਾੜਤ ਘਟਣ ਵਾਸਤੇ। ਲੋਹੇ ਦਾ ਕੁਝ ਬਣਾਉਣਾ ਹੋਵੇ ਹਥੌੜਾ ਚਲਾਉਣਾ ਹੀ ਪੈਂਦਾ ਨਾ, ਲੱਕੜ ਦਾ ਕੁਝ ਬਣਾਉਣਾ ਹੋਵੇ ਰੰਦਾ ਲਾਉਣਾ ਹੀ ਪੈਂਦਾ। ਪਰ ਮਨੁੱਖ ਦਾ ਜੀਵਨ ਬਣਾਉਣਾ ਹੋਵੇ ਤੇ ਫਿਰ ਉਹਨੂੰ ਵੀ ਸ਼ਬਦ ਦੀ ਚੋਟ ਮਾਰਨੀ ਪੈਂਦੀ ਹੈ। ਇਸ ਕਰਕੇ ਸ਼ਬਦ ਚੋਟ ਕਰਦਾ, ਹੈਮਰਿੰਗ ਕਰਦਾ, ਬੜੀਆਂ ਸਖ਼ਤ ਚੋਟਾਂ ਬਹੁਤ ਵੱਧ ਸੁਣੀਏ। 25 ਸਾਲ ਹੋ ਗਏ ਆਪਾਂ ਨੂੰ ਪ੍ਰਚਾਰ ਕਰਦੇ ਹਾਂ, ਕਿਹੜਾ ਅੱਜ ਦੀਆਂ ਗੱਲਾਂ। ਸੋ ਇਸ ਕਰਕੇ ਹੁਣ ਆਪਾਂ ਨੂੰ ਸਮਝ ਆ ਗਈ ਵੀ ਸੇਵਕ ਹੈ ਜਿਹੜਾ ਮਨ ਦੇ ਵਿੱਚ ਗੁਰੂ ਦੇ ਸ਼ਬਦ ਨੂੰ, ਗੁਰੂ ਦੇ ਹੁਕਮ ਨੂੰ, ਗੁਰੂ ਦੀ ਆਗਿਆ ਨੂੰ ਸਹਾਰ ਲਵੇ। ਦੋ ਪੰਕਤੀਆਂ ਦੀ ਆਪਣੀ ਵਿਚਾਰ ਹੋ ਗਈ, ਫਿਰ ਪੜ੍ਹ ਲਓ। ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮਹਿ ਸਹਿ, ਆਪਸ ਕਉ ਕਰ ਕਛੁ ਨ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ। ਆਪਸ ਕਉ ਕਰ ਕਛੁ ਨ ਜਨਾਵੈ, ਗੁਰੂ ਦਾ ਸਿੱਖ ਸੇਵਕ ਆਪਣੇ ਆਪ ਨੂੰ ਕੁਝ ਜਨਾਉਂਦਾ ਨਹੀਂ, ਆਪਣੇ ਆਪ ਨੂੰ ਵੱਡਾ ਕਰਕੇ ਨਹੀਂ ਜਨਾਉਂਦਾ। ਆਪਸ ਕਉ ਕਰ ਕਛੁ ਨ ਜਨਾਵੈ। ਪਹਿਲੇ ਦੀਵਾਨ ਚ ਸੁਣਿਆ ਸੀ ਨਾ, ਗੱਦੀਆਂ ਲਾਉਣ ਵਾਲੇ ਗੁਰੂ ਦੀ ਗੋਦ ਵਿੱਚੋਂ ਨਿਕਲੇ ਹੁੰਦੇ ਆ। ਇਹ ਪਹਿਲੇ ਦੀਵਾਨ ਚ ਕੋਈ ਜਨਾਉਂਦਾ ਨਾ ਵੀ ਅਸੀਂ ਵੀ ਕੁਛ, ਹਾਂ ਭਾਈ ਸਾਡੀ ਗੱਦੀ ਲੱਗਦੀ ਸਾਡੇ ਕੋਲ, ਕਮਰੇ ਚੱਡ ਭੁਗਤੋ, ਪਹਿਲਾਂ ਮੱਥਾ ਇੱਥੇ ਟੇਕ ਲਓ, ਆੜ ਤਾਂ ਲੈਣੀ ਪੈਂਦੀ ਨਹੀਂ ਤਾਂ ਕਹਿੰਦੇ ਪੁੱਛਣਾ ਨਹੀਂ, ਮਗਰੋਂ ਕਹਿੰਦੇ ਫਿਰ ਪੁੱਛੋ ਉੱਥੇ ਭੁਗਤ ਲਓ, ਹੋਵੋ ਬਾਬਾ ਜੀ ਕੋਲ, ਉਹ ਕੁਛ ਬਣਿਆ ਬੈਠਾ, ਗੱਦੀ ਲਾਈ ਬੈਠਾ ਨਾ, ਗੱਦੀ ਗੋਦ ਵਿੱਚੋਂ ਨਿਕਲ ਕੇ ਲਾਈ ਆ ਨਾ। ਹਾਂਜੀ, ਇਹ ਗੱਦੀਆਂ ਲਾਉਣ ਵਾਲੇ ਗੋਦ ਚੋਂ ਨਿਕਲੇ ਹੁੰਦੇ ਨੇ, ਇਹਨਾਂ ਤੋਂ ਬਚ ਕੇ ਰਿਹਾ ਕਰੋ, ਇਹੀਆਂ ਕੋਲ ਨਜਾਇਜ਼ ਲੁਟੇਰਿਆਂ ਚ। ਗੋਦ ਵਿੱਚੋਂ ਨਿਕਲ ਕੇ ਗੱਦੀ ਲੱਗਦੀ ਹੈ, ਗੋਦ ਵਿੱਚ ਰਹਿ ਕੇ ਗੱਦੀ ਨਹੀਂ ਲੱਗਦੀ। ਗੁਰੂ ਦੇ ਸਿੱਖ ਗੁਰੂ ਦੀ ਗੋਦ ਵਿੱਚ ਰਹਿੰਦੇ ਆ ਤੇ ਸੰਗਤ ਨੂੰ ਵੀ ਗੁਰੂ ਦੀ ਗੋਦ ਚ ਬਹਾ ਕੇ ਗੁਰੂ ਦੀ ਬਾਣੀ ਸਮਝਾਉਂਦੇ ਆ। ਤੇ ਗੁਰਸਿੱਖਾਂ ਨਾਲ ਸਾਡਾ ਭੈਣ ਭਾਈਆਂ ਵਾਲਾ ਪਿਆਰ ਹੈ। ਮੇਰੇ ਹਰਪ੍ਰੀਤਮ ਕੀ ਕੋਈ ਬਾਤ ਸੁਣਾਵਾ, ਸੁਣਾਉਣੀ ਤਾਂ ਹੈਈਏ ਨਾ ਕਿਸੇ ਨੇ, ਮੇਰੇ ਹਰਪ੍ਰੀਤਮ ਕੀ ਕੋਈ ਬਾਤ ਸੁਣਾਵਾ, ਸੋ ਭਾਈ ਸੋ ਮੇਰਾ ਵੀਰਾ ਰਿਸ਼ਤਾ, ਭੈਣ ਭਾਈਆਂ ਵਾਲਾ ਰਿਸ਼ਤਾ, ਜਿਹੜਾ ਜਨਾਉਂਦਾ ਨਾ ਗੱਦੀਆਂ ਜਿਹਾ ਲਾਉਂਦਾ, ਆਪਣੇ ਆਪ ਨੂੰ ਮੱਥੇ ਟਕਾਉਂਦਾ, ਇਹ ਤਾਂ ਨਿਕਲੇ ਹੋਏ ਹੁੰਦੇ ਨੇ ਗੁਰੂ ਦੀ ਗੋਦ ਚੋਂ, ਇਹਨਾਂ ਤੋਂ ਕੀ ਲੱਭਦੇ ਹੋ ਤੁਸੀਂ, ਗੱਦੀ ਲਾਉਣ ਤੋਂ ਕੀ ਭਾਲਦੇ ਹੋ, ਮੋਟੀ ਜਿਹੀ ਨਿਸ਼ਾਨੀ, ਜਿਹੜਾ ਗੱਦੀ ਲਾਵੇ ਕੋਈ ਵੀ ਆ ਭਾਵੇਂ, ਬਸ ਇਹ ਤੋਂ ਬਚੋ, ਬਚੋ ਇਹ ਤੋਂ। ਇਸ ਕਰਕੇ ਗੁਰਸਿੱਖ ਨਹੀਂ ਜਨਾਉਂਦਾ ਨਾ, ਕਿੰਨੀ ਉੱਚੀ ਅਵਸਥਾ ਹੋਵੇ। ਹਾਂ, ਗੁਰਸਿੱਖਾਂ ਦਾ ਪਿਆਰ ਹੈ, ਕੋਈ ਸ਼ੱਕ ਨਹੀਂ, ਗੁਰਸਿੱਖਾਂ ਨੇ ਗੁਰਸਿੱਖਾਂ ਨੂੰ ਹੀ ਮਿਲਣਾ, ਮਨਮੁੱਖਾਂ ਨੂੰ ਥੋੜ੍ਹਾ ਮਿਲਣਾ, ਹੁਣ ਮੇਲ ਮਿਲਾਪ ਹੈ।
ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਆਏ ਮਿਲ ਮੰਗਦੇ ਵੀ ਹਾਂ ਆਪਾਂ ਸਹੀ ਪਿਆਰੇ ਮਿਲ ਜਿਹਨਾਂ ਮਿਲਿਆ ਤੇਰਾ ਨਾਮ ਚਿੰਤਾਵੇ ਕੋਈ ਸ਼ੱਕ ਨਹੀਂ ਰਹੋ ਵਿਚਾਰ ਆਪਾਂ ਸਮਝ ਗਈ ਗੱਲ ਸੋ ਆਪ ਸਤਾਉ ਕਰ ਕਾਸ਼ਨਾ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਹਰੀ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿੱਚ ਸਦਾ ਹੀ ਧਿਆਉਣਾ ਕਰੇ ਹਰ ਹਰ ਨਾਮ ਹਿਰਦੈ ਸਦ ਧਿਆਵੈ ਸਦਾ ਹੀ ਹਿਰਦੇ ਵਿੱਚ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਉਂਦਾ ਹੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਵਿੱਚ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਮਨ ਸਤਿਗੁਰ ਕੋਲ ਵੇਚ ਦੇਵੇ ਮਨ ਵਿੱਚ ਹੈ ਸਤਿਗੁਰ ਕੈ ਪਾਸ ਬਸ ਆਹੀ ਨੁਕਸ਼ ਰਹਿ ਜਾਂਦਾ ਆਪਣੇ ਵਿੱਚ ਕਈ ਵਾਰ ਅਸੀਂ ਮਨ ਨਹੀਂ ਦਿੰਦੇ ਮਨ ਦੇਣ ਦਾ ਅਰਥ ਕੀ ਹੁੰਦਾ ਮਨ ਮਰਜ਼ੀ ਛੱਡੀ ਜੇ ਅਸੀਂ ਮਨ ਵੇਚ ਦਈਏ ਮਨ ਦੇ ਦਈਏ ਮਨ ਦੇ ਵੱਟੇ ਮਨ ਮਰਜ਼ੀਆਂ ਛੱਡ ਕੇ ਕਹਿ ਲਓ ਮਾਲਕ ਪਰਮੇਸ਼ਰ ਮਿਲ ਜਾਂਦਾ ਕਿੱਡੀ ਵੱਡੀ ਗੱਲ ਹੈ ਇੱਕ ਹੋਰ ਸ਼ਬਦ ਆਉਂਦਾ ਨਾ ਕਬੀਰ ਸਾਹਿਬ ਦਾ ਬਾਣੀ ਚੋਂ ਵੀ ਪੜ੍ਹ ਲਓ ਕੰਚਨ ਸਿਉਂ ਪਾਈਆ ਨਹੀਂ ਤੋਲ ਮਨ ਦੇ ਕੀ ਹੋਊ ਫਿਰ ਕੀ ਮਿਲੂ ਮਨ ਦੇ ਰਾਮ ਲੀਆ ਹੈ ਮੋਲ ਕਹਿੰਦੇ ਪਰਮੇਸ਼ਰ ਸੋਨੇ ਦੇ ਬਰਾਬਰ ਨਹੀਂ ਮਿਲਦਾ ਕੰਚਨ ਸਿਉਂ ਪਾਈਆ ਨਹੀਂ ਤੋਲ ਤੋਲ ਦਾ ਤੋਲ ਕੇ ਸਾਵਾਂ ਕਹਿ ਲਓ ਬਰਾਬਰ ਸਾਵਾਂ ਕਹਿੰਦੇ ਨਾ ਮੰਨ ਲਓ ਇੱਕ ਪਾਸੇ ਆ ਸਰੀਰ ਬਹਿ ਜੇ ਦੂਜੇ ਪਾਸੇ ਬਰਾਬਰ ਸੋਨਾ ਤੋਲ ਦਈਏ ਸਾਵਾਂ ਸੋਨਾ ਉਹ ਕਹਿੰਦੇ ਨਾ ਸਾਵਾਂ ਕਹਿ ਦਿੰਦੇ ਉਹਨੂੰ ਬਰਾਬਰ ਤੋਲ ਕੇ ਕਹਿ ਲਓ ਚਾਹੇ ਕੋਈ ਗੱਲ ਕੋਈ ਆਪਣੇ ਬਰਾਬਰ ਤੋਲ ਕੇ ਦੇ ਦੇ ਸੋਨਾ ਰੱਬ ਤਾਂ ਵੀ ਨਹੀਂ ਮਿਲਦਾ ਪਰਮੇਸ਼ਰ ਬਾਜ਼ਾਰ ਦੀ ਵਸਤੂ ਨਹੀਂ ਕੰਚਨ ਸੁਣ ਪਾਈ ਹੈ ਨਹੀਂ ਤੋਲ ਮਨ ਦੇ ਰਾਮ ਲੀਆ ਹੈ ਮੋਲ ਫਿਰ ਮੁੱਲ ਕੀ ਹੈ ਕਹਿੰਦੇ ਜੀ ਨੇ ਆਪਣਾ ਮਨ ਦੇ ਦਿੱਤਾ ਬਸ ਮਨ ਮਰਜ਼ੀਆਂ ਛੱਡ ਦਿਓ ਬਸ ਮਨ ਦੇ ਰਾਮ ਲੀਆ ਹੈ ਮੋਲ ਇੱਥੇ ਆਪਾਂ ਪੜ੍ਹ ਰਹੇ ਹਾਂ ਸੁਖਮਨੀ ਸਾਹਿਬ ਦੇ ਵਿੱਚ ਮਨ ਵੇਚ ਹੈ ਸਤਿਗੁਰ ਕੈ ਪਾਸ ਤੂੰ ਆਪਣਾ ਮਨ ਸਤਿਗੁਰੂ ਦੇ ਕੋਲ ਵੇਚ ਦੇ ਭਾਵ ਆਪਣੀ ਮਨ ਮਰਜ਼ੀ ਛੱਡ ਦੇ ਗੁਰੂ ਦੇ ਗੁਰੂ ਦੀ ਸ਼ਰਨ ਪੈ ਜਾ ਕੇ ਸਮਰਪਣ ਕਰ ਦੇ ਮਨ ਵਿੱਚ ਹੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਉਸ ਸੇਵਕ ਦੇ ਕਾਰਜ ਸੰਪੂਰਨ ਹੋ ਜਾਂਦੇ ਹੈ ਰਾਸ ਆ ਜਾਂਦੇ ਹੈ ਤਿਸ ਸੇਵਕ ਕੇ ਕਾਰਜ ਰਾਸ ਇਸ ਕਰਕੇ ਮਨ ਮਰਜ਼ੀ ਛੱਡ ਕੇ ਪਾਈਏ ਸੱਚੀ ਭੇਟਾ ਰੱਖੀਏ ਮਨ ਮਨ ਦੀ ਭੇਟਾ ਮਨ ਮਰਜ਼ੀ ਛੱਡੀ ਸੋ ਮਨ ਵਿੱਚ ਹੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਈ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਸੇਵਾ ਕਰਤ ਹੋਏ ਨਿਹਕਾਮੀ ਜਿਹੜੇ ਨਿਸ਼ਕਾਮ ਹੋ ਕੇ ਸੇਵਾ ਕਰਦੇ ਹੈ ਨਿਸ਼ਕਾਮ ਹੋ ਕੇ ਭਾਵ ਇੱਛਾ ਰਹਿਤ ਹੋ ਕੇ ਕਹਿ ਲਓ ਬਹੁਤ ਵਾਰੀ ਸੇਵਾ ਕਾਰਜਾਂ ਦੇ ਪਿੱਛੇ ਸਵਾਰਥ ਛੁਪਿਆ ਹੁੰਦਾ ਹੈ ਜਾਂ ਕੋਈ ਪ੍ਰਭਤਾ ਦੀ ਭੁੱਖ ਛੁਪੀ ਹੁੰਦੀ ਹੈ ਦਿਖਾਵੇ ਦਿਖਾਵਾ ਰਹਿਤ ਸਵਾਰਥ ਰਹਿਤ ਹੋ ਕੇ ਕਹਿੰਦੇ ਭਲੇ ਦੇ ਕੰਮ ਕਰੇ ਉਹਨੂੰ ਪਰਮੇਸ਼ਰ ਮਿਲ ਪੈਂਦਾ ਹੈ ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੈ ਆਪਣੀ ਕਿਰਪਾ ਜਿਸ ਆਪ ਕਰੇ ਮਾਲਕ ਪਰਮੇਸ਼ਰ ਜੀ ਜਿਸ ਤੇ ਵੀ ਆਪਣੀ ਕਿਰਪਾ ਆਪ ਕਰਦੇ ਹੈ ਮਾਲਕ ਦੀ ਕਿਰਪਾ ਕਿਵੇਂ ਮਿਲਦੀ ਹੈ ਮਾਲਕ ਪਰਮੇਸ਼ਰ ਦੀ ਹੋਂਦ ਨੂੰ ਮਨ ਕਰਕੇ ਮੰਨ ਲਈਏ ਜਿਹਨੇ ਇੰਨੀ ਭਾਵਨਾ ਬਣਾ ਲਈ ਵੀ ਮੈਨੂੰ ਤਾਂ ਪਰਮੇਸ਼ਰ ਦਿਸਦਾ ਨਹੀਂ ਸੱਚੀ ਹੈ ਗੱਲ ਸਹੀ ਹੈ ਨਾ ਗੱਲ ਫਿਕਰ ਗਈ ਕੀ ਹੁਣ ਇੰਨੀ ਭਾਵਨਾ ਬਣ ਜੇ ਵੀ ਮੈਨੂੰ ਭਾਵੇਂ ਨਹੀਂ ਦਿਸਦਾ ਕਿਉਂਕਿ ਮੰਨਣਾ ਇਹਨਾਂ ਦਾ ਭਾਵ ਵੀ ਕੋਈ ਸੁਰਤ ਦੀ ਅੱਖ ਜੇ ਖੁੱਲ੍ਹੀ ਨਹੀਂ ਅਵਾਰੀਆਂ ਤਾਂ ਹੈਗੀਆਂ ਮੈਨੂੰ ਪਰਮੇਸ਼ਰ ਦਿਸਦਾ ਨਹੀਂ ਪਰ ਇੰਨੀ ਭਾਵਨਾ ਬਣ ਜੇ ਵੀ ਉਹ ਮੈਨੂੰ ਦੇਖ ਰਿਹਾ
ਮੈਨੂੰ ਭਾਵੇਂ ਨਹੀਂ ਦਿਸਦਾ ਪਰ ਉਹ ਮੈਨੂੰ ਦੇਖ ਰਿਹਾ ਹੈ। ਬਸ ਉਹਦੀ ਕਿਰਪਾ ਦ੍ਰਿਸ਼ਟੀ ਥੱਲੇ ਆਉਣਾ ਸ਼ੁਰੂ ਹੋ ਗਿਆ। ਮਾਲਕ ਪਰਮੇਸ਼ੁਰ ਜਾਣਦਾ ਵੀ ਇਹ ਮੈਨੂੰ ਮੰਨ ਰਿਹਾ ਹੈ। ਹਰ ਕੰਮ ਕਰਨ ਵੇਲੇ ਪਰਮੇਸ਼ੁਰ ਦਾ ਭੈ ਮੰਨਣਾ ਵੀ ਜੋ ਵੀ ਅਸੀਂ ਕਰਦੇ ਹਾਂ ਪਰਮੇਸ਼ੁਰ ਜੀ ਦੇਖ ਰਹੇ ਹੈ। ਪੇਖਤ ਸੁਣਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ। ਰੱਬੀ ਕੈਮਰੇ ਥੱਲੇ ਆ ਗਏ, ਸਮਝ ਲਓ ਰੱਬ ਦੀ ਸੁਪਰਵੀਜ਼ਨ ਵਿੱਚ ਆ ਗਏ। ਹੁਣ ਜਦੋਂ ਰੱਬੀ ਕੈਮਰੇ ਥੱਲੇ ਆ ਗਏ ਤੇ ਬੁਰਾ ਕੰਮ ਕੋਈ ਕਰੂ? ਸੀਸੀਟੀਵੀ ਕੈਮਰੇ ਥੱਲੇ ਬੁਰਾ ਕੰਮ ਕਰਦਾ ਕੋਈ? ਲੈ ਸੀਸੀਟੀਵੀ ਕੈਮਰੇ ਲੱਗੇ ਹੋਣ, ਕਿੰਨਾ ਸ਼ਰਾਰਤੀ ਹੋਵੇ ਉਹਦੀ ਬੰਦੇ ਦਾ ਪੁੱਤ ਬਣ ਜਾਂਦਾ ਵੀ ਕੈਮਰੇ ਲੱਗੇ ਹੋਏ ਵਾਰੀ ਧਾਰਨ ਹੈ ਨਾ। ਤਾਂ ਪਰ ਜਿਹਨੇ ਮਨ ਕਰਕੇ ਰੱਬੀ ਕੈਮਰੇ ਨੂੰ ਮੰਨ ਲਿਆ ਉਹ ਤਾਂ ਬੁਰਾ ਕੰਮ ਕਰ ਹੀ ਨਹੀਂ ਸਕਦਾ। ਇਸ ਕਰਕੇ ਜਿਹੜਾ ਰੱਬੀ ਕੈਮਰੇ ਥੱਲੇ ਆ ਗਿਆ, ਜਿਹਨੇ ਮਾਲਕ ਦੀ ਹੋਂਦ ਨੂੰ ਮੰਨ ਲਿਆ, ਜਿਹਦੇ ਅੰਦਰ ਨਿਰਮਲ ਭਾਉ ਪੈ ਗਿਆ, ਇਹਨੂੰ ਨਿਰਮਲ ਭਾਉ ਵੀ ਕਿਹਾ ਨਾ ਬਾਣੀ ਚ, ਨਿਰਮਲ ਭਾਉ, ਖੌਫ ਖੁਦਾ ਵੀ ਕਹਿੰਦੇ ਹਨ, ਖੌਫ ਖੁਦਾ, ਅਦਬ ਅਲਾਹੀ। ਬਸ ਜਿਹਨੇ ਮੰਨ ਲਿਆ ਉਹਦੀ ਯਾਤਰਾ ਸ਼ੁਰੂ ਹੋ ਗਈ। ਭੈ ਕੇ ਚਰਨ ਕਰ ਭਾਵ ਕੇ, ਅੱਖ ਤਾਂ ਤੀਜੀ ਥਾਂ ਤੇ, ਫਿਰ ਲੋਇਨ ਸੁਰਤ ਕਰੇ, ਨਾਨਕ ਕਹੇ ਸਿਆਣੀਏ ਇਹ ਬਕੰਤ ਮਲਾਵਾ ਹੋਏ। ਬਸ ਜਿਸ ਵੇਲੇ ਹੀ ਮਾਲਕ ਪਰਮੇਸ਼ੁਰ ਦੀ ਹੋਂਦ ਦਾ ਭੈ ਮੰਨ ਲਿਆ, ਬਸ ਉਸੇ ਵੇਲੇ ਬਖਸ਼ਿਸ਼ ਹੋ ਗਈ, ਕਿਰਪਾ ਦੇ ਪਾਤਰ ਬਣ ਗਏ। ਅਤੇ ਜੇ ਅਸੀਂ ਮਨ ਕਰਕੇ ਪਰਮੇਸ਼ੁਰ ਦੀ ਹੋਂਦ ਨੂੰ ਮੰਨਦੇ ਹੀ ਨਹੀਂ ਤੇ ਫਿਰ ਅਸੀਂ ਮੂਧੇ ਭਾਂਡੇ ਹਾਂ ਨਾ, ਫਿਰ ਕਿਰਪਾ ਪਵੇ ਕਿੱਥੇ? ਹੁਣ ਭਾਂਡਾ ਪਏਗਾ, ਉਹ ਤਾਂ ਕਿਰਪਾ ਤਾਂ ਕਰਦਾ ਹੀ ਹੈ। ਉਦਾਹਰਣ ਲੈ ਲਓ ਵੀ ਹਾਲਤ ਕੀ ਹੁੰਦੀ ਹੈ, ਰਹਿ ਕਿਉਂ ਜਾਂਦੇ ਹਾਂ ਅਸੀਂ? ਗੁਰਬਾਣੀ 'ਚ ਲਿਖਿਆ ਪਰਮੇਸ਼ੁਰ ਸਭ 'ਤੇ ਕਿਰਪਾ ਕਰਦਾ ਹੈ ਪਰ ਬਹੁਤੇ ਰੱਬ ਦੀ ਕਿਰਪਾ ਤੋਂ ਖਾਲੀ ਹੋਈ ਜਾਂਦੇ ਹੈ। ਹੁਣ ਤੁਸੀਂ ਸੋਚੋਗੇ ਆਹ ਕੀ ਭੇਦ ਦੀ ਗੱਲ ਹੋ ਗਈ ਕਿ ਪਰਮੇਸ਼ੁਰ ਸਾਰਿਆਂ 'ਤੇ ਕਿਰਪਾ ਕਰਦਾ ਤਾਂ ਵੀ ਬਹੁਤੇ ਪਰਮੇਸ਼ੁਰ ਦੀ ਕਿਰਪਾ ਤੋਂ ਖਾਲੀ ਹੋਈ ਜਾਂਦੇ ਹੈ। ਇਹੀ ਗੱਲ ਇੱਕ ਪੰਕਤ 'ਚ ਲਿਖੀ ਹੈ, ਪੜ੍ਹੋ। ਖਾਲੀ ਚੱਲੇ ਖਾਲੀ ਚੱਲੇ ਧਨੀ ਸਿਉਂ ਟਿੱਬੇ ਜਿਉਂ ਮੀਹਾਂ। ਕਿੰਨੀ ਸਪਸ਼ਟ ਧਾਰਨ ਦਿੱਤੀ ਇੱਕ ਪੰਕਤੀ 'ਚ, ਨਿਬੇੜਤਾ ਨਾ ਕੰਮ। ਦੇਖੋ ਕਹਿੰਦੇ ਪਰਮੇਸ਼ੁਰ ਦੀ ਕਿਰਪਾ ਤੋਂ ਖਾਲੀ ਜਾਂਦੇ ਨੇ ਬਹੁਤੇ, ਸਾਰੇ ਨਹੀਂ ਕਿਹਾ, ਬਹੁਤੇ। ਖਾਲੀ ਚੱਲੇ ਧਨੀ ਦਾ ਅਰਥ ਮਾਲਕ ਪਰਮੇਸ਼ੁਰ, ਧਨੀ ਖਾਲੀ ਚੱਲੇ ਧਨੀ ਸਿਉਂ। ਕਾਰਨ ਕੀ ਬਣ ਗਿਆ? ਗੁਰੂ ਜੀ ਕਹਿੰਦੇ ਟਿੱਬੇ ਜਿਉਂ ਮੀਂਹ, ਜਿਵੇਂ ਟਿੱਬੇ ਮੀਂਹ ਤੋਂ। ਬੱਦਲ ਨੇ ਬਿਤਕਰਾਣੀ ਕੀਤਾ, ਬੱਦਲ ਤਾਂ ਟਿੱਬਿਆਂ 'ਤੇ ਵੀ ਵਰਸਿਆ ਪਰ ਟਿੱਬਿਆਂ 'ਤੇ ਪਾਣੀ ਖੜੇ ਹੀ ਨਹੀਂ, ਤਿਲਕ ਗਿਆ, ਸਲਿੱਪ ਕਰ ਗਿਆ, ਢਲ ਗਿਆ ਕਹਿ ਲਓ। ਟਿੱਬੇ ਆਪਣੇ ਆਪ 'ਚ ਹੀ ਭਰੇ ਹੋਏ ਹੈ, ਟਿੱਬੇ ਆਪਣੇ ਆਪ 'ਚ ਹੀ ਭਰੇ ਹੋਏ ਹੈ, ਖੜਦੇ ਹੀ ਨਹੀਂ ਉੱਥੇ ਮੀਂਹ ਦਾ ਪਾਣੀ। ਬੱਦਲ ਤਾਂ ਟਿੱਬਿਆਂ 'ਤੇ ਵੀ ਵਰਸਿਆ ਪਰ ਤਾਂ ਵੀ ਟਿੱਬੇ ਬੱਦਲ ਦੀ ਕਿਰਪਾ ਤੋਂ ਖਾਲੀ ਰਹਿ ਗਏ, ਤਾਂ ਵੀ ਕੁਝ ਹਰਾ ਨਹੀਂ ਹੋਇਆ ਕਿਉਂਕਿ ਪਾਣੀ ਸੰਭਾਲੇ ਨਹੀਂ ਗਿਆ। ਤੇ ਜਾਂ ਮੁੱਦੇ ਭਾਂਡੇ ਦਾ ਦਸਤਾਨ ਦਿੱਤਾ ਬਾਣੀ 'ਚ, ਗੱਲ ਚ ਨਹੀਂ ਨਾ, ਕਿਰਪਾ ਆਪਾਂ ਕਿਰਪਾ ਤੇ ਗੱਲ ਸਮਝ ਰਹੇ ਹਾਂ। ਬਾਣੀ 'ਚ ਲਿਖਿਆ ਉਂਦਾ ਭਾਂਡਾ, ਉਂਦਾ ਉਂਦਾ ਤਾਂ ਮੁੱਦਾ, ਉਂਦਾ ਭਾਂਡਾ ਕਛ ਨਾ ਸਮਾਵੈ, ਸਿੱਧਾ ਅੰਮ੍ਰਿਤ ਪਵੈ ਨਿਹਾਰ। ਦੇਖ ਉਹ ਸਿੱਧੇ ਭਾਂਡੇ ਵਿੱਚ ਅੰਮ੍ਰਿਤ ਪੈਂਦਾ ਦੇਖੀਦਾ, ਦੇਖ ਭਰ ਗਿਆ ਨਾ ਭਾਂਡਾ ਕਿਉਂ ਸਿੱਧਾ। ਭਾਵ ਕਿ ਵਚਨ ਮੰਨਣ ਵਾਲੇ ਪਰਮੇਸ਼ੁਰ ਦੀ ਹੋਂਦ ਮੰਨਣ ਵਾਲੇ ਸਿੱਧੇ ਭਾਂਡੇ ਹੈ, ਸਿੱਧੇ ਭਾਂਡੇ ਆ, ਸਿੱਧੇ ਹੋ ਗਏ ਅੰਮ੍ਰਿਤ ਵੱਲ ਨੂੰ ਸਿੱਧੇ, ਉਹ ਤਾਂ ਵਰਸ ਹੀ ਰਿਹਾ। ਪਰ ਵਚਨ ਨਾ ਮੰਨਣ ਵਾਲਾ ਬੇਮੁੱਖ ਜਾਂ ਉਹਦੀ ਹੋਂਦ ਤੋਂ ਮੁਣਤਰ ਮੁੱਦਾ ਭਾਂਡਾ, ਉਂਦਾ ਭਾਂਡਾ। ਹੁਣ ਤੁਸੀਂ ਦੱਸੋਗੇ ਮੈਨੂੰ ਵੀ ਆਪਣੇ ਵਿਹੜੇ ਦੇ ਵਿੱਚ ਕੋਈ ਮੁੱਦਾ ਭਾਂਡਾ ਪਿਆ, ਸਿੱਧੀਆਂ ਉਦਾਹਰਨਾਂ, ਮੀਂਹ ਤਾਂ ਮੁੱਦੇ ਭਾਂਡੇ 'ਤੇ ਹੀ ਪੈ ਰਿਹਾ, ਵਿਹੜੇ 'ਚ ਹੀ ਕੁਝ ਸਿੱਧੇ ਭਾਂਡੇ ਪਏ ਆ, ਹੁਣ ਸਿੱਧੇ ਭਾਂਡੇ ਭਰੇ ਪਏ ਆ। ਕਿੰਨੀਆਂ ਸੌਖੀਆਂ ਉਦਾਹਰਨਾਂ ਬਾਣੀ 'ਚ, ਉਹ ਮੁੱਦਾ ਭਾਂਡਾ ਰਹਿ ਗਿਆ, ਹੁਣ ਮੁੱਦਾ ਭਾਂਡਾ ਕਹੇ ਦ੍ਰਿਸ਼ਟਾਂਤ ਆ ਨਾ, ਤਾਂ ਮੁੱਦਾ ਭਾਂਡਾ ਕਹੇ ਬੱਦਲ ਜੀ ਮੇਰੇ 'ਤੇ ਵੀ ਕਿਰਪਾ ਕਰ ਦਿਓ, ਬੱਦਲ ਜੀ ਮੇਰੇ ਆਸੇ ਪਾਸੇ ਦੇ ਸਾਰੇ ਭਾਂਡੇ ਭਰੇ ਪਏ ਆ, ਮੇਰੇ 'ਤੇ ਵੀ ਕਿਰਪਾ ਕਰ ਦਿਓ। ਮੁੱਦਾ ਭਾਂਡਾ ਕਹਿੰਦਾ ਬੱਦਲ ਨੂੰ, ਬੱਦਲ ਕਹਿੰਦਾ ਮੈਂ ਤਾਂ ਕਿਰਪਾ ਕਰੀ ਹੋਈ ਜਾਂਦਾ, ਤੂੰ ਹੀ ਮੁੱਦਾ ਹੈ, ਬੋਲੋ ਸਤਨਾਮ, ਹਾਂ ਤੂੰ ਹੀ ਉਧਾਰਨ, ਹਨੂਦਾ ਭਾਂਡਾ ਰਹਿ ਗਿਆ। ਬਸ ਆਹ ਚੀਜ਼ ਹੈ, ਇਸ ਕਰਕੇ ਕਿਰਪਾ ਦੇ ਪਾਤਰ ਬਣੀਏ।
पात्र ठूठे नूं पात्र कहिंदे ने ना वी खैर तां पाउंदा ही है वी तू ठूठा तां कर ला ठूठा तां कर ला इदां दा कर ला क्योंकि खैर पाउणा चाहीदा ऐ तां करनी पऊ आपां नूं कि नहीं करना पऊगा वी ऐ तां कर ला इन्नी गल ही है बस रब की कृपा कहना कोई मुल मिलती है तो एडा वड्डा दाता है उन्होंने बदले में तो कोई तेरे तो इच्छा ही नहीं उन्होंने तिल जिनी तमाही नहीं कोई पढ़ो वड्डा दाता तिल ना तमाए उन्होंने तो तिल जिनी भी तमा नहीं कोई उन्होंने तिल जिन्ना भी कोई लालच नहीं तेतो बदले में कुछ नहीं चाहता हाँ जे तू सुकून वाला जीवन जीवन है तो शुकराना कर दया कर शुकराना फर्ज बनता है ना वह भी तेन सुकून मिलना है शुकराने की किस्त अदा कर दया कर इन देख लो इन प्रैक्टिकल करके देख लो असी तां कीता होया एक दो उदाहरण जिवें भी मान लो अज आप अज शाम नू सौण लगे सौण वेले परमेश्वर नू आप याद कर दी करते हैं गुरु का हुक्म है सौंदे वाह वाह उच्चरे उठते भी वाह करें चलो हुण की है आप सौंगे भी महाराज कृपा करो हुण मैं सौण लगे वधिया नींद आवे गूढ़ी सुपने रहत ड्रीमलैस स्लीप बहुत वधिया नींद आई मन लो गूढ़ी नींद आई पूरी शरीर का कला कला सैल चार्ज हो गया गूढ़ी नींद चार्जिंग होंदी है सारा शरीर का रोम रोम चार्ज ते लग जाता है हाँ जी जाग आई फुल वर्गा शरीर फिर की कर तू शुकराना कर दे शुक्र है शुक्र है शुक्र है तेरी कृपा ना मैं आराम ना सुता है मालक जी तेरी कृपा ना नींद वाली वधिया आया ਇੱਦਾਂ ਨਹੀਂ ਨਹੀਂ ਆਉਂਦੀ ਵੀ ਤੂੰ ਮਹਿੰਗਾ ਬੈੱਡ ਲੈ ਲੈ ਵੀ ਬੈੱਡ ਲੈ ਲੂ ਮਹਿੰਗਾ ਪੈਸੇ ਨਾ ਸੌਂ ਜਾਊ ਪੈਸੇ ਦੇ ਜੋ ਉਹਨੂੰ ਸੁੱਤਾ ਜਾਂਦਾ ਤੇ ਕਿਰਪਾ ਨਾ ਨਹੀਂ ਤਾਂ ਕਈਆਂ ਨੂੰ ਚੰਦਨ ਦੇ ਬੈੱਡਾਂ ਤੇ ਇੰਪੋਰਟਡ ਗੱਦਿਆਂ ਤੇ ਨੀਂਦ ਨਹੀਂ ਆਉਂਦੀ ਬੋਲੋ ਸਤਨਾਮ ਕਿੰਨੀ ਕਿਰਪਾ ਹੈ ਮੈਂ ਆਰਾਮ ਨਾਲ ਸੁੱਤਾ ਥੋੜੀ ਨੀਂਦ ਸੁੱਤਾ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਕਿਸ ਤਰ੍ਹਾਂ ਦਾ ਕਰਤੀ ਅਗਲੇ ਦਿਨ ਫਿਰ ਦਾਤ ਫਿਰ ਮਿਲੀ ਜਾਣੀ ਹੈ ਅਗਲੇ ਦਿਨ ਫਿਰ ਦਾਤ ਮਿਲ ਜਾਣੀ ਵੀ ਸ਼ੁਕਰਾਨੇ ਦੀ ਕਿਸ ਤਰ੍ਹਾਂ ਦਾ ਕਰਦਿਆ ਕਰ ਬਸ ਫਰਜ਼ੀ ਬਣਦਾ ਨਾ ਹੋਰ ਕੁਛ ਨਹੀਂ ਕਿੱਥੋਂ ਬਦਲੇ 'ਚ ਚਾਹੁੰਦਾ ਉਹਦੀ ਕਿਰਪਾ ਮੁੱਲ ਨਹੀਂ ਮਿਲਦੀ ਬਸ ਭਾਂਡੇ ਭਾਂਡਾ ਸਿੱਧਾ ਕਰਨਾ ਹੈ ਆਪਣਾ ਆਪ ਆਪਣਾ ਆਪ ਭਾਂਡਾ ਦਾ ਭਾਵ ਆਪਣਾ ਆਪ ਇਸ ਕਰਕੇ ਇੱਥੋਂ ਤੱਕ ਇਹ ਆਪਾਂ ਗੱਲ ਸਮਝ ਲਈ ਵੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਉਹੀ ਸੇਵਕ ਹੈ ਨਾ ਗੁਰ ਕੀ ਮੱਤ ਗੁਰੂ ਦੀ ਮੱਤ ਲਵੇ ਆਪਣੀ ਮਨਮਤ ਛੱਡ ਦੇ ਗੁਰੂ ਦੀ ਮੱਤ ਲੈ ਲੇ ਗੁਰੂ ਦੇ ਬਚਨਾਂ ਨੂੰ ਕਮਾਵੇ ਨਾਨਕ ਸੋ ਸੇਵਕ ਗੁਰ ਕੀ ਮੱਤ ਲੇ ਇੱਥੋਂ ਤੱਕ ਇਸ ਪਦੇ ਦੀ ਆਪਾਂ ਵਿਚਾਰ ਨੂੰ ਸਮਝਿਆ ਆਓ ਦਸਮੇਸ਼ ਪਿਤਾ ਦੇ ਜੀਵਨ ਇਤਿਹਾਸ ਦੇ ਵਿੱਚੋਂ ਇੱਕ ਤਾਂ ਆਪਾਂ ਇੱਕ ਛੋਟਾ ਕੁ ਪ੍ਰਸੰਗ ਕਹਿ ਦੇਵਾਂ ਪਹਿਲਾਂ ਫਿਰ ਭੰਗਾਣੀ ਦਾ ਯੁੱਧ ਆਪਾਂ ਇਹਦੀ ਵਿਚਾਰ ਕਰਦੇ ਹਾਂ ਦਸਮੇਸ਼ ਪਿਤਾ ਦਾ ਪਹਿਲਾ ਧਰਮ ਯੁੱਧ ਜਦੋਂ ਪਹਾੜੀ ਚੜ੍ਹ ਕੇ ਆਏ ਸੀ ਨਾ ਪੌਂਟਾ ਸਾਹਿਬ ਇਹ ਇਤਿਹਾਸ ਉਸ ਤੋਂ ਪਹਿਲਾਂ ਇੱਕ ਥੋੜ੍ਹੀ ਕੁ ਕਥਾ ਹੋਰ ਕਹਿ ਦੇਵਾਂ ਔਰੰਗਜ਼ੇਬ ਦੇ ਰਾਜ ਦਰਬਾਰ ਦੇ ਵਿੱਚ ਕੁਰਾਨ ਸ਼ਰੀਫ ਦੀਆਂ ਆਇਤਾਂ ਦੀ ਵਿਚਾਰ ਹੋ ਰਹੀ ਹੈ ਇੱਕ ਆਇਤ ਦੇ ਅਰਥਾਂ ਦੀ ਗਹਿਰੀ ਸਮਝ ਨਹੀਂ ਬਣ ਰਹੀ ਕਲੀਅਰ ਨਹੀਂ ਹੋ ਰਹੀ ਗੱਲ ਬੜੇ ਬੜੇ ਵਿਦਵਾਨਾਂ ਨੇ ਕੋਸ਼ਿਸ਼ ਕੀਤੀ ਪਰ ਕਹਿੰਦੇ ਔਰੰਗਜ਼ੇਬ ਦੀ ਤਸੱਲੀ ਨਾ ਹੋਈ ਤਸੱਲੀ ਨਾ ਹੋਈ ਇਹਦੇ ਅਰਥ ਨਹੀਂ ਕਹਿੰਦੇ ਗੱਲ ਬਣੀ ਨਹੀਂ ਬਹਾਦਰ ਸ਼ਾਹ ਕਹਿੰਦਾ ਇਹਦੇ ਅਰਥ ਕੱਲ੍ਹ ਨੂੰ ਮੈਂ ਸੁਣਾ ਸਕਦਾ ਕਹਿੰਦਾ ਕੱਲ੍ਹ ਨੂੰ ਐਂ ਨਹੀਂ ਕਿਹਾ ਵੀ ਹੁਣ ਵੀ ਸੁਣਾ ਦੇਣਾ ਕਿ ਉਹਨੂੰ ਵੀ ਸਿੱਖਣੇ ਸੀ ਕਹਿੰਦਾ ਕੱਲ੍ਹ ਨੂੰ ਮੈਂ ਸੁਣਾ ਦੂੰ ਉਸ ਵੇਲੇ ਕਹਿਣ ਲੱਗਿਆ ਠੀਕ ਹੈ ਕੱਲ੍ਹ ਨੂੰ ਤੂੰ ਸੁਣਾ ਦੀ ਵੈਸੇ ਹੈਰਾਨ ਤਾਂ ਹੋਇਆ ਵੀ ਇਹ ਕਿੱਦਾਂ ਸੁਣਾ ਦੂੰ ਕੱਲ੍ਹ ਨੂੰ
ਤਾਂ ਉਸ ਵੇਲੇ ਕਿ ਉਹਨੇ ਆਪਣੇ ਮਨ ਵਿੱਚ ਸੋਚ ਲਿਆ ਸੀ ਵੀ ਕੱਲ੍ਹ ਨੂੰ ਮੈਂ ਆਪਣੇ ਉਸਤਾਦ ਜੀ ਤੋਂ ਚੰਗੀ ਤਰ੍ਹਾਂ ਸਮਝ ਕੇ ਆ ਜਾਊਂ। ਉਹਨੂੰ ਯਕੀਨ ਸੀ ਵੀ ਮੇਰੇ ਉਸਤਾਦ ਨੇ ਇਹੋ ਜਿਹੇ ਅਰਥ ਸਮਝਾਉਣੇ ਹੈਗੇ ਤਸੱਲੀ ਹੋ ਹੀ ਜਾਣੀ ਹੈ। ਉਸਤਾਦ ਕੌਣ ਸੀ? ਭਾਈ ਨੰਦ ਲਾਲ ਉਸਤਾਦ ਸੀ, ਬਹਾਦਰ ਸ਼ਾਹ ਜੋ ਬਾਅਦ ਵਿੱਚ ਬਹਾਦਰ ਸ਼ਾਹ ਬਣੇ। ਮੋਹੀ ਨਾਂ ਲੈ ਤਾ ਨਾ ਜਿਹੜਾ ਪ੍ਰਚਲਿਤ ਹੁੰਦਾ, ਫਿਰ ਸਮਝ ਆ ਜਾਂਦੀ ਹੈ ਗੱਲ। ਤਾਂ ਉਸ ਵੇਲੇ ਇਹਨੂੰ ਕਹਿੰਦੇ ਠੀਕ ਹੈ, ਕੱਲ ਨੂੰ ਤੂੰ ਦੱਸ ਦੀ। ਇਹ ਆ ਗਿਆ ਤੇ ਆ ਕੇ ਆਪਣੇ ਉਸਤਾਦ ਨੂੰ ਨੰਦ ਲਾਲ ਜੀ ਨੂੰ ਕਹਿਣ ਲੱਗਿਆ ਕਿ ਮੈਨੂੰ ਤੁਸੀਂ ਆਹ ਆਇਤ ਦੇ ਅਰਥ ਦ੍ਰਿੜ੍ਹ ਕਰਾਓ, ਕੀ ਭਾਵ ਹੈ। ਚਲੋ ਉਸਨੇ ਗਹਿਰੇ ਭਾਵ ਅਰਥ ਸਮਝਾ ਦਿੱਤੇ ਬਹਾਦਰ ਸ਼ਾਹ ਨੂੰ, ਕਿਉਂਕਿ ਫਾਰਸੀ ਦੇ ਬਹੁਤ ਵੱਡੇ ਵਿਦਵਾਨ ਸੀ ਨੰਦ ਲਾਲ ਜੀ। ਜਿਸ ਵੇਲੇ ਗਹਿਰੇ ਅਰਥ ਸਮਝਾ ਦਿੱਤੇ, ਇਹਨੇ ਪੂਰਾ ਚੰਗੀ ਤਰ੍ਹਾਂ ਤਿਆਰੀ ਕਰ ਲਈ, ਕਹਿ ਲਓ ਪੂਰਾ ਪ੍ਰਪੇਅਰ ਹੋ ਕੇ ਤਿਆਰੀ ਕਰਕੇ ਆ ਗਿਆ ਅਗਲੇ ਦਿਨ। ਅਗਲੇ ਦਿਨ ਇਹਨੇ ਆ ਕੇ ਅਰਥ ਸੁਣਾਏ ਤੇ ਫਿਰ ਸਾਰੇ ਆਸ਼ਾਸ਼ ਹੋ ਉੱਠੀ, ਵਾਹ ਕਮਾਲ, ਵੀ ਤਾਂ ਕਮਾਲ ਹੀ ਕਰਤੀ ਜਮਾਂ। ਜਿਸ ਵੇਲੇ ਪੁੱਛਣਾ ਕੀਤਾ ਔਰੰਗਜ਼ੇਬ ਨੇ, ਕਹਿੰਦਾ ਮੈਨੂੰ ਪਤਾ ਵੀ ਅਰਥ ਤੇਰੇ ਆਪਣੀ ਸਮਝ ਵਿੱਚ ਤਾਂ ਨਹੀਂ ਆਏ, ਤੂੰ ਸਿੱਖੇ ਹੈ ਕਿਸੇ ਤੋਂ, ਤੂੰ ਇਹ ਅਰਥ ਕਿਸੇ ਤੋਂ ਸਿੱਖ ਕੇ ਆਇਆ ਤੇ ਦੱਸ ਵੀ ਇਹ ਕਿਹਤੋਂ ਸਿੱਖੇ ਆ ਅਰਥ, ਬਾਕੀ ਬਾਬਾ ਕਮਾਲ ਆ। ਇਹ ਕਹਿੰਦਾ ਇਹ ਅਰਥ ਮੈਂ ਆਪਣੇ ਉਸਤਾਦ ਤੋਂ ਸਿੱਖੇ ਆ, ਆਪਣੇ ਉਸਤਾਦ ਤੋਂ ਸਿੱਖੇ ਨੇ ਨੰਦ ਲਾਲ ਜੀ ਤੋਂ। ਔਰੰਗਜ਼ੇਬ ਕਹਿੰਦਾ ਅੱਛਾ, ਇੰਨੀ ਗਹਿਰੀ ਸਮਝ ਆ ਉਹਨਾਂ ਦੀ, ਇੰਨਾ ਸਮਝਦਾਰ ਬੰਦਾ ਹੈ, ਗੈਰ ਮੁਸਲਮਾਨ ਹੈ, ਇੱਧਰਲੋ ਸੋਚ ਦੇਖ ਲਓ ਕਿੰਨੀ ਤੰਗ ਸੋਚ ਹੈ ਇੱਧਰ। ਕਹਿੰਦੇ ਇੰਨਾ ਸਮਝਦਾਰ ਬੰਦਾ ਗੈਰ ਮੁਸਲਮਾਨ, ਇਹ ਮੈਨੂੰ ਠੀਕ ਨਹੀਂ ਲੱਗਦਾ। ਜਾ ਪੁੱਤ ਆਪਣੇ ਉਸਤਾਦ ਨੂੰ ਜਾ ਕੇ ਕਹਿ ਦੇ ਵੀ ਜਾਂ ਤਾਂ ਇਸਲਾਮ ਕਬੂਲ ਕਰ ਲਵੇ, ਐਡਾ ਮਹਾਨ ਵਿਦਵਾਨ ਤਾਂ ਮੁਸਲਮਾਨ ਹੀ ਹੋਣਾ ਚਾਹੀਦਾ, ਅਤੇ ਜਾਂ ਫਿਰ ਉਹਦਾ ਸਿਰ ਕਲਮ ਕਰ ਦਿੱਤਾ ਜਾਵੇਗਾ, ਦੇਖ ਲਓ ਮਿਲ ਗਿਆ ਨਾਮ, ਜਾਂ ਫਿਰ ਉਹਦਾ ਸਿਰ ਕਲਮ ਕਰ ਦਿੱਤਾ ਜਾਵੇਗਾ। ਜਿਸ ਵੇਲੇ ਇਹਨਾਂ ਕਿਹਾ ਤੇ ਹੁਣ ਬਹਾਦਰ ਸ਼ਾਹ ਨਿੰਮੋ ਝਾਣਾ ਜਿਹਾ ਹੋ ਕੇ ਆ ਗਿਆ। ਜਿਸ ਵੇਲੇ ਉਦਾਸੀ ਜੀ ਚ ਆਇਆ, ਕਹਿ ਲਓ ਆਇਆ ਜਿਸ ਵੇਲੇ, ਤੇ ਉਸ ਵੇਲੇ ਨੰਦ ਲਾਲ ਜੀ ਕਹਿਣ ਲੱਗੇ ਅਰਥ ਤੂੰ ਸੁਣਾਏ ਅੱਜ? ਕਹਿੰਦਾ ਹਾਂ। ਕਿਵੇਂ? ਤੇਰੇ ਚਿਹਰੇ ਦੇ ਉੱਤੇ ਖੁਸ਼ੀ ਨਹੀਂ, ਪਸੰਦ ਨਹੀਂ ਆਏ ਅਰਥ, ਤਸੱਲੀ ਨਹੀਂ ਹੋਈ? ਕਹਿੰਦਾ ਨਹੀਂ ਜੀ, ਤਸੱਲੀ ਤਾਂ ਹੋਊਗੀ ਪੂਰੀ, ਤਸੱਲੀ ਪੂਰੀ ਹੋਗੀ। ਫਿਰ ਕਾਰਨ ਕੀ ਆ, ਤੂੰ ਅਰਦਾਸ ਕਰਦੇ ਹੈ? ਕਹਿੰਦਾ ਅਰਦਾਸ ਤਾਂ ਇਹ ਹੈ ਵੀ ਇੱਕ ਪੰਗਾ ਹੋਰ ਪੈ ਗਿਆ। ਪੰਗਾ ਕਾਹਦਾ ਪੈ ਗਿਆ? ਕਹਿੰਦਾ ਪੰਗਾ ਇਹ ਪੈ ਗਿਆ ਵੀ ਹੁਣ ਕਹਿ ਦਿੱਤਾ ਕਿ ਏਡਾ ਵੱਡਾ ਵਿਦਵਾਨ ਮੁਸਲਮਾਨ ਹੋਣਾ ਚਾਹੀਦਾ, ਗੈਰ ਮੁਸਲਮਾਨ ਤਾਂ ਠੀਕ ਨਹੀਂ, ਅਤੇ ਮੈਨੂੰ ਉਹਨਾਂ ਨੇ ਕਹਿਤਾ ਵੀ ਆਪਣੇ ਉਸਤਾਦ ਨੂੰ ਜਾ ਕੇ ਕਹਿ ਦੇ ਜਾਂ ਤਾਂ ਸਲਾਮ ਕਬੂਲ ਕਰ ਲਵੇ, ਨਹੀਂ ਤਾਂ ਫਿਰ ਉਹਦਾ ਸਿਰ ਕਲਮ ਕਰ ਦਿੱਤਾ ਜਾਊਗਾ, ਜਾਂ ਮੌਤ ਜਾਂ ਸਲਾਮ। ਜਿਸ ਵੇਲੇ ਇੰਨੀ ਗੱਲ ਸੁਣਾਈ ਤਾਂ ਉਸ ਵੇਲੇ ਨੰਦ ਲਾਲ ਕਹਿਣ ਲੱਗਾ ਕੋਈ ਨਹੀਂ, ਤੂੰ ਘਬਰਾ ਨਾ, ਮੈਂ ਚਲੇ ਜਾਣਾ ਇੱਥੋਂ, ਮੈਂ ਇੱਥੋਂ ਚਲੇ ਜਾਣਾ। ਉਸ ਵੇਲੇ ਬਹਾਦਰ ਸ਼ਾਹ ਕਹਿੰਦਾ ਜਾਏਗਾ ਕਿੱਥੇ? ਸਾਰੇ ਰਾਜ ਤਾਂ ਮੇਰੇ ਬਾਪੂ ਦਾ, ਤੇ ਕੋਈ ਵੀ ਡਰਦਾ ਮਾਰਾ ਰੱਖਣ ਨੂੰ ਤਿਆਰ ਨਹੀਂ ਹੋਣਾ, ਕੋ ਸੁਭਾਈ ਦਾ ਇੱਦਾਂ ਦਾ ਅੜਬ ਕੱਟੜ। ਜਿਸ ਵੇਲੇ ਲਓ ਜੀ ਇਹਨਾਂ ਕਿਹਾ ਵੀ ਜਾਏਗਾ ਕਿੱਥੇ, ਰੱਖੂ ਤੈਨੂੰ ਕੌਣ, ਸਮੇਂ ਦੀ ਹਕੂਮਤ ਤੋਂ ਡਰਦੇ ਆ ਸਾਰੇ। ਨੰਦ ਲਾਲ ਕਹਿੰਦਾ ਇੱਕ ਥਾਂ ਹੈਗੀ ਹੈ ਜਿੱਥੇ ਮੈਨੂੰ ਟਿਕਾਣਾ ਮਿਲ ਜਾਣਾ, ਜਿੱਥੇ ਸ਼ਰਨਾਂ ਦੀ ਲਾਜ ਰੱਖੀ ਦੀ ਹੈ, ਜੋ ਦਰ ਸਮੇਂ ਦੀਆਂ ਹਕੂਮਤਾਂ ਦਾ ਦਬਾਅ ਵੀ ਨਹੀਂ ਬਣਦਾ, ਜੋ ਦਰ ਸਮੇਂ ਦੀਆਂ ਹਕੂਮਤਾਂ ਦਾ ਦਬਾਅ ਵੀ ਨਹੀਂ ਬਣਦਾ। ਬਹਾਦਰ ਸ਼ਾਹ ਕਹਿੰਦਾ ਉਹ ਕਿਹੜਾ ਦਰ ਹੈ? ਨੰਦ ਲਾਲ ਕਹਿੰਦੇ ਉਹ ਦਰ ਹੈ ਮੈਂ ਜਾਵਾਂਗਾ ਅਨੰਦਪੁਰ ਸਾਹਿਬ,
गुरु गोबिंद सिंह दी चरण शरण। ਉਹ ਨਾ ਹਕੂਮਤ ਦਾ ਦਬਾਅ ਮੰਨਦੇ ਨੇ, ਸ਼ਰਨਾਏ ਦੀ ਲਾਜ ਰੱਖਦੇ ਆ, ਸ਼ਰਨਾਏ ਦੀ ਬਾਂਹ ਫੜਦੇ ਆ। ਤੇ ਮੈਂ ਉੱਥੇ ਉੱਥੇ ਚਲਾ ਜਾਵਾਂਗਾ, ਉੱਥੇ ਮੈਨੂੰ ਹਕੂਮਤ ਕੁਝ ਨਹੀਂ ਕਰ ਸਕਦੀ। ਇੰਨਾ ਦੱਸਿਆ, ਚਲੋ ਇਹ ਕਹਿਣ ਲੱਗਿਆ ਫਿਰ ਉਸਤਾਦ ਜੀ ਤੁਸੀਂ ਨਿਕਲ ਜਾਓ, ਕਿਉਂ ਫਿਰ ਵੀ ਪਿਆਰ ਸੀ ਨਾ ਉਸਤਾਦ ਸੀ ਆਖਰ, ਵੀ ਠੀਕ ਹੈ ਤੁਸੀਂ ਨਿਕਲ ਜਾਓ। ਉੱਥੋਂ ਆਨੰਦ ਲਾਲ ਨਿਕਲਿਆ ਤੇ ਪਹੁੰਚ ਗਿਆ ਦਸ਼ਮੇਸ਼ ਪਿਤਾ ਜੀ ਦੀ ਚਰਨ ਸ਼ਰਨ ਆਨੰਦਪੁਰ ਸਾਹਿਬ। ਇੱਥੇ ਰਹਿਣਾ ਸ਼ੁਰੂ ਕੀਤਾ। ਵਿਦਵਾਨ ਭਾਵੇਂ ਬਹੁਤ ਵੱਡਾ ਹੈ ਪਰ ਸੇਵਾ ਬੜੀ ਕਰਦਾ। ਇਹਨੇ ਇੱਕ ਲੰਗਰ ਵੀ ਚਲਾਇਆ, ਇੱਥੇ ਲੰਗਰ ਬਹੁਤ ਚੱਲਦੇ ਸੀ। ਨੰਦ ਲਾਲ ਨੇ ਵੀ ਇੱਕ ਲੰਗਰ ਚਲਾਇਆ, ਬੜੀ ਸੇਵਾ ਕਰਦਾ ਗੁਰਦੁਆਰ ਦੇ ਵਿੱਚ, ਆਮ ਵੀ ਬੜੀ ਸ਼ਰਧਾ ਭਾਵਨਾ ਪਿਆਰ ਵਾਲਾ। ਨੰਦ ਲਾਲ ਦਾ ਲਿਖਤ ਪੜ੍ਹੀ ਹੋਣੀ ਤੁਸੀਂ, ਗਜ਼ਲਾਂ ਜ਼ਿੰਦਗੀ ਨਾਵਾਂ, ਇਹਨੇ ਬੰਦਗੀ ਨਾਵਾਂ ਲਿਖਿਆ ਸੀ, ਦਸ਼ਮੇਸ਼ ਪਿਤਾ ਨੇ ਨਾਂ ਦੇ ਦਿੱਤਾ ਸਾਨੂੰ ਜ਼ਿੰਦਗੀ ਨਾਵਾਂ। ਉਹਦਾ ਪੰਜਾਬੀ ਉਲੱਥਾ ਮੈਂ ਪੜ੍ਹਿਆ ਕਿਉਂਕਿ ਫਾਰਸੀ ਮੈਨੂੰ ਆਉਂਦੀ ਨਹੀਂ, ਸਪਸ਼ਟ ਗੱਲ ਹੈ। ਰੱਟਾ ਮੈਂ ਲਾਉਣ ਦੀ ਕੋਸ਼ਿਸ਼ ਕਦੇ ਕੀਤੀ ਨਹੀਂ, ਜਿਹੜੀ ਨਹੀਂ ਆਉਂਦੀ ਭਾਸ਼ਾ ਨਹੀਂ ਆਉਂਦੀ। ਆਪਾਂ ਕਿੰਨਾ ਉਹਨੂੰ ਸੋਧ ਕੇ ਬੋਲੀਏ, ਅਣਜਾਣ ਆਪਾਂ ਹੁੰਦੇ ਹਾਂ, ਉਹ ਲਾਜ਼ਮੀ ਲਫ਼ਜ਼ ਹੋਰੂ ਬੋਲਿਆ ਜਾਂਦਾ, ਜਾਣਕਾਰ ਫਿਰ ਫੜ ਲੈਂਦਾ ਗੱਲ ਵੀ ਇਹਨੂੰ ਆਉਂਦੀ ਨਹੀਂ, ਇਸ ਕਰਕੇ ਮੈਂ ਕੋਸ਼ਿਸ਼ ਹੀ ਨਹੀਂ ਕੀਤੀ। ਪੰਜਾਬੀ ਉਲੱਥੇ ਪੜ੍ਹ ਲਈ ਦੇ ਆ। ਹਾਂਜੀ, ਜਿਸ ਵੇਲੇ ਗੱਲ ਚੱਲੀ ਸੀ ਹੁਣ, ਤਾਂ ਇੱਕ ਦਿਨ ਕੀ ਹੋਇਆ, ਦਸ਼ਮੇਸ਼ ਪਿਤਾ ਜੀ ਨੇ ਅੱਧੀ ਰਾਤ ਨੂੰ ਹੋਰ ਤਰ੍ਹਾਂ ਦਾ ਭੇਸ ਬਣਾ ਕੇ ਲੰਗਰ ਚੈੱਕ ਕੀਤੇ, ਪ੍ਰੀਖਿਆ ਲਈ ਕਹਿ ਲਓ, ਪਰਖ ਕੀਤੀ ਕਹਿ ਲਓ। ਅੱਜ ਦਸ਼ਮੇਸ਼ ਪਿਤਾ ਜੀ ਆਪ ਹੀ ਇਕੱਲੇ ਨਾ ਇੱਕ ਗਰੀਬੜੇ ਜਿਹੇ ਸਿੱਖ ਦਾ ਰੂਪ ਬਣਾ ਕੇ ਆ ਗਏ, ਇੱਕ ਲੰਗਰ ਵਿੱਚ ਗਏ, ਤਾਂ ਫਿਰ ਉਦਾਂ ਦੀ ਆਵਾਜ਼ ਵਿੱਚ ਹੀ ਬੋਲੇ, ਬਸ ਜਿਵੇਂ ਕੋਈ ਆਮ ਜਾਂ ਕੋਈ ਗਰੀਬੜਾ ਸਿੱਖ ਬੋਲਦਾ ਹੁੰਦਾ। ਤੇ ਜੀ ਪ੍ਰਸ਼ਾਦਾ ਛਕਣਾ ਸੀ ਜੀ, ਪ੍ਰਸ਼ਾਦੇ ਦਾ ਟਾਈਮ ਹੈ, ਹੁਣ ਅੱਧੀ ਰਾਤ ਹੋਈ ਪਈ ਹੈ, ਇਹ ਜਵਾਬ ਮਿਲਿਆ, ਕਿਉਂਕਿ ਉਹਨੂੰ ਕੋਈ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਕੌਣ ਨੇ। ਚਲੋ ਕਿਸੇ ਹੋਰ ਲੰਗਰ ਵਿੱਚ ਚਲੇ ਗਏ, ਉੱਥੇ ਆਵਾਜ਼ ਦਿੱਤੀ ਜਾ ਕੇ ਜੀ ਪ੍ਰਸ਼ਾਦਾ ਛਕਣਾ ਸੀ ਜੀ। ਉੱਥੋਂ ਥੋੜ੍ਹਾ ਜਿਹਾ ਹੋਰ ਕਰੜਾ ਜਵਾਬ, ਬੋਲੀ ਉਹੀ ਪਰ ਮਾੜਾ ਜਿਹਾ ਤਿੱਖਾ। ਉਹ ਜਦੋਂ ਜੀ ਕਰਦਾ ਮੂੰਹ ਚੱਕ ਕੇ ਆ ਜਾਂਦੇ, ਹੁਣ ਟਾਈਮ ਹੈ ਪ੍ਰਸ਼ਾਦੇ ਦਾ, ਕੋਈ ਅੱਧੀ ਰਾਤ ਹੋਈ ਪਈ ਹੈ, ਤੈਨੂੰ ਨਹੀਂ ਦਿੰਦਾ, ਬੜਾ ਕਰੜਾ ਹੀ ਬੋਲਿਆ ਜਾਵੇ। ਜੋ ਜੀ ਕਰਦਾ ਮੂੰਹ ਚੱਕ ਕੇ ਆ ਜਾਂਦੇ, ਹੁਣ ਟਾਈਮ ਹੈ ਕੋਈ ਪ੍ਰਸ਼ਾਦੇ ਦਾ। ਚਲੋ ਉੱਥੋਂ ਵੀ ਅੱਗੇ ਨੂੰ ਆ ਗਏ, ਹੋਰ ਕਿਸੇ ਲੰਗਰ ਚਲੇ ਗਏ, ਜੀ ਪ੍ਰਸ਼ਾਦਾ ਛਕਣਾ ਸੀ। ਕਹਿੰਦੇ ਅੱਧੀ ਰਾਤ ਹੋਈ ਪਈ ਹੈ, ਸੇਵਾਦਾਰ ਆਰਾਮ ਕਰਦੇ ਹੈ, ਸੇਵਾਦਾਰ ਹੁਣ ਆਰਾਮ ਕਰਦੇ ਹੈ, ਏਦਾਂ ਦਾ ਜਵਾਬ। ਗੱਲ ਮੁੱਕੀ, ਏਦਾਂ ਕਿਸੇ ਨੇ ਕੁਛ ਕਿਹਾ, ਕਿਸੇ ਨੇ ਕੁਛ, ਮੈਂ ਸੰਖੇਪ ਕਰਾਂ। ਨੰਦ ਲਾਲ ਦੇ ਲੰਗਰ ਵਿੱਚ ਚਲੇ ਗਏ, ਉੱਥੇ ਵੀ ਏਦਾਂ ਕਿਹਾ, ਜੀ ਪ੍ਰਸ਼ਾਦਾ ਛਕਣਾ ਸੀ। ਨੰਦ ਲਾਲ ਜੀ ਗਏ, ਭੱਜੇ ਭੱਜੇ, ਜੋ ਵੀ ਰਸਦ ਸੀ ਗੁਰੂ ਕੇ ਲੰਗਰ ਵਿੱਚ, ਰਸਦ ਰਸਦ ਰੂਪ ਦੇ ਵਿੱਚ ਰਸਦ ਅੱਗੇ ਲਿਆ ਕੇ ਰੱਖਤੀ। ਕਹਿੰਦੇ ਜੀ ਇਸ ਵੇਲੇ ਲੰਗਰ ਇਸ ਰੂਪ ਦੇ ਵਿੱਚ ਹੈ, ਜੇ ਤੁਸੀਂ ਦਸ ਕੁ ਮਿੰਟ ਬਹਿ ਜਾਓ ਨਾ, ਮੈਂ ਦਸ ਮਿੰਟਾਂ 'ਚ ਮੈਂ ਆਟਾ ਗੁੰਨ ਕੇ ਪ੍ਰਸ਼ਾਦੇ ਤਿਆਰ ਕਰ ਦਿੰਦਾ, ਦਸ ਮਿੰਟਾਂ ਦੇ ਵਿੱਚ ਹੀ, ਬਸ ਦਸ ਮਿੰਟ ਤੁਸੀਂ ਬੈਠੋ, ਅਤੇ ਜੇ ਤੁਸੀਂ ਆਪਣੇ ਹੱਥੀਂ ਬਣਾ ਕੇ ਛਕਣਾ ਚਾਹੁੰਦੇ ਹੋ ਤਾਂ ਤੁਹਾਡੀ ਖੁਸ਼ੀ, ਰਸਦ ਲਿਜਾਣਾ ਚਾਹੁੰਦੇ ਹੋ ਤਾਂ ਨਹੀਂ, ਤੁਸੀਂ ਬੈਠੋ, ਮੈਂ ਹੁਣੇ ਤਿਆਰ ਕਰ ਦਿੰਦਾ। ਪਰ ਇਸ ਵੇਲੇ ਲੰਗਰ ਇਸ ਰੂਪ ਦੇ ਵਿੱਚ ਹੈ, ਗੱਲ ਤਾਂ ਭਾਵਨਾ ਦੀ ਫੜਨੀ ਸੀ ਨਾ, ਹਾਜ਼ਰ ਕਰਤੀ ਰਸਦ। ਉਸ ਵੇਲੇ ਕਿਤੇ ਪਰਚਾ ਸੀ, ਪਰਖ ਸੀ, ਉਸ ਵੇਲੇ ਕਹਿੰਦੇ ਚਲੋ ਜੀ ਸਾਨੂੰ ਤਾਂ ਜੀ ਰਸਦ ਹੀ ਦੇ ਦਿਓ, ਅਸੀਂ ਕਰ ਲਾਂਗੇ ਤਿਆਰ। ਇਹਨਾਂ ਕਹਿ ਕੇ ਰਸਦ ਲੈ ਆਏ, ਲੈ ਆਏ ਤੇ ਅਗਲੇ ਦਿਨ ਗੁਰਦੁਆਰ ਦੇ ਵਿੱਚ ਜੋ ਗੁਰਦੁਆਰ ਲੱਗਿਆ, ਗੁਰੂ ਸਾਹਿਬ ਜੀ ਸੁਸ਼ੋਭਿਤ ਹੋਏ ਗੁਰਦੁਆਰ 'ਚ,
अज हजूरी सेवादार कहें हजूरी सेवादार कहें भी लंगर वालू बुलाओ लंगर वालू बुलाओ बुला ले उन्होंने कोई पता नहीं गल की है बुलाए जिदे को पहला गए से उसनों कहें भी हाँ भी लंगर चलाने ती हाँ जी उन्होंने लगता से भी शायद कोई नाम नूम मिलन गया जो कोई सरोपे मिलन गए अच्छा जे कोई रात को आ जाए रात को कोई आ जाए प्रशादा शगन थोड़ा रात लंघी कोई राही बंधी आ जाता है फिर की करना है इन्ना कहा नाल दी नाल उहदे अंदर उह रात वाला सीन बन गया भी रात एक आया सी सिख ते उहदे अंदर ही ख्याल बन गया चुप जे कर गया जे कोई रात को आ जाए फिर की करदे चलो कहन लग्या महाराज तुहानू फतेह साहब मैं समझ विच आ गई गल रात एक सिख आया सी ते फिर गुरु साहब कहिंदे छकाता सी प्रशादा उहनू कहिंदा ना महाराज उहनू इही कहा सी वी हुण तां अद्धी रात है हुण तां अद्धी रात है दूजे ने पुछया वह समझ भी गए भी गुरु साहब आप ही गए से गरीब जे सिख का भेख बना के दूजे ने पुछया नाल दी नाल कहिंदे भी तू तो थोड़ा ज्यादा ही तिखा सी भी मूँह चक्के आज अद्धी रात को प्रशादे का टाइम है कोई गल मुकी गल खुल गई सारी सो जिस वेले भाई नंद लाल पास हो गए भाई नंद लाल नू शाबाश दिती प्यार दिता भी ठीक है इदा की विरती ही होनी चाहिए है विचों गल करनी पै जी मैं याद आ जाता है मैं बहुत बारी गल की है पहला असी कानपुर गए सी अज तो कई साल पहला उत्थे पहुंचे असी राती साढ़े बारह एक का टाइम होगा गुरद्वारा साहब चले गए गुरद्वारा साहब चले गए जिस वेले तो हूँ असी झिझकी गए मेरे नाल होर सिंह सी मैं कहा अद्धी रात है हुण चल इदां ही पै जाने जिस वेले गए तो कहिंदे हां सिंह कित्थों आए असी कहा जी पंजाब तों आए ठीक है बैठो बैठो जिस वेले उस वेले लांगरी सिंह कहिंदा जी दस मिनट ही लगणगे आटा गुन्निया पिया ते असी हथ जोड़ गए भी रहण दो जी तुसीं कोई गल नहीं जी आपां थोड़ा दुध पीणे दी पै जाने ना ना तुसीं थोनू भुख लगी होणी सानूं पता है नहीं नहीं इदां नहीं इह नहीं हो सकदा तुसीं बैठो ਐਨੇ ਤੁਸੀਂ ਨਾ ਸੂਪ ਪੀਓ ਛੋਲੇ ਵਿੱਚ ਹੀ ਇਹਦੇ ਅਖਾਓ ਸਾਨੂੰ ਭਰ ਭਰ ਕੇ ਕੌਲਾ ਦੇ ਤਾ ਅਸੀਂ ਉਹ ਸੂਪ ਪੀ ਗਏ ਵਿੱਚੋਂ ਵਿੱਚੋਂ ਛੋਲਿਆਂ ਦੇ ਦਾਣੇ ਖਾਈ ਗਏ ਇਹਨੇ ਜੀ ਤਿਆਰ ਹੋ ਜੂ ਉਸੇ ਵੇਲੇ ਪ੍ਰਸ਼ਾਦਾ ਤਿਆਰ ਕਰਕੇ ਸਾਨੂੰ ਛਕਾਇਆ ਅੱਜ ਤੱਕ ਯਾਦ ਹੈ ਅੱਜ ਵੀ ਮੈਂ ਗੱਲ ਕਰਦਾ ਮਾਈਕ ਤੇ ਅੱਜ ਤੱਕ ਉਹ ਲਾਂਗਰੀ ਦਾ ਮੇਰੇ ਅੰਦਰ ਧਿਆਨ ਹੈ ਵੀ ਇੱਦਾਂ ਦੇ ਹੋਣ ਗੁਰਸਿੱਖ ਕਹਿੰਦੇ ਨਾ ਜੀ ਮੈਂ ਕਹਿੰਦਾ ਅਤਿਥੀ ਦੀ ਸੇਵਾ ਤਾਂ ਇਹੀ ਹੈ ਜਿਹੜਾ ਬਿਨਾਂ ਦੱਸੇ ਤੋਂ ਅਣਦੱਸੇ ਟਾਈਮ 'ਤੇ ਆਉਂਦਾ ਕਹਿੰਦੇ ਇਹ ਇਹੀ ਸੇਵਾ ਤਾਂ ਦੱਸਿਆ ਸਾਨੂੰ ਟਾਈਮ ਨਾਲ ਤਾਂ ਸੇਵਾ ਸਾਰੇ ਕਰਦੇ ਅਤਿਥੀ ਦੀ ਸੇਵਾ ਕਹਿੰਦੇ ਅਤਿਥੀ ਜਿਹੜਾ ਦਸੀ ਤਰੀਕ ਤੋਂ ਬਿਨਾਂ ਆਇਆ ਦੱਸੇ ਟਾਈਮ ਤੋਂ ਬਿਨਾਂ ਆਇਆ ਉਹ ਲਾਂਗਰੀ ਸਿੰਘ ਨੇ ਸਾਨੂੰ ਦੱਸੀ ਇਹ ਗੱਲ ਕਹਿੰਦੇ ਨਾ ਜੀ ਨਾ ਇੱਦਾਂ ਨਹੀਂ ਉਸ ਵੇਲੇ ਕਹਿਣ ਦਾ ਤਾਜੇ ਪ੍ਰਸ਼ਾਦੇ ਬਣਾ ਕੇ ਸਾਢੇ ਬਾਰਾਂ ਇੱਕ ਵਜੇ ਬਣਾ ਕੇ ਛਕਾਏ ਗਰਮ ਦਾਲਾਂ ਕਰਕੇ ਸਾਰਾ ਪ੍ਰੋਪਰਲੀ ਕਹਿਣ ਦਾ ਆਪਾਂ ਠੀਕ ਹੈ ਸੁਰਹੋ ਵਿਚਾਰ ਗੱਲ ਚੱਲੀ ਸੀ ਫਿਰ ਉਸ ਵੇਲੇ ਨੰਦ ਲਾਲ ਜੀ ਪਾਸ ਹੋਏ ਪਾਸ ਹੋਏ ਤੇ ਦਸ਼ਮੇਸ਼ ਪਿਤਾ ਜੀ ਕਹਿੰਦੇ ਨੰਦ ਲਾਲ ਤੇਰੀ ਸੇਵਾ ਤੇ ਚਿੱਤ ਖੁਸ਼ ਹੈ ਮੰਗ ਕੀ ਮੰਗਦਾ ਮੰਗ ਕੀ ਮੰਗਦਾ ਜਦੋਂ ਕਿਹਾ ਮੰਗ ਕੀ ਮੰਗਦਾ ਤੇ ਭਾਈ ਨੰਦ ਲਾਲ ਹੱਥ ਜੋੜ ਕੇ ਕਹਿੰਦੇ ਪਾਤਸ਼ਾਹ ਮੈਂ ਕੀ ਮੰਗਾਂ ਮੈਂ ਕੀ ਮੰਗਾਂ ਦਸ਼ਮੇਸ਼ ਪਿਤਾ ਜੀ ਹੱਸ ਕੇ ਕਹਿੰਦੇ ਨੰਦ ਲਾਲ ਤੂੰ ਮੰਗ ਫਿਰ ਹੱਥ ਜਿਹਾ ਲਾ ਕੇ ਇੱਥੇ ਕਹਿੰਦਾ ਤੁਸੀਂ ਸੋਚੋਗੇ ਵੀ ਇੱਦਾਂ ਕੀ ਕਿਵੇਂ ਹੋ ਸਕਦਾ ਇਹ ਹੱਥ ਲਾ ਕੇ ਕਹਿੰਦਾ ਮੱਥੇ ਤੇ ਕੁਝ ਸੈਕਿੰਡ ਚੁੱਪ ਜੇ ਕਰ ਗਿਆ ਫਿਰ ਕਹਿੰਦਾ
ਮੈਨੂੰ ਪਤਾ ਨਹੀਂ ਲੱਗਦਾ ਮੈਂ ਕੀ ਮੰਗਾਂ, ਮੈਨੂੰ ਪਤਾ ਨਹੀਂ ਲੱਗਦਾ ਮੈਂ ਕੀ ਮੰਗਾਂ। ਫਿਰ ਕਹਿੰਦੇ ਕੀ ਮੰਗਾਂ, ਤੁਸੀਂ ਸੋਚੋਗੇ, ਭੈਣਾਂ ਵੀ ਸੋਚਣਗੀਆਂ ਵੀ ਇਹ ਕਿੱਦਾਂ ਕਮਲਿਆਂ ਵਾਲਾ ਕੰਮ ਕੀ ਹੈ। ਨਹੀਂ, ਇਹ ਜਾਣਦੇ ਨੇ ਵਿਰਲੇ ਇਹਨਾਂ ਗੱਲਾਂ ਨੂੰ, ਆਪਾਂ ਨੂੰ ਸਿਖਾਉਣੀਆਂ ਸੀ ਗੱਲਾਂ। ਫਿਰ ਕਹਿੰਦੇ ਮੈਂ ਕੀ ਮੰਗਾਂ, ਗੁਰੂ ਸਾਹਿਬ ਕਹਿੰਦੇ ਮੰਗ ਲਾ ਜੋ ਮੰਗਣਾ ਹੈ। ਕਹਿੰਦਾ ਮੈਨੂੰ ਪਾਤਸ਼ਾਹ ਪਤਾ ਹੀ ਨਹੀਂ ਲੱਗਦਾ ਮੈਂ ਕੀ ਮੰਗਾਂ। ਕਹਿੰਦੇ ਪਤਾ ਪਤਾ ਨਹੀਂ ਲੱਗਦਾ? ਕਹਿੰਦੇ ਮਹਾਰਾਜ ਪਤਾ ਹੀ ਨਹੀਂ ਲੱਗਦਾ ਵੀ ਮੰਗਾਂ ਮਨ ਖੜੀਆਂ ਕਰਦਾ, ਮਨ ਮੈਂ ਤੁਹਾਨੂੰ ਵੇਚਤਾ, ਮੈਨੂੰ ਪਤਾ ਹੀ ਲੱਗਦਾ ਮੈਂ ਕੀ ਮੰਗਾਂ। ਬੋਲੋ ਸਤਨਾਮ। ਹੁਣ ਆ ਗਈ ਨਾ ਗੱਲ, ਪਹਿਲਾਂ ਕਿਵੇਂ ਲੱਗਦਾ ਸੀ? ਸੱਚਮੁੱਚ ਹੀ ਨਹੀਂ ਪਤਾ ਲੱਗਦਾ ਮੈਂ ਮੰਗਾਂ, ਕੀ ਮੰਗਾਂ, ਕੀ ਮੰਗਾਂ, ਕੀ ਤੋਂ ਮੰਗਾਂ। ਇੱਕ ਹੋ ਰਲ ਗਿਆ, ਇੱਕ ਹੋ ਗਿਆ ਤਾਂ ਬੂੰਦ ਨੂੰ ਸਾਕਰ ਮਿਲ ਗਿਆ। ਬੂੰਦ ਕੀ ਮੰਗੇ, ਕੀ ਤੋਂ ਮੰਗੇ, ਕੀ ਮੰਗੇ, ਵੇਚਤਾ। ਕਹਿੰਦਾ ਮਹਾਰਾਜ ਮੰਗਾਂ ਮਨ ਖੜੀਆਂ ਕਰਦਾ, ਮਨ ਵੇਚਤਾ ਤੁਹਾਨੂੰ, ਹੁਣ ਮੈਨੂੰ ਪਤਾ ਨਹੀਂ ਲੱਗਦਾ ਮੈਂ ਕੀ ਮੰਗਾਂ। ਮੈਂ ਮੰਗਾਂ ਕੀ ਹੁਣ, ਮੈਨੂੰ ਨਹੀਂ ਪਤਾ ਲੱਗਦਾ ਮੈਂ ਕੀ ਮੰਗਾਂ। ਦਸਮੇਸ਼ ਪਿਤਾ ਕਹਿੰਦੇ ਨੰਦ ਲਾਲ, ਅਸਲ ਚ ਗੱਲ ਇਹ, ਅਸੀਂ ਵੀ ਤੈਨੂੰ ਵਾਰ ਵਾਰ ਤਾਂ ਹੀ ਕਹਿ ਰਹੇ ਮੰਗ ਕੁਛ, ਸਾਡੇ ਅੰਦਰ ਵੀ ਇੱਕ ਪਿਆਰ ਦੀ ਲਹਿਰ ਉੱਠੀ ਹੋਈ ਹੈ, ਜਵਾਰ ਭਾਟਾ ਆਇਆ ਹੋਇਆ, ਇੱਕ ਪਿਆਰ ਦੀ ਲਹਿਰ ਉੱਠੀ ਹੈ। ਨੰਦ ਲਾਲ ਚੱਲ ਪਿਆਰ ਚ ਹੀ ਕੁਝ ਮੰਗ ਲਾ, ਪਿਆਰ ਚ ਹੀ ਕੁਝ ਮੰਗ ਲਾ। ਕਹਿੰਦਾ ਜੀ ਬਸ ਵੀ ਕਿਰਪਾ ਕਰਿਓ, ਬਸ ਜੂਆ ਲੱਗੀ ਹੈ, ਨਿਭ ਜੀ ਤੋੜ, ਨਿਭ ਜੀ ਆਪਣੀ, ਬਸ ਨਿਭਾ ਦੇ ਜੋ ਲਾਈ ਹੈ। ਕਹਿੰਦੇ ਪ੍ਰੇਮ ਪ੍ਰੀਤ ਤਾਂ ਨਿਭ ਜਾਣੀ ਹੈ, ਪਰ ਨੰਦ ਲਾਲ ਨਾ ਅੰਦਰ ਇੱਕ ਲਹਿਰ ਉੱਠੀ ਹੈ, ਬਸ ਵੀ ਤੂੰ ਇੱਕ ਵਾਰੀ ਜਵਾਨ ਚੋਂ ਕੁਝ ਕਹਿ, ਬਸ ਮੰਗ ਤੋਂ ਕੁਛ। ਸਾਡੇ ਅੰਦਰ ਵੀ ਇੱਕ ਲਹਿਰ ਚੱਲ ਰਹੀ ਹੈ ਹੁਣ, ਦਸਮੇਸ਼ ਪਿਤਾ ਜੀ ਕਹਿੰਦੇ। ਕਹਿੰਦੇ ਚਲੋ ਫਿਰ ਮਹਾਰਾਜ, ਜੇ ਤੁਹਾਡਾ ਇਹ ਖਿਆਲ ਹੈ, ਚਲੋ ਮੈਂ ਮੰਗ ਇੱਕ ਮੰਗ ਲੈਣਾ, ਪਿਆਰ ਦੀ, ਪਿਆਰ ਦੀ ਮੰਗ। ਕਹਿੰਦੇ ਮੰਗ। ਕਹਿੰਦੇ ਮਹਾਰਾਜ ਜਦੋਂ ਨਾ ਮੇਰੇ ਸਰੀਰ ਦਾ ਅੰਤਮ ਸੰਸਕਾਰ ਹੋਇਆ ਸ਼ਮਸ਼ਾਨ ਭੂਮੀ ਚ, ਅੰਤਮ ਸੰਸਕਾਰ ਹੋਇਆ ਸ਼ਮਸ਼ਾਨ ਭੂਮੀ ਚ, ਇੰਨੀ ਕਿਰਪਾ ਕਰਿਓ ਇਹ ਸੰਸਕਾਰ ਹੋਣ ਤੋਂ ਬਾਅਦ ਜਿੰਨੀ ਦੇਰ ਤੱਕ ਅੰਗੀਠਾ ਸੰਭਾਲਿਆ ਨਹੀਂ ਜਾਂਦਾ, ਹਵਾ ਸ਼ਮਸ਼ਾਨ ਭੂਮੀ ਤੋਂ ਤੇਰੇ ਦਰ ਵੱਲ ਨੂੰ ਚੱਲਦੀ ਰਹੇ, ਹਵਾ ਕਿਸੇ ਹੋਰ ਪਾਸੇ ਨਾ ਚੱਲ ਜਾਏ। ਬੋਲੋ ਸਤਨਾਮ। ਹਵਾ ਹੋਰ ਪਾਸੇ ਨਾ ਚੱਲੇ ਕਿਸੇ ਪਾਸੇ, ਜਿੰਨਾ ਚਿਰ ਅੰਗੀਠਾ ਨਹੀਂ ਸੰਭਾਲਦੀ ਉਹਨਾਂ ਚਿਰ ਤੇਰੇ ਦਰ ਵੱਲ ਨੂੰ ਚੱਲੇ, ਹੋਰ ਪਾਸੇ ਨਾ ਚੱਲੇ। ਜਦੋਂ ਇੰਨਾ ਕਿਹਾ ਦਸਮੇਸ਼ ਪਿਤਾ ਜੀ ਕਹਿੰਦੇ ਨੰਦ ਲਾਲ ਤੇਰੀ ਮੰਗ ਬੜੀ ਅਜੀਬ ਹੈ, ਤੇ ਆਮ ਲੋਕਾਂ ਨੂੰ ਕੀ ਪਤਾ ਲੱਗੂ ਵੀ ਇਹ ਮੰਗ ਕਿਉਂ ਮੰਗੀ। ਕਹਿੰਦੇ ਤੂੰ ਆਪਣੀ ਮੰਗ ਦੀ ਵਿਆਖਿਆ ਕਰ, ਤੂੰ ਆਪਣੀ ਮੰਗ ਦੀ ਵਿਆਖਿਆ ਕਰ ਵੀ ਕਾਹਤੇ ਇਹ ਕਾਹਤੇ ਮੰਗਿਆ। ਕਹਿੰਦਾ ਪਾਤਸ਼ਾਹ ਜੀ ਆਪ ਤਾਂ ਸਭ ਜਾਣੀ ਜਾਣ ਹੋ, ਪਰ ਆਪ ਜੀ ਦਾ ਹੁਕਮ ਮੰਨ ਕੇ ਹੀ ਮੈਂ ਆਪਣੀ ਮੰਗ ਦੀ ਵਿਆਖਿਆ ਕਰਦਾ ਹਾਂ, ਤਾਂ ਕਿ ਲੁਕਾਈ ਨੂੰ ਵੀ ਸਮਝ ਆ ਜਾਵੇ। ਇਹ ਮੰਗ ਮੈਂ ਤਾਂ ਮੰਗੀ ਹੈ ਮਹਾਰਾਜ ਵੀ ਜੇ ਕਿਤੇ ਹਵਾ ਕਿਸੇ ਹੋਰ ਪਾਸੇ ਚੱਲਦੀ ਹੋਈ ਤੇ ਮੇਰੀ ਹਵਾ ਮੇਰੀ ਸਵਾਹ ਨੂੰ ਉਡਾ ਕੇ ਕਿਸੇ ਹੋਰ ਪਾਸੇ ਲੈ ਗਈ, ਹੋਰ ਪਾਸੇ ਲੈ ਗਈ, ਤੇ ਮਹਾਰਾਜ ਦੁਨੀਆਂ ਨੇ ਕਹਿਣਾ ਜਿਉਂਦਾ ਗੁਰੂ ਦੇ ਦਰ ਤੇ ਰਿਹਾ, ਮਰੇ ਦੀ ਸਵਾਹ ਕਿਤੇ ਹੋਰ ਤੁਰੀ ਫਿਰਦੀ ਹੈ, ਮਰੇ ਦੀ ਸਵਾਹ ਹੋਰ ਤੁਰੀ ਫਿਰਦੀ ਹੈ ਕਿਤੇ। ਇਹ ਤਾਨਾ ਵੀ ਰੂਹ ਤੋਂ ਝਲਣੀ ਹੋਣਾ, ਇਹ ਮਿਹਣਾ ਵੀ ਝਲਣੀ ਹੋਣਾ ਵੀ ਹੈ ਮਰੇ ਦੀ ਸਵਾਹ ਹੋਰ ਪਾਸੇ ਲਾ ਗਈ। ਕਿਰਪਾ ਕਰਿਓ ਜਿਉਂਦੇ ਤਾਂ ਤੇਰੇ ਦਰ ਤੇ ਰਹੀ ਰਹੇ ਹਾਂ, ਬਸ ਇਹ ਪ੍ਰੀਤ ਵੀ ਨਿਭਾ ਦਿਓ ਵੀ ਮੇਰੇ ਮਰੇ ਦੀ ਸਵਾਹ ਜੇ ਉੱਡੇ ਤਾਂ ਉੱਡ ਕੇ ਸਵਾਹ ਉੱਡ ਕੇ ਵੀ ਤੇਰੇ ਦਰ ਵੱਲ ਨੂੰ ਉੱਡੇ, ਮੇਰੇ ਮਰੇ ਦੀ ਸਵਾਹ ਉੱਡ ਕੇ ਵੀ ਕਿਸੇ ਹੋਰ ਦਰ ਤੇ ਨਾ ਜਾਵੇ। ਆ ਸਿੱਖ ਇਹਨੂੰ ਦ੍ਰਿੜ ਕਰ ਲਓ ਆਪਾਂ ਸਾਰੇ। ਸਿੱਖ ਕੀ ਕਹਿੰਦਾ, ਮੇਰੀ ਮਰੇ ਦੀ ਸਵਾਹ ਵੀ ਕਿਸੇ ਹੋਰ ਦਰ ਤੇ ਨਾ ਜਾਵੇ, ਜਿਉਂਦਿਆਂ ਤਾਂ ਜਾਣੀ ਕੀ ਹੈ, ਤੇ ਅੱਜ ਤਾਂ ਮਾਫ਼ ਕਰਨਾ ਮੈਨੂੰ। ਸਿੱਖ ਕੱਚੇ ਹੋ ਗਏ ਵਿੱਚ, ਸਾਰੇ ਨਹੀਂ ਕਹਿੰਦਾ ਪਿਆਰ ਵਾਲੇ ਬੈਠੋ, ਜਿਉਂਦੀ ਤੁਰੇ ਫਿਰਦੇ ਆ, ਜਿਉਂਦੀ ਤੁਰੇ ਫਿਰਦੇ ਨੇ ਕਬਰਾਂ ਤੇ, ਸਮਾਧਾਂ ਤੇ, ਡੇਰਿਆਂ 'ਚ, ਬਾਬੇ ਪੀਰਾਂ 'ਤੇ, ਪਤਾ ਨਹੀਂ ਕਿੱਥੇ ਲੱਗਦਾ ਸਰ, ਅਣਖ ਮਰ ਗਈ, ਆਲੂ ਮਰ ਗਏ ਹੋਏ ਪਏ ਆ, ਵੀ ਵੱਢ ਕੇ ਜਿੱਥੇ ਮਰਜ਼ੀ ਪਾਲਾ। ਉਹ ਸਿੱਖ ਤਾਂ ਕਹਿੰਦਾ ਮਰਿਆਂ ਦੀ ਸਵਾਹ ਨਾ ਜਾਵੇ ਕਿਸੇ ਹੋਰ ਪਾਸੇ ਨੂੰ। ਦ੍ਰਿੜ ਕਰ ਲਓ, ਮੈਂ ਰੁੱਕ ਗਿਆ ਇੱਥੇ ਹੁਣ, ਮਰਿਆਂ ਦੀ ਸਵਾਹ ਹੋਰ ਪਾਸੇ ਨਾ ਜਾਵੇ ਕਿਤੇ, ਜਿਉਂਦੇ ਨੇ ਤਾਂ ਜਾਣੀ ਕੀ ਹੈ ਸਾਡੇ ਗੁਰੂ ਦਾ ਦਰ।
सिख नहीं जाता कितने जो सिखें तो मैं कट्टरता ना कह दे कि भी दस दिन की है यह बोलो परपक्ता ये परपक्ता है कट्टरता के खिलाफ है गुरु दर कट्टरता की होंगी है कि धौन से तलवार धर के कहना मेरी गल मन ला नहीं तेन बढ़ू इन्हू कट्टरता कहती है हर एक गल ना प्रभाषित करना पैदा ना हाँ जी कट्टरता की परिभाषा समझ गए किसी की धौन से तलवार रख के कहना भी जा मेरी गल मन ला नहीं तेन बढ़ू गुरु दर इस गल के खिलाफ है नौवें पातशाह ने कट्टरता के खिलाफ शहीदी दिती पर सिख विच सुहागण वाली परिपक्वता है सुहागण कहती होंगी है मेरा होर किसी ने कोई संबंध नहीं बोलो सतनाम परिपक्वता साडा संबंध ही नहीं किसी होर नाल गुरु ग्रंथ साहब तो बिना गुरु दर तो साडा किसी नाल होर संबंध नहीं ये साडी परिपक्वता है मरियां दी साडी सुआह ना जावे कि जिउंदे तां जाणे की है सो ये गल असी दृढ़ करने की कोशिश करिए ये भाई नंद लाल के प्रसंग विचों रहो विचार आओ पौंटा साहब का जंग भगाणी का युद्ध जिस वेले दशमेश पिता जी आनंदपुर साहब मनुखता तार रहे हैं सचमुच ही आनंद की पूरी बनी हुई है तो तुम सुने होने इतिहास कई बार भी आसाम का राजा आया सी रतन राय रतन राय तो ये प्रेम भेटावान लेके आया सी की किस्म दिया प्रेम भेटा प्रसादी हाथी लेके आया सी आसाम के जंगलों विचों ना बहुत वधिया हाथी ने मंगवाया सी जिदे अगे मत्थे तो लैके पिछे तक चिट्टी धारी पैंदी है मदराजा करदा ते इहनू बहुत ट्रेंड किया गया सी बड़े ही कौतुक करता भी गुरु साहब तीर चलाउंदे चक चुक के लिआउंदा लभ के बड़े कौतुक करदा तां ते इह प्रसादी हाथी लेके आया एक पंज कला शास्त्र लेके आया सी रतन राय सुनने विच आया हुण पता नहीं सच है कि झूठ है मैनूं कुछ कह नहीं सकदा हजे पक्का भी ये गुजरात दे विच पिया कहिंदे पंज कला शास्त्र बड़ौदा मैनूं नहीं पता भी सच है जां झूठ है सुनने विच आया इह हुण पहलां पता नहीं लग रहा सी भी पंज कला शास्त्र किधर गया किथे है चलो तां ते लओ जी जिस वेले नाल कहिंदे चंदन दी चौंकी लेके आया सी इह वह भी कोई कारीगर की कमाल सी जो गुरु साहब चौ चौंकी ते चरण रखते कहते पुतलियां नचदियां आसे पासे कोई कला कह लो कोई कारीगरी की कमाल कोई एक शायमाना लैके आई सी कावल की संगत उन्हां समयां दे विच सवा लख रुपया लग्या दस्सिया उन्हां समयां दा सवा लख जदों तां फिर करोड़ां च ही गल होगी ना ਇਹ ਸ਼ਾਇਮਾਨਾ ਲੈ ਕੇ ਆਏ ਸੀ ਕਾਵਲ ਦੀ ਸੰਗਤ ਹੁਣ ਜਦੋਂ ਗੁਰੂ ਦਰਬਾਰ ਦੇ ਵਿੱਚ ਇਹ ਕਾਵਲ ਦੀ ਸੰਗਤ ਦਾ ਭੇਟ ਕੀਤਾ ਹੋਇਆ ਸ਼ਾਮਾਨਾ ਲੱਗਦਾ ਹੈ ਉੱਧਰ ਜਦੋਂ ਪ੍ਰਸਾਦੀ ਹਾਥੀ ਕੌਤਕ ਕਰਦਾ ਹੈ ਉਹ ਚੰਦਨ ਦੀ ਚੌਂਕੀ ਅਤੇ ਹੋਰ ਗੁਰੂ ਦਰਬਾਰ ਦੀ ਬੇਅੰਤ ਮਹਿਮਾ ਹੁਣ ਜਿਹੜਾ ਇਹ ਪਹਾੜੀ ਰਾਜਿਆਂ ਦਾ ਆਗੂ ਸੀ ਭੀਮ ਚੰਦ ਬਿਲਾਸਪੁਰ ਵਾਲਾ ਇਹਨੂੰ ਈਰਖਾ ਚੜ੍ਹਦੀ ਹੈ ਕਹਿੰਦਾ ਮੈਂ ਸਾਰੇ ਪਹਾੜੀ ਰਾਜਾਂ ਦਾ ਆਗੂ ਇੰਨੀ ਤਾਂ ਛੱਬ ਮੇਰੇ ਰਾਜ ਦਰਬਾਰ ਦੀ ਨਹੀਂ ਬਣਦੀ ਜਿੰਨੀ ਛੱਬ ਇਹਨਾਂ ਦੀ ਬਣਦੀ ਹੈ ਆ ਸ਼ਾਇਮਾਨਾ ਤਾਂ ਨਾ ਮੇਰੇ ਰਾਜ ਦਰਬਾਰ 'ਚ ਲੱਗਣਾ ਚਾਹੀਦਾ ਇਹ ਪ੍ਰਸਾਦੀ ਹਾਥੀ ਤਾਂ ਮੇਰੇ ਕੋਲ ਹੋਣਾ ਚਾਹੀਦਾ ਆ ਚੰਦਨ ਦੀ ਚੌਂਕੀ ਤਾਂ ਮੇਰੇ ਕੋਲ ਹੋਣੀ ਚਾਹੀਦੀ ਹੈ ਲਓ ਜੀ ਇੱਦਾਂ ਇਹਦੇ ਅੰਦਰ ਇਹ ਖਿਆਲਾਤ ਬਣ ਗਏ ਅਸਲ ਵਿੱਚ ਇੱਕ ਗੱਲ ਹੋਰ ਵੀ ਹੈ ਅਸਲ ਵਿੱਚ ਇਹ ਕੋਈ ਨਾ ਕੋਈ ਬਹਾਨਾ ਬਣਾ ਕੇ ਅਤੇ ਪੰਗਾ ਛੇੜਨਾ ਚਾਹੁੰਦੇ ਹੀ ਸੀ ਕਿਉਂਕਿ ਸਾਰਿਆਂ ਨਾਲੋਂ ਵੱਡੀ ਗੱਲ ਤੁਹਾਨੂੰ ਪਤਾ ਹੀ ਮੈਂ ਉਹ ਕਹਿ ਦਿਆਂ ਵੀ ਮੰਨੂਵਾਦ ਨੂੰ ਗੁਰਮਤ ਪਸੰਦ ਆਉਂਦੀ ਨਹੀਂ ਸਾਰਿਆਂ ਨਾਲੋਂ ਵੱਡੀ ਗੱਲ ਤਾਂ ਗਹਿਰੀ ਤਾਂ ਉਹ ਹੁੰਦੀ ਹੈ ਮੰਨੂਵਾਦ ਨੂੰ ਗੁਰਮਤ ਪਸੰਦ ਨਹੀਂ ਕਿਉਂ ਗੁਰਮਤ ਮੰਨੂਵਾਦ ਦੇ ਟੋਟਲੀ ਖਿਲਾਫ ਹੈ
ਇੱਥੇ ਤਾਂ ਪਹਿਲਾਂ ਇੱਕ ਹੀ ਭੋਗ ਪਾਉਂਦਾ 33 ਕਰੋੜ ਦਾ, ਇੱਕ ਕਹਿਤਾ ਨਾ 33 ਕਰੋੜ ਦਾ ਭੋਗ ਪੈ ਗਿਆ। ਹਾਂਜੀ, ਜਦੋਂ ਇੱਥੇ ਕਹਿ ਦਿੱਤਾ ਸਾਰਿਆਂ 'ਚ ਇੱਕੋ ਪਰਮੇਸ਼ੁਰ ਦੀ ਜੋਤ ਹੈ, ਜਾਤੀਵਾਦ ਦੇ ਕੋੜ ਦਾ ਭੋਗ ਪੈ ਗਿਆ। ਕਿਉਂ ਚੱਲਦੀ ਜਾਤੀਵਾਦ 'ਤੇ ਹੈ, ਚੱਲਦੀ ਬਹੁਤ ਦੇਵਵਾਦ 'ਤੇ ਹੈ। ਜਦੋਂ ਇੱਥੇ ਕਹਿਤਾ ਵੀ ਸੱਚਾ ਗਿਆਨ ਸੁਣ ਲਿਆ ਸਾਰੇ ਤੀਰਥੀ ਨਹਾਤੇ ਗਏ, ਤੀਰਥਾਂ ਦਾ ਭੋਗ ਪਾਤਾ ਸਾਰਿਆਂ ਦਾ, ਸੁਣਿਆ 68 ਕਾ ਇਸ਼ਨਾਨ, ਇੱਕ ਪੰਕਤੀ ਜੀ ਭੋਗ ਪਾਤਾ 68 ਤੀਰਥਾਂ ਦਾ। ਪਹਿਲੇ ਇੱਕ ਨੇ ਭੋਗ ਪਾਤਾ 33 ਕਰੋੜ ਦਾ, ਸਾਰਿਆਂ 'ਚ ਇੱਕੋ ਹੀ ਮਾਲਕ ਦੀ ਜੋਤ ਕਹਿ ਕੇ ਭੋਗ ਪਾਤਾ, ਜਾਤੀਵਾਦ ਦਾ, ਵਰਨਵਾਦ ਦਾ ਭੋਗ ਪਾਤਾ, ਇੱਕੋ ਬਚਨ ਦੇ ਨਾਲ ਹੀ ਭੋਗ ਪਾਤਾ, ਮੂਰਤੀ ਪੂਜਾ ਦਾ ਥਾਪਿਆ ਨਾ ਜਾਏ ਕੀਤਾ ਨਾ, ਪਰਮੇਸ਼ਰ ਨੂੰ ਮੂਰਤੀ ਰੂਪ 'ਚ ਬਣਾ ਕੇ ਫਿੱਟ ਨਹੀਂ ਕੀਤਾ ਜਾ ਸਕਦਾ। ਇਹ ਨਿੰਦਾ ਹੈ ਪਰਮੇਸ਼ਰ ਦੀ, ਵੀ ਕਹਿੰਦੇ ਭਗਵਾਨ ਬਣਾ ਕੇ ਫਿੱਟ ਕਰਤਾ, ਕਿਉਂਕਿ ਭਗਵਾਨ ਤਾਂ ਸਭ ਨੂੰ ਬਣਾਉਂਦਾ ਹੈ ਪਰ ਭਗਵਾਨ ਨੂੰ ਕੋਈ ਨਹੀਂ ਬਣਾ ਸਕਦਾ। ਚਾਰੇ ਥੰਮ ਭੰਨ ਤੇ ਮਨੁਵਾਦ ਦੇ, ਬਹੁਤ ਦੇਰਵਾਦ, ਜਾਤੀਵਾਦ, ਮੂਰਤੀ ਪੂਜਾ, ਤੀਰਥ, ਚਾਰੇ ਥੰਮ ਭੰਨ ਇੱਕ ਇੱਕ ਵਚਨ ਨਾਲ ਹੀ। ਏਡੇ ਮਹਾਨ ਵਚਨ ਹੈ ਸਤਿਪੁਰਸ਼ਾਂ ਦੇ। ਸੋ ਅੰਦਰੋਂ ਤਕਲੀਫ ਇਹ ਵੀ ਚੱਲਦੀ ਸੀ ਤੇ ਬਾਕੀ ਬਾਹਰੀ ਸ਼ਬ ਵੀ ਝੱਲੀ ਨਹੀਂ ਜਾਂਦੀ ਸੀ। ਤਾਂ ਕੀ ਹੋਇਆ, ਇਹਨੇ ਆਪਣੀ ਨਾ ਕੁਟਨੀਤੀ ਬਣਾਈ, ਕਹਿੰਦਾ ਏਦਾਂ ਕਰਦੇ ਹਾਂ ਆਪਾਂ ਵੀ ਬਹਾਨਾ ਜਿਹਾ ਲਾ ਕੇ ਨਾ ਇਹਨਾਂ ਤੋਂ ਚੀਜ਼ਾਂ ਮੰਗ ਲੈਂਦੇ ਹਾਂ। ਆਪਦੇ ਬੰਦਿਆਂ ਨੂੰ ਕਹਿੰਦਾ ਤੁਸੀਂ ਐਂ ਕਰੋ, ਜਾ ਕੇ ਐਂ ਕਹਿ ਦਿਓ ਵੀ ਅਜਮੇਰ ਚੰਦ ਦਾ ਵਿਆਹ ਰੱਖਿਆ ਹੋਇਆ। ਵਿਆਹ ਕੋਈ ਨਹੀਂ ਰੱਖਿਆ ਸੀ ਉਦੋਂ, ਨਾ ਨਾ, ਇਹ ਤਾਂ ਬਹਾਨਾ ਸੀ ਨਾ। ਕਹਿੰਦਾ ਜਾ ਕੇ ਤੁਸੀਂ ਕਹਿ ਦਿਓ ਵੀ ਅਜਮੇਰ ਚੰਦ ਦਾ ਵਿਆਹ ਰੱਖਿਆ ਹੋਇਆ ਤੇ ਭੀਮ ਚੰਦ ਨੇ ਆਸ ਉੱਥੋਂ ਚੀਜ਼ਾਂ ਮੰਗਵਾਈਆਂ, ਆ ਛਾਇਆ ਮੰਨਣਾ ਸਾਨੂੰ ਦੇ ਦਿਓ, ਆ ਪ੍ਰਸਾਦੀ ਹਾਥੀ ਦੇ ਦਿਓ, ਚੰਦਨੀ ਚੌਂਕੀ ਦੇ ਦਿਓ, ਤੇ ਵਿਆਹ ਤੋਂ ਬਾਅਦ ਤੁਹਾਨੂੰ ਅਸੀਂ ਇਹ ਚੀਜ਼ਾਂ ਵਾਪਸ ਕਰ ਜਾਵਾਂਗੇ। ਜਾ ਕੇ ਐਂ ਕਹਿ ਦਿਓ। ਕੁਟਨੀਤੀ ਕੀ ਸੀ, ਵੀ ਇੱਕ ਵਾਰੀ ਬਹਾਨਾ ਲਾ ਕੇ ਲੈ ਆਓ, ਉਹ ਚੀਜ਼ਾਂ ਮੁੜ ਕੇ ਮੋੜਨੀਆਂ ਨਹੀਂ, ਮੁੜ ਕੇ ਉਹਨਾਂ ਨੇ ਆਪਣੇ ਚੜ ਕੇ ਆਉਣਾ, ਭਾਵ ਕੇ ਪੰਗਾ ਪਾਉਣਾ ਚਾਹੁੰਦੇ ਸੀ, ਲੜਾਈ ਦਾ ਬਹਾਨਾ ਬਣਾਉਣਾ ਚਾਹੁੰਦੇ ਸੀ, ਇਹਦਾ ਬਹਾਨੇ ਸੀ ਸਾਰੇ। ਗੱਲ ਮੁੱਕੀ, ਉੱਥੋਂ ਸੁਣੀ ਲਿਆ ਪਹਿਲਾਂ ਵੀ ਤਕਲੀਫ ਤਾਂ ਸਿਧਾਂਤਕ ਸੀ। ਤਾਂ ਤੇ ਲਓ ਜੀ, ਜਿਸ ਵੇਲੇ ਇਹਦੇ ਭੇਜੇ ਕਰਮਚਾਰੀ ਆਏ ਤੇ ਆ ਕੇ ਕਹਿੰਦੇ ਜੀ ਭੀਮ ਚੰਦ ਦੇ ਬੇਟੇ ਦੀ ਸ਼ਾਦੀ ਰੱਖੀ ਹੈ ਅਜਮੇਰ ਚੰਦ ਦੀ, ਤੇ ਸਾਨੂੰ ਆ ਤੁਸੀਂ ਆ ਛਾਇਮਨ ਆ ਪ੍ਰਸਾਦੀ ਹਾਥੀ ਆ ਸਾਰੀਆਂ ਚੀਜ਼ਾਂ ਦੇ ਦਿਓ, ਵਿਆਹ ਤੋਂ ਬਾਅਦ ਤੁਹਾਨੂੰ ਵਾਪਸ ਕਰ ਜਾਂਗੇ। ਇੰਨਾ ਕਿਹਾ, ਹੁਣ ਗੁਰੂ ਸਾਹਿਬ ਜੀ ਖੋਟ ਨੂੰ ਜਾਣਦੇ ਆ, ਕਿਉਂਕਿ ਸਤਿਗੁਰ ਸਰਾਫ ਵਿੱਚ ਤੋਂ ਨਦਰੀ ਕੱਢਾ ਤਾਂ ਉੱਗੜਾ ਆਇਆ ਲੋਹਾ, ਉਹਨਾਂ ਤੋਂ ਕੋਈ ਗੁੱਝਾ ਹੁੰਦਾ, ਕੁਛ ਗੁੱਝਾ ਨਹੀਂ ਹੁੰਦਾ ਕੋਈ ਸਤਿਪੁਰਸ਼ਾਂ ਤੋਂ, ਕੁਛ ਅੰਦਰ ਦੀ ਭਾਵਨਾ ਨੂੰ ਜਾਣਦੇ ਹੁੰਦੇ ਆ, ਅੰਦਰ ਦੇ ਭਾਵਾਂ ਨੂੰ ਉਹਨਾਂ ਦੀ ਸੁਰਤ ਫੜ ਲੈਂਦੀ ਹੈ ਵੀ ਇਹਦੇ ਅੰਦਰ ਕੀ ਚੱਲਦਾ। ਸੁਰਤ ਦੀ ਫ੍ਰੀਕੁਐਂਸੀ ਹੁੰਦੀ ਹੈ ਨਾ ਅੱਜ ਦੀ ਭਾਸ਼ਾ 'ਚ ਮੈਂ ਕਹਿੰਦੇ, ਉਹ ਬਰੀਕ ਤੋਂ ਬਰੀਕ ਭਾਵਾਂ ਨੂੰ ਫੜ ਲੈਂਦੀ ਹੈ ਸੁਰਤ। ਹੁਣ ਦਸ਼ਮੇਸ਼ ਪਿਤਾ ਸਭ ਜਾਣਦੇ ਵੀ ਕੀ ਚੱਲੀ ਜਾਂਦੇ ਇਹਦੇ ਅੰਦਰ। ਜਦੋਂ ਉਹਨਾਂ ਨੇ ਆ ਕੇ ਕਿਹਾ ਗੁਰੂ ਸਾਹਿਬ ਸਭ ਜਾਣਦੇ, ਪਰ ਗੁਰੂ ਸਾਹਿਬ ਨੇ ਦਲੀਲ ਨਾਲ ਜਵਾਬ ਦਿੱਤਾ, ਨੀਤ ਉਹਨਾਂ ਦੀ ਜਾਣਦੇ ਸੀ ਦਲੀਲ ਨਾਲ ਵੀ ਇਹ ਤਾਂ ਗੁਰੂ ਕੀਆਂ ਸੰਗਤਾਂ ਦੀਆਂ ਭੇਟਾਵਾਂ ਨੇ, ਅਛਾਇਮਾਨਾ ਪ੍ਰਸਾਦੀ ਹਾਥੀ ਚੰਦਰ ਚੌਂਕੀ ਜੋ ਕੁਛ ਹੈ ਤੇ ਗੁਰਦੁਆਰ ਦੇ ਵਿੱਚ ਹੀ ਸੋਭਦੀਆਂ, ਇਹ ਏਦਾਂ ਵਿਆਹਾਂ ਸ਼ਾਦੀਆਂ 'ਚ ਮੰਗੀਆਂ ਦਿੱਤੀਆਂ ਨਹੀਂ ਜਾ ਸਕਦੀਆਂ, ਇਹ ਗੁਰਦੁਆਰ ਦੇ ਵਿੱਚ ਹੀ ਸੋਭਾ ਹੈ, ਇਹ ਗੁਰੂ ਕੀਆਂ ਸੰਗਤਾਂ ਦੀ ਗੁਰਦੁਆਰ ਨੂੰ ਹੀ ਭੇਟਾਵਾਂ ਕੀਤੀਆਂ ਹੋਈਆਂ, ਏਦਾਂ ਇਹ ਵਿਆਹਾਂ ਸ਼ਾਦੀਆਂ 'ਚ ਮੰਗੀਆਂ ਚੀਜ਼ਾਂ ਨਹੀਂ ਦਿੱਤੀਆਂ ਜਾ ਸਕਦੀਆਂ। ਚਲੋ ਏਦਾਂ ਦਲੀਲ ਦੇ ਨਾਲ ਜਵਾਬ ਦੇ ਦਿੱਤਾ, ਜਣਾਇਆ ਨਹੀਂ ਗੁਰੂ ਸਾਹਿਬ ਨੇ, ਨਹੀਂ ਕਿਹਾ ਵੀ ਸਾਨੂੰ ਪਤਾ ਤੁਹਾਡੀ ਕੀ ਹੈ ਨੀਤ। ਇਹ ਵਾਪਸ ਆ ਗਏ, ਵਾਪਸ ਆਏ ਜਦੋਂ ਜਿਸ ਵੇਲੇ, ਉਸ ਵੇਲੇ ਕੀ ਕੀਤਾ, ਇਹਨਾਂ ਨੇ ਪੰਗੇ ਜੇ ਲੈਣੇ ਸ਼ੁਰੂ ਕਰਤੇ ਵੀ ਜੇ ਕੋਈ ਘੋੜਿਆਂ ਵਾਸਤੇ ਘਾਹ ਦਿਖ ਲੈਣ ਜਾਂਦੇ ਨੇ ਉਹਨਾਂ ਦੇ ਪਿੱਛੇ ਆਪਦੀ ਕੋਈ ਫੌਜੀ ਲਾ ਦੇਣੇ, ਲੜਾਈ ਝਗੜਾ ਹੋ ਜਾਣਾ, ਸਿੰਘਾਂ ਨੂੰ ਜ਼ਖਮੀ ਕਰ ਦੇਣਾ, ਆਸੇ ਪਾਸੇ ਕਹਿ ਦਿੱਤਾ ਇਹਨਾਂ ਨੂੰ ਕੋਈ ਚੀਜ਼ ਨਾ ਦਿਓ, ਸਮਾਨ ਨਾ ਦਿਓ ਇਹਨਾਂ ਨੂੰ, ਕੋਈ ਇੱਦਾਂ ਦੀਆਂ ਇੱਕ ਤਣਾਅ ਜਿਹਾ ਪੈਦਾ ਹੋ ਗਿਆ, ਕਹਿ ਲਓ ਤਣਾਅ ਜਿਹਾ ਪੈਦਾ ਹੋ ਗਿਆ ਖਿੱਤੇ ਦੇ ਵਿੱਚ। ਤਾਂ ਇਹ ਤਣਾਅ ਚੱਲ ਰਿਹਾ ਇੱਧਰ,
ਇਹ ਕਦੋਂ ਦੀ ਗੱਲ ਹੈ? ਇਹ ਗੱਲ ਹੈ 1685 ਈਸਵੀ ਦੀ ਗੱਲ ਹੈ, ਯਾਦ ਰੱਖਿਓ। ਤਾਂ 1685 ਦੇ ਸ਼ੁਰੂ ਦੇ ਵਿੱਚ ਮੇਦਨੀ ਪ੍ਰਕਾਸ਼ ਚੱਲ ਕੇ ਆਇਆ। ਇਹ ਨਾਹਣ ਦਾ ਰਾਜਾ ਸੀ, ਆ ਕੇ ਕਹਿਣ ਲੱਗਿਆ ਕਿ ਤੁਸੀਂ ਉੱਥੇ ਸਾਡੀ ਰਿਆਸਤ ਵਿੱਚ ਆ ਜਾਓ, ਉੱਥੇ ਸਥਾਨ ਬਣਾ ਲਓ। ਇੱਥੇ ਭੀਮ ਚੰਦ ਬਿਨਾਂ ਗੱਲ ਤੋਂ ਵਿਰੋਧ ਕਰ ਰਿਹਾ ਹੈ, ਤਣਾਅ ਦਾ ਮਾਹੌਲ ਬਣਿਆ ਹੋਇਆ, ਅਤੇ ਨਾਲੇ ਉੱਥੇ ਸੰਗਤਾਂ ਨੂੰ ਇਲਾਕੇ ਦੇ ਨੂੰ ਲਾਹਾ ਮਿਲੂਗਾ ਮਹਾਰਾਜ ਸਤਿਸੰਗ ਦਾ, ਸੇਵਾ ਦਾ, ਅਤੇ ਤੁਸੀਂ ਕਿਰਪਾ ਕਰੋ ਉੱਥੇ ਜਮਣਾ ਦੇ ਕੰਢੇ 'ਤੇ ਆ ਜਾਓ, ਤੁਸੀਂ ਬਹੁਤ ਵਧੀਆ ਥਾਂ ਹੈ, ਰਮਣੀਕ ਹੈ ਉੱਥੇ ਵੀ। ਜਦੋਂ ਇਹ ਬੇਨਤੀ ਕੀਤੀ ਤਾਂ ਰਾਜਾ ਮੇਦਨੀ ਪ੍ਰਕਾਸ਼ ਦੀ ਬੇਨਤੀ ਦੇ ਉੱਤੇ ਦਸ਼ਮੇਸ਼ ਪਿਤਾ ਜੀ ਉੱਥੇ ਜਾਣ ਵਾਸਤੇ ਤਿਆਰ ਹੋ ਗਏ, ਕਿਉਂਕਿ ਗੁਰੂ ਦਰ ਵੱਲੋਂ ਵੀ ਹੁੰਦਾ ਹੈ ਵੀ ਜਿੱਥੋਂ ਤੱਕ ਹੋ ਸਕੇ ਲੜਾਈ ਝਗੜੇ ਨੂੰ ਟਾਲਿਆ ਜਾਵੇ, ਜਿੱਥੋਂ ਤੱਕ ਹੋ ਸਕੇ। ਵੀ ਜਮਾਂ ਹੀ ਕੋਈ ਚੜਕੀ ਆ ਜਾਵੇ, ਹਲਕਾ ਕੁੱਤਾ ਘਰ ਹੀ ਆ ਵੜੇ, ਫਿਰ ਤਾਂ ਮਾਨ ਤਾਨ ਕਰਨਾ ਹੀ ਪੈਂਦਾ। ਹਲਕਾ ਕੁੱਤਾ ਘਰ ਹੀ ਆ ਜਾਵੇ ਤਾਂ ਫਿਰ ਤਾਂ ਮਾਨ ਤਾਨ ਕਰਨਾ ਹੀ ਪੈਂਦਾ ਨਾ, ਅਤੇ ਨਹੀਂ ਤਾਂ ਟਾਲਾ ਹੀ ਜਾਂਦਾ ਜਿੱਥੋਂ ਤੱਕ ਹੋ ਸਕੇ। ਗੁਰੂ ਸਾਹਿਬ ਨੇ ਵੀ ਸੋਚਿਆ ਵੀ ਠੀਕ ਹੈ, ਜਿੱਥੋਂ ਤੱਕ ਹੋ ਸਕੇ ਤਣਾਅ ਨੂੰ ਦੂਰ ਕੀਤਾ ਜਾਵੇ। ਤਾਂ ਦਸ਼ਮੇਸ਼ ਪਿਤਾ ਜੀ ਇਤਿਹਾਸ ਦੱਸਦਾ ਫਿਰ ਵੀ 14 April 1685 ਈਸਵੀ ਨੂੰ ਆਨੰਦਪੁਰ ਸਾਹਿਬ ਤੋਂ ਪੌਂਟਾ ਸਾਹਿਬ ਆ ਗਏ। ਇੱਥੇ ਪੌਂਟਾ ਰਚ ਲਿਆ ਕਹਿ ਲਓ, ਜਮਣਾ ਦੇ ਕੰਢੇ ਆਪਾਂ ਦਰਸ਼ਨ ਕੀਤੇ ਹੋਣਗੇ ਸਾਰਿਆਂ ਨੇ। ਇੱਥੇ ਆ ਗਏ ਗੁਰੂ ਜੀ ਜਮਣਾ ਦੇ ਕੰਢੇ 'ਤੇ ਇੱਥੇ ਆ ਗਏ, ਅਤੇ ਇੱਥੇ ਥੋੜ੍ਹੇ ਕੁ ਦਿਨਾਂ ਬਾਅਦ ਇਹ ਪੌਂਟਾ ਸਾਹਿਬ ਦੀ ਨੀਂਹ ਰੱਖੀ ਗਈ। ਅਸਥਾਨ ਤਾਂ ਪੌਂਟਾ ਸਾਹਿਬ ਬਾਅਦ 'ਚ ਬਣੇ, ਯਾਦ ਰੱਖਿਓ। ਗੁਰੂ ਸਾਹਿਬ ਦੇ ਜਾਣ ਤੋਂ ਬਾਅਦ 29 April 1685 ਈਸਵੀ ਨੂੰ ਭਾਈ ਆਨੰਦ ਚੰਦ ਤੋਂ ਅਰਦਾਸ ਕਰਵਾ ਕੇ ਦਸ਼ਮੇਸ਼ ਪਿਤਾ ਜੀ ਨੇ ਰਾਮ ਕੁਮਰ ਦੀ ਹੱਥੀਂ ਇਹ ਪੌਂਟਾ ਸਾਹਿਬ ਦੀ ਨੀਂਹ ਰਖਵਾਈ ਹੈ। ਅਸਥਾਨ ਬਣ ਗਿਆ ਇੱਥੇ ਗੁਰੂ ਘਰ। ਇੱਥੇ ਗੁਰੂ ਸਾਹਿਬ ਜੀ ਰਹਿੰਦੇ ਰਹੇ ਕਾਫੀ ਸਮਾਂ, ਲਗਭਗ 3 ਸਾਲ ਇੱਥੇ ਰਹੇ ਹੈ। ਤਾਂ ਇੱਥੇ ਰਹਿਣ ਦੇ ਦੌਰਾਨ ਪਠਾਨ ਕੱਢ ਤੇ ਸੀ ਔਰੰਗਜ਼ੇਬ ਨੇ 500 ਕਿਸੇ ਗਲਤੀ ਦੇ ਕਾਰਨ। ਉਹਨਾਂ ਨੂੰ ਕੋਈ ਰੱਖਦਾ ਨਹੀਂ ਸੀ ਨੌਕਰੀ 'ਤੇ, ਕਿਉਂਕਿ ਸਰਕਾਰ ਦੇ ਕੱਢੇ ਹੋਏ ਡਰਦੇ ਸੀ। ਇਹਨਾਂ ਨੂੰ ਪਤਾ ਲੱਗਿਆ ਵੀ ਹੋਰ ਤਾਂ ਸਭ ਡਰਦੇ ਨੇ ਸਮੇਂ ਦੀ ਹਕੂਮਤ ਤੋਂ, ਇੱਕ ਆਨੰਦਪੁਰ ਸਾਹਿਬ ਵਾਲਾ ਗੁਰੂ ਹੈ ਉਹ ਕਹਿੰਦੇ ਫੌਜ ਵਿੱਚ ਭਰਤੀ ਕਰ ਸਕਦੇ ਹੈ, ਅਤੇ ਪੀਰ ਬੁੱਧੂ ਸ਼ਾਹ ਨਾਲ ਉਹਨਾਂ ਦਾ ਬਹੁਤ ਪਿਆਰ ਹੈ, ਇੰਨੀ ਸੁਣਿਆ ਸੰਧੌਰੇ ਵਾਲੇ, ਅਤੇ ਪੀਰ ਬੁੱਧੂ ਸ਼ਾਹ ਕਿਤੇ ਸਿਫਾਰਿਸ਼ ਕਰ ਦੇਣ ਨਾ, ਤਾਂ ਪੀਰ ਬੁੱਧੂ ਸ਼ਾਹ ਦੇ ਕਹਿਣ ਦੇ ਉੱਤੇ ਸਿੱਖ ਫੌਜ ਵਿੱਚ ਭਰਤੀ ਹੋ ਸਕਦੀ ਹੈ, ਗੁਰੂ ਸਾਹਿਬ ਜੀ ਰੱਖ ਸਕਦੇ ਹੈ, ਇਹਨਾਂ ਨੂੰ ਕਿਸੇ ਨੇ ਦੱਸਤਾ। ਇਹ ਪੀਰ ਬੁੱਧੂ ਸ਼ਾਹ ਕੋਲ ਆ ਕੇ ਇਕੱਠੇ ਹੋ ਕੇ 500 ਪਠਾਨ ਆ ਕੇ ਕਹਿੰਦੇ ਸਾਨੂੰ ਸਰਕਾਰ ਨੇ ਕੱਢਤਾ, ਹੋਰ ਸਾਨੂੰ ਕੋਈ ਰੱਖਦਾ ਨਹੀਂ, ਹੋਰ ਕੰਮ ਕੀਤਾ ਸੀ ਕੋਈ ਜਾਣਦੇ ਨਹੀਂ, ਅਤੇ ਸਾਨੂੰ ਪਤਾ ਲੱਗਿਆ ਵੀ ਤੇਰੀ ਆਨੰਦਪੁਰ ਸਾਹਿਬ ਵਾਲੇ ਗੁਰੂ ਜੀ ਨਾਲ ਬਹੁਤ ਪਿਆਰ ਹੈ ਤੇਰਾ, ਅਤੇ ਉਹਨਾਂ ਨੂੰ ਫੌਜ ਦੀ ਲੋੜ ਹੈ, ਅਤੇ ਸਾਨੂੰ ਤੂੰ ਉਹਨਾਂ ਦੀ ਫੌਜ ਵਿੱਚ ਭਰਤੀ ਕਰਾ ਦੇ, ਸਮਾਂ ਆਉਣ ਦੇ ਉੱਤੇ ਨਾ ਨਮਕ ਹਲਾਲੀ ਦਾ ਸਬੂਤ ਦੇਵਾਂਗੇ, ਜਾਨਾਂ ਕੁਰਬਾਨ ਕਰ ਦਿਆਂਗੇ, ਅਤੇ ਹੁਣ ਅਸੀਂ ਭੁੱਖੇ ਮਰਦੇ ਹਾਂ, ਅਤੇ ਸਾਨੂੰ ਭਰਤੀ ਕਰਵਾ ਦੇ, ਜੇ ਤੁਸੀਂ ਜ਼ਿੰਮੇਵਾਰੀ ਲੈ ਲਓ ਨਾ ਸਾਨੂੰ ਉਹ ਭਰਤੀ ਕਰ ਲੈਣਗੇ, ਸਾਨੂੰ ਪਤਾ ਲੱਗਿਆ। ਜਦੋਂ ਪੀਰ ਬੁੱਧੂ ਸ਼ਾਹ ਕੋਲ ਆ ਕੇ ਬੇਨਤੀ ਕੀਤੀ, ਰੱਬ ਦੇ ਪਿਆਰੇ ਨਰਮ ਦਿਲ ਹੁੰਦੇ ਆ ਵੀ ਚਲੋ ਬੱਚੇ ਭੁੱਖੇ ਮਰਦੇ ਆ, ਰੁਜ਼ਗਾਰ ਦਾ ਸਵਾਲ ਹੈ, ਤਾਂ ਪੀਰ ਬੁੱਧੂ ਸ਼ਾਹ ਇਹਨਾਂ 500 ਪਠਾਨ ਨੂੰ ਲੈ ਕੇ ਆ ਗਿਆ, ਕਿੱਥੇ ਪੌਂਟਾ ਸਾਹਿਬ ਲੈ ਕੇ ਆਇਆ, ਅਤੇ ਆ ਕੇ ਕਹਿਣ ਲੱਗਿਆ ਮਹਾਰਾਜ ਬੱਚੇ ਇਹਨਾਂ ਦੇ ਭੁੱਖੇ ਮਰਦੇ ਆ, ਕੰਮ ਕਾਰ ਹੋਰ ਕੋਈ ਜਾਣਦੇ ਨਹੀਂ, ਅਤੇ ਸਰਕਾਰ ਦੇ ਕੱਢੇ ਹੋਣ ਕਰਕੇ ਕੋਈ ਇਹਨਾਂ ਨੂੰ ਕੰਮ 'ਤੇ ਰੱਖਦਾ ਵੀ ਨਹੀਂ, ਅਤੇ ਤੁਸੀਂ ਇਹਨਾਂ ਨੂੰ ਆਪਣੀ ਫੌਜ ਵਿੱਚ ਭਰਤੀ ਕਰ ਲਓ, ਇਹ ਕਹਿੰਦੇ ਹੈ ਲੋੜ ਪੈਣ ਦੇ ਉੱਤੇ ਜਾਨਾਂ ਕੁਰਬਾਨ ਕਰ ਦੇਣਗੇ, ਪੂਰਾ ਨਮਕ ਹਲਾਲੀ ਦਾ ਸਬੂਤ ਦੇਵਾਂਗੇ। ਜਦੋਂ ਇਹਨਾਂ ਕਿਹਾ, ਚਲੋ ਪੀਰ ਬੁੱਧੂ ਸ਼ਾਹ ਦੇ ਕਹਿਣ ਦੇ ਉੱਤੇ ਦਸ਼ਮੇਸ਼ ਪਿਤਾ ਜੀ ਨੇ 500 ਪਠਾਨ ਭਰਤੀ ਕਰ ਲਿਆ। ਯਾਦ ਰੱਖੇ ਭਰਤੀ ਕਿੱਥੇ ਹੋਈ ਸੀ? ਪੌਂਟਾ ਸਾਹਿਬ।
ਭਰਤੀ ਕਰ ਲਿਆ। ਉਹ ਸਮੇਂ ਮੁਤਾਬਕ ਉਹਨਾਂ ਦੀਆਂ ਜੋ ਯੋਗ ਤਨਖਾਹਾਂ ਲਾ ਦਿੱਤੀਆਂ ਜੋ ਵੀ ਬਣਦੀਆਂ ਸੀ। ਇਹ 500 ਪਠਾਨ ਭਰਤੀ ਹੋ ਗਿਆ, ਧਿਆਨ ਰੱਖਿਓ। ਹੁਣ ਇੱਥੇ ਰਹਿਣ ਦੇ ਦੌਰਾਨ ਹੀ ਹੁਣ ਜਿੱਥੇ ਗੁਰੂ ਦੇ ਦਰ 'ਤੇ ਗੁਰੂ ਕੇ ਲੰਗਰ ਹੁਣ ਖੁੱਲ੍ਹੇ ਚੱਲਦੇ ਚੱਲਦੇ ਹੈ, ਇੱਥੇ ਆਉਂਦੇ ਆਉਂਦੇ ਕਦੇ 5-7 ਆ ਗਏ, 10 ਵੀ ਆ ਗਏ। ਕਰਦੇ ਕਰਦੇ ਇਤਿਹਾਸ ਦੱਸਦਾ ਲਗਭਗ 500 ਦੀ ਲਗਭਗ ਇੱਥੇ ਸਾਧੂ ਮਹਾਤਮਾ ਕਹਾਉਣ ਵਾਲੇ ਇਕੱਠੇ ਹੋ ਗਏ ਸੀ। ਕਹਾਉਣ ਵਾਲੇ ਸਮਝ ਕੇ ਨਾ ਗੱਲ ਮੈਂ ਕਿਉਂ ਕਿਹਾ, ਵੀ ਉਹ ਵਿਰਤੀ ਨਹੀਂ ਸੀ, ਕਹਾਉਂਦੇ ਸੀ ਮਹਾਤਮਾ ਸਾਧੂ, ਖੁਸ਼ ਹੁੰਦੇ ਸੀ ਕੋਈ ਸਾਧੂ ਸੰਤ ਕਹਿੰਦਾ। ਹੁਣ ਇਹ ਸਾਧੂ ਸੰਤ ਕਹਾਉਣ ਵਾਲੇ 400-500 ਇਕੱਠੇ ਹੋ ਗਏ ਉੱਥੇ, ਕਿਉਂ ਖੁੱਲ੍ਹੇ ਲੰਗਰ ਚੱਲਦੇ ਆ, ਖਾਣ ਪੀਣ ਨੂੰ ਮਿਲਦਾ, ਵਧੀਆ ਮੌਜਾਂ ਲੱਗੀਆਂ ਹੋਈਆਂ, ਵਧੀਆ ਕੰਮ ਹੈ। ਉੱਥੇ ਇਕੱਠੇ ਹੋ ਗਏ ਕਾਫੀ, ਇੱਦਾਂ ਰੌਣਕਾਂ ਲੱਗੀਆਂ ਹੋਈਆਂ। ਅਤੇ ਨਾਲ ਉਸ ਵੇਲੇ ਹੁਣ ਗੁਰਸਿੱਖ ਤਾਂ ਹੈਗੀ ਹੈਗੀ, ਗੁਰਸਿੱਖ ਲਫ਼ਜ਼ ਵਰਤ ਲਓ ਪਹਿਲਾਂ, ਕਿਉਂਕਿ ਸਿੰਘ ਤਾਂ ਫਿਰ 99 ਤੋਂ ਬਾਅਦ ਲਫ਼ਜ਼ ਆਪਾਂ ਜ਼ਿਆਦਾ ਵਰਤ ਸਕਦੇ ਹਾਂ। ਹੁਣ ਉਸ ਵੇਲੇ ਇੱਥੇ ਰਹਿ ਰਹੇ ਆ ਗੁਰੂ ਜੀ, ਤਾਂ ਕੀ ਹੋਇਆ, ਸਮਾਂ ਪਾ ਕੇ ਇੱਥੇ ਆਉਣਾ ਸ਼ੁਰੂ ਹੋ ਗਿਆ। ਥੋੜ੍ਹੇ ਦਿਨਾਂ ਬਾਅਦ ਹੀ ਇਹ ਗੜਵਾਲ ਦਾ ਰਾਜਾ ਸੀ ਫਤਿਹ ਸ਼ਾਹ, ਸ੍ਰੀਨਗਰ ਗੜਵਾਲ, ਇਹ ਆਉਣਾ ਸ਼ੁਰੂ ਹੋ ਗਿਆ ਗੁਰੂ ਸਾਹਿਬ ਕੋਲ। ਚਲੋ ਬਚਨ ਸੁਣਦਾ ਥੋੜ੍ਹਾ ਪ੍ਰੇਮ ਬਣ ਗਿਆ, ਤਾਂ ਇਹਦਾ ਰੌਲਾ ਚੱਲਦਾ ਸੀਗਾ ਮੇਦਿਨੀ ਪ੍ਰਕਾਸ਼ ਦੇ ਨਾਲ ਕੋਈ ਹੱਦਬੰਦੀ ਦਾ। ਗੁਰੂ ਸਾਹਿਬ ਨੇ ਇਹਨਾਂ ਦੋਨਾਂ ਨੂੰ ਇਕੱਠੇ ਕਰਕੇ ਰੌਲਾ ਨਿਬੇੜਤਾ, ਇੰਨੀ 'ਚ ਹੀ ਬਸ ਵੀ ਅਕਾ ਦੀਆਂ ਹੱਦਾਂ, ਇਹ ਤੁਹਾਡੇ ਜੰਮਣ ਤੋਂ ਪਹਿਲਾਂ ਵੀ ਸਾਰਾ ਕੁਛ ਇੱਥੇ ਸੀ, ਤੁਹਾਡੇ ਮਰਨ ਤੋਂ ਬਾਅਦ ਵੀ ਇੱਥੇ ਰਹੂਗਾ, ਆਪਣੀ ਆਪਣੀ ਹੱਦ ਵਿੱਚ ਰਹੀ ਚੱਲੋ, ਕਾਹਤੇ ਹੱਦਾਂ ਵਾਸਤੇ ਲੜ ਰਹੇ ਲਕੀਰਾਂ ਵਾਸਤੇ। ਸਤਪੁਰਸ਼ਾਂ ਦਾ ਉਪਦੇਸ਼ ਹੁੰਦਾ ਨਾ, ਉਹਦੀ ਮਨ ਨੂੰ ਡੁੰਬ ਗਿਆ, ਕਹਿੰਦੇ ਗੱਲ ਤਾਂ ਸਹੀ ਹੈ, ਇਹ ਤਾਂ ਤੁਹਾਡੇ ਜੰਮਣ ਤੋਂ ਪਹਿਲਾਂ ਵੀ ਇੱਥੇ ਸੀ ਧਰਤੀ, ਇਹ ਮਰਨ ਤੋਂ ਬਾਅਦ ਵੀ ਇੱਥੇ ਰਹਿਣੀ ਹੈ, ਜੋ ਕੁਛ ਲਿਆ ਇੱਥੋਂ ਹੀ ਲਿਆ, ਇੱਥੇ ਛੱਡ ਜਾਣਾ, ਕਾਹਤੇ ਝਗੜਦੇ ਹੋ, ਕਾਹਤੇ ਝਗੜਦੇ ਹੋ, ਆਪਣੇ ਹੱਕ ਮੁਤਾਬਕ ਰਹੋ ਬਸ, ਕਾਹਦੇ ਝਗੜੇ ਨੇ ਇਹ ਵੱਟਾਂ ਦੇ ਰੌਲੇ। ਵੱਟ ਦਾ ਰੌਲਾ ਨਿਬੇੜਤਾ ਕਹਿ ਲਓ, ਕਿਉਂ ਵੱਟਾਂ ਦੇ ਰੌਲੇ ਸਾਨੂੰ ਪਤਾ ਹੀ ਹੈ, ਵੈਸੇ ਖੇਤੀ ਵਾਲੇ ਬੈਠੇ ਵੱਟਾਂ ਦੇ ਰੌਲੇ ਵੱਡੇ ਹੀ ਹੁੰਦੇ ਆ, ਵੱਟਾਂ ਦੇ ਰੌਲੇ ਜਾਣ ਲਈ ਜਾਂਦੇ ਆ, ਵੱਟ ਉੱਥੇ ਹੀ ਪਈ ਰਹਿੰਦੀ ਹੈ, ਵੱਟ ਉੱਥੇ ਹੀ ਪਈ ਰਹਿੰਦੀ ਹੈ। ਹਾਂਜੀ ਚਲੋ, ਇਹਨਾਂ ਦਾ ਵੱਟ ਦਾ ਰੌਲਾ ਨਿਬੇੜਤਾ ਕਹਿ ਲਓ, ਹੱਦ ਦਾ ਰੌਲਾ, ਵੱਟ ਦਾ ਰੌਲਾ। ਤਾਂ ਸਮਾਂ ਪਾ ਕੇ ਕੀ ਹੋਇਆ, ਇਹ ਫਤਿਹ ਸ਼ਾਹ ਦੀ ਕੁੜਮਾਚਾਰੀ ਪੈ ਗਈ, ਭੀਮ ਚੰਦ ਨਾਲ ਫਤਿਹ ਸ਼ਾਹ ਦੀ ਲੜਕੀ ਦਾ ਰਿਸ਼ਤਾ ਅਜਮੇਰ ਚੰਦ ਨੂੰ ਪੱਕਾ ਹੋ ਗਿਆ, ਭੀਮ ਚੰਦ ਦੇ ਪੁੱਤ ਨੂੰ, ਅਜਮੇਰ ਚੰਦ ਨੂੰ ਪੱਕਾ ਹੋ ਗਿਆ। ਚਲੋ ਸਮਾਂ ਪਾ ਕੇ ਕੀ ਹੋਇਆ, ਸ਼ਾਦੀ ਦਾ ਦਿਨ ਰੱਖ ਲਿਆ, ਦਿਨ ਰੱਖ ਲਿਆ ਸ਼ਾਦੀ ਦਾ। ਹੁਣ ਅਜਮੇਰ ਚੰਦ ਦਾ ਵਿਆਹ ਸਾਰੇ ਪਹਾੜੀ ਇਕੱਠੇ ਕਰ ਲਏ, ਭੀਮ ਚੰਦ ਨੇ ਮੁਖੀ ਸੀ ਇਹਨਾਂ ਦਾ। ਫਿਰ ਜਦੋਂ ਰਾਜੇ ਆਏ ਆ ਤਾਂ ਸਮਝ ਲਓ ਉਹਨਾਂ ਦੇ ਨਾਲ ਫੌਜਾਂ ਵੀ ਆਈਆਂ, ਰਾਜਿਆਂ ਦੇ ਨਾਲ ਕਾਫੀ ਫੌਜਾਂ ਵੀ ਨਾਲ ਆਈਆਂ। ਜਿਸ ਵੇਲੇ ਲਓ ਜੀ ਬਰਾਤ ਲੈ ਕੇ ਆਏ, ਇਹ ਫੌਜਾਂ ਸਾਰੀਆਂ ਇਕੱਠੀਆਂ ਹੋਈਆਂ ਹੋਈਆਂ ਵਿਆਹ ਦੇ ਬਹਾਨੇ, ਅਤੇ ਇੱਧਰ ਕਿਉਂਕਿ ਫਤਿਹ ਸ਼ਾਹ ਆਉਂਦਾ ਰਹਿੰਦਾ ਸੀ ਪੌਂਟਾ ਸਾਹਿਬ, ਦਸ਼ਮੇਸ਼ ਪਿਤਾ ਜੀ ਨੇ ਪਿਆਰ ਦੇ ਵਿੱਚ ਫਿਰ ਇੱਕ ਤੰਬੋਲ ਭੇਜਿਆ ਫਤਿਹ ਸ਼ਾਹ ਦੀ ਲੜਕੀ ਦੇ ਵਿਆਹ ਦੇ ਉੱਤੇ, ਉਹਨੂੰ ਤੰਬੋਲ ਲਿਖਿਆ ਹੋਇਆ ਇਤਿਹਾਸ ਵਿੱਚ। ਅੱਜ ਕੱਲ੍ਹ ਆਪਾਂ ਨੂੰ ਜਿਵੇਂ ਗਿਫਟ ਕਹਿ ਦਿੰਦੇ ਹਾਂ ਕੋਈ ਤੋਹਫਾ, ਉਹਨਾਂ ਸਮਿਆਂ ਦੇ ਵਿੱਚ ਤੰਬੋਲ ਭੇਜਿਆ, ਭਾਈ ਨੰਦ ਚੰਦ ਵਰਗੇ ਗੁਰਸਿੱਖ ਲੈ ਕੇ ਗਏ। ਜਦੋਂ ਤੰਬੋਲ ਭੇਜਿਆ ਤੇ ਭੀਮ ਚੰਦ ਨੂੰ ਪਤਾ ਲੱਗਾ ਜਦੋਂ ਵੀ ਫਤਿਹ ਸ਼ਾਹ ਉੱਥੇ ਜਾਂਦਾ ਰਹਿੰਦਾ ਪੌਂਟਾ, ਜਮਨਾ ਦੇ ਕੰਢੇ ਉੱਤੇ ਪੌਂਟਾ ਰਚਿਆ ਕਹਿੰਦੇ ਗੁਰੂ ਨੇ, ਇਹ ਉਹਨਾਂ ਨਾਲ ਸੰਬੰਧ ਰੱਖਦਾ, ਪਿਆਰ ਰੱਖਦਾ, ਤੇ ਪਤਾ ਲੱਗਿਆ ਵੀ ਲੜਕੀ ਵਾਸਤੇ ਵੀ ਉਹਨਾਂ ਨੇ ਇੱਕ ਵੱਡਾ ਤੋਹਫਾ ਭੇਜਿਆ। ਉਸੇ ਵੇਲੇ ਭੀਮ ਚੰਦ ਕਿਉਂਕਿ ਈਰਖਾ ਦਾ ਮਾਰਿਆ ਹੋਇਆ, ਫਤਿਹ ਸ਼ਾਹ ਨੂੰ ਬੁਲਾ ਕੇ ਕਹਿਣ ਲੱਗੇ ਆਪਣੇ ਕੁੜਮ ਨੂੰ, ਕਹਿੰਦਾ ਜਾਂ ਤਾਂ ਸਾਡੇ ਨਾਲ ਸੰਬੰਧ ਰੱਖ ਲਾ ਤੇ ਜਾਂ ਫਿਰ ਆਨੰਦਪੁਰ ਵਾਲੇ ਗੁਰੂ ਨਾਲ ਸੰਬੰਧ ਰੱਖ ਲਾ, ਜੇ ਉਹਨਾਂ ਨਾਲ ਸੰਬੰਧ ਰੱਖਣਾ ਹੈ ਅਸੀਂ ਵਾਪਸ ਮੁੜ ਜਾਂਦੇ ਹਾਂ, ਲੜਕੀ ਨੂੰ ਵਿਆਹ ਕੇ ਲਿਜਾਂਦੀ ਨਹੀਂ, ਇਹ ਮਸਲਾ ਆ ਗਿਆ। ਦੇਖੋ ਹੁਣ ਜਦੋਂ ਇਹ ਮਸਲਾ ਖੜਾ ਹੋਇਆ
ਤੇ ਉਸ ਵੇਲੇ ਫਤਿਹ ਸ਼ਾਹ ਵੀ ਡੋਲ ਗਿਆ। ਕਹਿੰਦਾ ਲੈ ਇੱਦਾਂ ਕਿੱਦਾਂ ਹੋ ਸਕਦਾ ਆਪਣੀ ਕੁੜਮਾਚਾਰੀ, ਇੱਦਾਂ ਰਿਸ਼ਤਾ ਥੋੜ੍ਹਾ ਛੁੱਟਦੇ ਨਹੀਂ। ਕੋਈ ਗੱਲ ਨਹੀਂ, ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਨਾ ਜਾਇਆ ਕਰੂੰਗਾ, ਮੈਂ ਨਾ ਜਾਇਆ ਕਰੂੰਗਾ। ਦਬਾਅ 'ਚ ਆ ਗਿਆ, ਪ੍ਰੈਸ਼ਰ 'ਚ ਆ ਗਿਆ। ਅਤੇ ਉਸ ਵੇਲੇ ਜਦੋਂ ਭੀਮ ਚੰਦ ਨੇ ਦੇਖ ਲਿਆ ਵੀ ਦਬਾਅ ਤਾਂ ਮੰਨ ਲਿਆ, ਹੋਰ ਦਬਾਅ ਪਾਤਾ, ਕਹਿੰਦੇ ਸਾਨੂੰ ਪਤਾ ਲੱਗਿਆ ਵੀ ਲੜਕੀ ਵਾਸਤੇ ਉਹਨਾਂ ਨੇ ਤੰਬੋਲ ਭੇਜਿਆ, ਬਹੁਤ ਸਮਾਨ ਭੇਜਿਆ, ਅਤੇ ਉਹ ਵਾਪਸ ਕਰ ਦਿਓ, ਕਬੂਲ ਨਹੀਂ ਕਰਨਾ ਉਹਨਾਂ ਦਾ, ਉਹਨਾਂ ਦਾ ਸਮਾਨ ਵਾਪਸ ਕਰ ਦਿਓ, ਇਹ ਵੀ ਦਬਾਅ ਪਾਤਾ। ਤਾਂ ਉਸ ਵੇਲੇ ਕਹਿ ਦਿੱਤਾ ਗੁਰਸਿੱਖਾਂ ਨੂੰ ਫਤਿਹ ਸ਼ਾਹ ਨੇ ਵੀ ਸਾਡੇ ਜੀ ਕੁੜਮਾਚਾਰੀ ਦਾ ਮਾਮਲਾ, ਰਿਸ਼ਤਾ ਸਾਡਾ ਵਿਗੜਦਾ, ਅਤੇ ਤੁਸੀਂ ਫਿਰ ਇਹ ਵਾਪਸ ਲੈ ਜਾਓ, ਅਸੀਂ ਕਬੂਲ ਨਹੀਂ ਕਰ ਸਕਦੇ। ਜਦੋਂ ਇੰਨਾ ਕਹਿ ਕੇ ਵਾਪਸ ਭੇਜੇ ਤਾਂ ਭੀਮ ਚੰਦ ਕਹਿੰਦਾ ਇੱਦਾਂ ਕਰੋ, ਕੁਝ ਬੰਦੇ ਮਗਰ ਜਾਓ, ਬੇਇੱਜ਼ਤੀ ਤਾਂ ਹੋਊ ਇਹਨਾਂ ਦੀ, ਵੀ ਤੋਹਫੇ ਦੇ ਤੌਰ 'ਤੇ ਆਪਾਂ ਸਮਾਨ ਨਹੀਂ ਲਿਆ। ਕਹਿੰਦੇ ਵਗ ਜਾਓ ਮਗਰ, ਕਹਿੰਦੇ ਸਮਾਨ ਵਾਹਵਾ ਲੁੱਟ ਲਿਆਓ, ਲੁੱਟ ਲਿਆਓ, ਕਹਿੰਦੇ ਮਗਰ ਭੇਜਤੇ। ਜਦੋਂ ਮਗਰ ਆਏ ਤੇ ਦੱਸਦੇ ਆ ਵੀ ਸਿੰਘਾਂ ਨੇ ਫਿਰ ਕਾਫੀ ਭੁਗਤ ਸਵਾਰੀ ਉਹਨਾਂ ਦੀ, ਉੱਥੋਂ ਫਿਰ ਕਹਿਣ ਦਾ ਭਾਵ ਲੱਤਾਂ ਬਾਹਾਂ ਤੁੜਵਾ ਕੇ ਵਾਪਸ ਆਏ ਸੀ, ਵਾਪਸ ਆਏ ਚਾਹ ਚੜ੍ਹੇ ਜਦੋਂ ਜਾ ਕੇ ਲੁੱਟੋ ਉਸਦੀ। ਤਾਂ ਜਿਸ ਵੇਲੇ ਚਲੋ ਆ ਗਏ ਵਾਪਸ ਤੇ ਸਿੰਘ ਬੜੀ ਫੁਰਤੀ ਨਾਲ ਨਿਕਲੇ, ਬੜੀ ਫੁਰਤੀ ਨਾਲ ਨਿਕਲੇ ਘੋੜਿਆਂ ਤੇ, ਤੇ ਆ ਕੇ ਉਹਨਾਂ ਨੇ ਗੁਰੂ ਸਾਹਿਬ ਨੂੰ ਦੱਸਦਾ ਵੀ ਮਹਾਰਾਜ ਮਾਹੌਲ ਉੱਥੇ ਕੁਝ ਖਰਾਬ ਹੈ, ਤੰਬੋਲ ਇਹਨਾਂ ਨੂੰ ਜਵਾਬ ਦਿੱਤਾ, ਪ੍ਰਵਾਨ ਨਹੀਂ ਕੀਤਾ, ਮਗਰੋਂ ਲੁੱਟ ਦੀ ਨੀਤ ਉਹਨਾਂ ਨੇ ਬੰਦੇ ਭੇਜੇ ਮਗਰ, ਅਤੇ ਉਹਨਾਂ ਨੂੰ ਫਿਰ ਅਸੀਂ ਮਾਨਤਾਨ ਕੀਤਾ ਉਹਨਾਂ ਦਾ, ਚੜਕੀ ਆ ਗਏ, ਮਾਨਤਾਨ ਕੀਤਾ ਉਹਨਾਂ ਦਾ। ਅਤੇ ਮਹਾਰਾਜ ਉੱਥੇ ਇੱਦਾਂ ਵੀ ਕੁਨਸੋਆਂ ਮਿਲਦੀਆਂ ਸੀ ਵੀ ਭੀਮ ਚੰਦ ਕਹਿੰਦਾ ਸੀ ਵੀ ਹੁਣ ਇਕੱਠੇ ਤਾਂ ਹੋਈ ਆ ਸਾਰੀਆਂ ਫੌਜਾਂ, ਅਤੇ ਮਹਾਰਾਜ ਹੰਕਾਰ ਦੇ ਵਿੱਚ ਇੱਦਾਂ ਵੀ ਬੋਲਦੇ ਸੀ, ਕਹਿੰਦੇ ਜਾਂਦੇ ਜਾਂਦੇ ਕਹਿੰਦੇ ਇੱਧਰ ਕੰਡਾ ਜਿਹਾ ਕੱਢ ਚੱਲੀਏ, ਮਹਾਰਾਜ ਐਂ ਬੋਲਦੇ ਨੇ ਹੰਕਾਰ 'ਚ, ਹਿੱਦਨ ਨੂੰ ਹੋ ਜਾਈਏ ਹਿੱਦਨ ਨੂੰ ਪੌਂਟੇ ਕੰਨੀ ਦੀ, ਅਤੇ ਐਂ ਲੱਗਦਾ ਮਹਾਰਾਜ ਚੜਕੇ ਆਉਣਗੇ ਇਹ, ਉਹਨਾਂ ਦੀ ਨੀਅਤ ਤੋਂ ਨਾ ਉੱਥੇ ਮਾਹੌਲ ਤੋਂ ਸਾਨੂੰ ਇੱਦਾਂ ਲੱਗਦਾ ਸੀ ਵੀ ਚੜਕੇ ਆਉਣਗੇ, ਅਤੇ ਆਪਾਂ ਨੂੰ ਮੋਰਚਾਬੰਦੀ ਕਰ ਲੈਣੀ ਚਾਹੀਦੀ ਹੈ, ਤਿਆਰੀ ਕਰ ਲੈਣੀ ਚਾਹੀਦੀ ਹੈ। ਅਤੇ ਇਉਂ ਲੱਗਦਾ ਵੀ ਬਾਈਧਾਰ ਦੇ ਪਹਾੜੀ ਰਾਜਿਆਂ ਦੀਆਂ ਫੌਜਾਂ ਚੜਕੇ ਆਉਣਗੀਆਂ, ਬਾਕੀ ਜਿਵੇਂ ਮਹਾਰਾਜ ਤੁਹਾਡਾ ਹੁਕਮ ਹੈ ਹੋਣਾ ਉਵੇਂ ਹੈ। ਜਦੋਂ ਇਹਨਾਂ ਕਿਹਾ ਗੁਰੂ ਸਾਹਿਬ ਕਹਿੰਦੇ ਗੁਰਸਿੱਖੋ ਜੋ ਤੁਸੀਂ ਮਹਿਸੂਸ ਕੀਤਾ ਬਿਲਕੁਲ ਠੀਕ ਹੈ, ਜੋ ਚੜ ਕੇ ਆਉਣਗੇ ਤੇ ਗੱਲ ਤੁਹਾਡੀ ਬਿਲਕੁਲ ਦਰੁਸਤ ਹੈ, ਮੋਰਚਾਬੰਦੀ ਆਪਾਂ ਨੂੰ ਕਰਨੀ ਚਾਹੀਦੀ ਹੈ। ਦਸ਼ਮੇਸ਼ ਪਿਤਾ ਜੀ ਨੇ ਕਹਿ ਦਿੱਤਾ ਵੀ ਆਪਣੇ ਤੇ ਜੰਗ ਥੋਪਿਆ ਜਾ ਰਿਹਾ, ਜਿਹੜੇ ਗੁਰਸਿੱਖ ਆਏ ਸੀ ਉਹਨਾਂ ਨੂੰ ਕਹਿੰਦੇ ਵੀ ਥੋਪਿਆ ਜਾ ਰਿਹਾ ਨਾ ਚੜ ਕੇ ਆਉਣ ਦੀਆਂ ਤਿਆਰੀਆਂ, ਆਪਣਾ ਤਾਂ ਕਿਸੇ ਦੇ ਚੜ ਕੇ ਜਾਂਦੇ ਨਹੀਂ, ਤੇ ਫਿਰ ਇੱਦਾਂ ਕਰੋ ਨਗਾਰੇ ਤੇ ਚੋਟ ਲਾ ਦਿਓ ਤੇ ਸਾਰਿਆਂ ਨੂੰ ਸੂਚਨਾ ਦੇ ਦਾਂਗੇ, ਫਿਰ ਆਪਾਂ ਜੋ ਨਗਾਰੇ ਤੇ ਚੋਟ ਲਾਤੀ ਨਾ, ਚੋਟ ਲੱਗੀ ਨਗਾਰੇ ਤੇ, ਜਿਹਨੂੰ ਰੈੱਡ ਅਲਰਟ ਕਹਿ ਦਿੰਦੇ ਹਾਂ ਨਾ, ਜੋ ਨਗਾਰੇ ਤੇ ਚੋਟ ਲੱਗੀ ਦਿਨੇ, ਕਿ ਉਹ ਅਰਦਾਸ ਦੇ ਦੌਰਾਨ ਤਾਂ ਵੱਖਰਾ ਪੇਸ਼ਾ ਸੀ ਇੱਕ ਗੁਰਦੁਆਰ ਦੇ ਸਮੇਂ ਤੇ, ਜਦੋਂ ਇੱਦਾਂ ਬਿਨਾਂ ਕਿਸੇ ਟਾਈਮ ਤੋਂ ਨਗਾਰੇ ਤੇ ਚੋਟ ਲੱਗੀ ਨਾ, ਅਲਰਟ ਹੋਇਆ ਇੱਕਦਮ ਨਗਾਰੇ ਦੀ ਚੋਟ ਸੁਣ ਕੇ ਆਸੇ ਪਾਸਿਓਂ ਗੁਰਸਿੱਖ ਸਾਰੇ ਭੱਜ ਭੱਜ ਕੇ ਆ ਕੇ ਦਸ਼ਮੇਸ਼ ਪਿਤਾ ਜੀ ਦੀ ਹਜ਼ੂਰੀ 'ਚ ਪਹੁੰਚ ਗਏ। ਮਹਾਰਾਜ ਕੀ ਗੱਲ ਹੈ, ਆ ਨਗਾਰੇ 'ਤੇ ਚੋਟ ਲੱਗੀ ਹੈ? ਕਹਿੰਦੇ ਭਾਈ ਆਹ ਫਤਿਹ ਸ਼ਾਹ ਦੀ ਲੜਕੀ ਦੇ ਵਿਆਹ 'ਤੇ ਗਏ ਸੀ ਨਾ ਗੁਰਸਿੱਖ ਆਨੰਦ ਚੰਦ ਹੋਰੀ ਸਾਰੇ। ਕਹਿੰਦੇ ਹਾਂ ਮਹਾਰਾਜ। ਕਹਿੰਦੇ ਉਹਨਾਂ ਨੇ ਤੰਬੋਲ ਮੋੜ ਦਿੱਤਾ, ਪ੍ਰਵਾਨ ਨਹੀਂ ਕੀਤਾ, ਬਾਅਦ ਵਿੱਚ ਲੁੱਟ ਦੀ ਨੀਅਤ ਉਹਨਾਂ ਨੇ ਬੰਦੇ ਭੇਜੇ ਆਪਦੇ ਮਗਰ, ਉਹ ਫਿਰ ਇਹਨਾਂ ਨੇ ਜੋ ਗਏ ਸੀ ਆਪਣੇ ਗੁਰਸਿੱਖ ਉਹਨਾਂ ਨੇ ਮਾਨਤਾਨ ਕਰਤਾ ਉਹਨਾਂ ਦਾ, ਅਤੇ ਉੱਥੇ ਉਹ ਸਕੀਮਾਂ ਕਰਦੇ ਨੇ ਚੜ ਕੇ ਆਉਣ ਦੀਆਂ, ਅਤੇ ਆਪਣੇ ਅਤੇ ਗੁਰਸਿੱਖੋਂ ਜੰਗ ਥੋਪਿਆ ਜਾ ਰਿਹਾ, ਇਸ ਕਰਕੇ ਅਸੀਂ ਨਗਾਰੇ 'ਤੇ ਚੋਟ ਲਾਈ ਹੈ, ਜੰਗੀ ਵਿਜਲ ਬੱਜ ਚੁੱਕਿਆ ਸਮਝ ਲਓ, ਅਤੇ ਭੰਗਾਣੀ ਦੇ ਮੈਦਾਨ ਵਿੱਚ ਉਹ ਗਿਰੀ ਨਦੀ ਦੇ ਨਾਲ ਨਾਲ ਮੋਰਚਾਬੰਦੀ ਕਰ ਲਓ, ਜਿਹਨੇ ਇਲਾਕਾ ਦੇਖਿਆ ਹੋ ਗਿਰੀ ਨਦੀ ਦੇ ਨਾਲ ਨਾਲ ਉਹ ਭੰਗਾਣੀ ਦਾ ਮੈਦਾਨ। ਕਹਿੰਦੇ ਮੋਰਚਾਬੰਦੀ ਕਰ ਲਓ, ਸੱਤ ਵਚਨ ਮਹਾਰਾਜ, ਲਓ ਜੀ ਭੰਗਾਣੀ ਦੇ ਮੈਦਾਨ ਵਿੱਚ ਮੋਰਚਾਬੰਦੀ ਹੋਣੀ ਸ਼ੁਰੂ ਹੋ ਗਈ, ਲੱਗ ਗਏ ਮੋਰਚੇ। ਜਦੋਂ ਨਗਾਰੇ 'ਤੇ ਚੋਟ ਲੱਗ ਗਈ, ਜੰਗੀ ਬਿਗਲ ਵੱਜ ਗਿਆ ਕਹਿ ਲਓ ਆਪਾਂ,
ਤਾਂ ਉਸੇ ਵੇਲੇ ਜਿਹੜੇ ਪਠਾਨ ਸੀ ਨਾ ਇਹਨਾਂ ਦਾ ਦਿਮਾਗ ਖਰਾਬ ਹੋ ਗਿਆ। ਆਪਸ ਗੱਲਾਂ ਕਰਨ ਇਕੱਠੇ ਹੋ ਕੇ ਅੱਡੀ ਆਏ ਨੀ ਗੁਰੂ ਦੀ ਹਿਊਰੀ ਵਿੱਚ ਚੋਟ ਲੱਗ ਗਈ ਨਗਾਰੇ ਤੇ। ਆਪਸ ਗੱਲਾਂ ਕਰਨ ਕਹਿੰਦੇ ਓਏ ਇੱਧਰ ਰਹੇ ਤਾਂ ਮਾਰੇ ਜਾਵਾਂਗੇ। ਕਹਿੰਦੇ ਕਿਵੇਂ? ਇਹਨਾਂ ਕੋਲ ਤਾਂ ਕਹਿੰਦੇ ਹਥਿਆਰ ਹੀ ਬਹੁਤ ਘੱਟ ਹੈ। ਕਿੱਥੇ ਉਹ ਪਹਾੜੀ ਰਾਜਿਆਂ ਦੀਆਂ ਫੌਜਾਂ, ਉਹਨਾਂ ਕੋਲ ਇੰਨੇ ਹਥਿਆਰ ਇੰਨੀਆਂ ਫੌਜਾਂ, ਗਿਣਤੀ ਵੀ ਇੱਧਰ ਘੱਟ ਹੀ ਹੈ, ਲੜਨ ਵਾਲਿਆਂ ਦੀ ਹਥਿਆਰ ਵੀ ਘੱਟ ਹੈ ਅਤੇ ਟ੍ਰੇਨਿੰਗ ਵੀ ਕੋਈ ਬਾਹਲੀ ਜ਼ਿਆਦਾ ਨਹੀਂ, ਅਭਿਆਸ ਵੀ ਹੈ ਨਹੀਂ ਕੋਈ ਹਥਿਆਰਾਂ ਦਾ, ਮਾਰੇ ਜਾਵਾਂਗੇ ਇੱਧਰ ਤਾਂ ਆਪਾਂ ਹੀ ਲੜਨ ਵਾਲੇ ਇੱਧਰ ਹੋੜ ਪਾਉਣਾ। ਕਹਿੰਦੇ ਫਿਰ ਕਿਵੇਂ ਕਰੀਏ? ਵਿੱਚੋਂ ਜੋ ਕੰਨਾਂ ਕੋਲ ਉਹ ਕਹਿਣ ਕਹਿੰਦੇ ਉੱਧਰ ਨਾਲ ਰਲ ਜਾਈਏ, ਜਾ ਕੇ ਉੱਧਰ ਜਾ ਕੇ ਕਹਿ ਦੇਣੇ ਉਹਨਾਂ ਨੂੰ ਵੀ ਉੱਧਰ ਤਾਂ ਅਸੀਂ ਹੀ ਸੀਗੇ, ਅਸੀਂ ਤੁਹਾਡੇ ਨਾਲ ਰਲ ਗਏ, ਪਹਿਲੇ ਹੱਲੇ ਤੁਹਾਨੂੰ ਜਿਤਾ ਦਿਆਂਗੇ ਅਤੇ ਪਰ ਲੁੱਟਦਾ ਮਾਲ ਸਾਡਾ ਹੋਊ ਸਾਰਾ। ਕਹਿੰਦੇ ਦੇਖ ਗੁਰਦੁਆਰ ਦੇ ਵਿੱਚ ਸੰਗਤਾਂ ਕੀ ਕੁਛ ਲੈ ਕੇ ਆਉਂਦੀਆਂ, ਦਸਵੰਧ ਵਟਾਵਾਂ ਅਤੇ ਹੋਰ ਬੜਾ ਮਾਲ ਹੈ, ਲੁੱਟਦਾ ਸਮਾਨ ਆਪਾਂ ਸਾਂਭਲਾਂਗੇ। ਉਹਨਾਂ ਨੂੰ ਕਹਿ ਦਿਆਂਗੇ ਵੀ ਲੁੱਟਦਾ ਸਮਾਨ ਸਾਡਾ ਹੋਊਗਾ, ਜੇ ਤੁਹਾਨੂੰ ਜੰਗ ਜਿਤਾ ਦਿੰਦੇ ਪਹਿਲੇ ਹਮਲੇ ਇੱਧਰ ਕੌਣ ਹੈ? ਆਪਾਂ ਹੀ ਹਾਂ ਬਸ। ਲਓ ਜੀ ਇੱਦਾਂ ਨੀਅਤ ਵਿਗੜ ਗਈ, 500 ਪਠਾਨ ਕਹਿਣ ਦਾ ਭਾਵ ਗਦਾਰੀ ਕਰਨ ਲੱਗਿਆ ਹੁਣ, ਗਦਾਰੀ ਲੱਗਿਆ ਕਰਨ ਹੁਣ 500 ਪਠਾਨ, ਜਿਹੜਾ ਪੀਰ ਬੁੱਧੂ ਸ਼ਾਹ ਭਰਤੀ ਕਰਾ ਕੇ ਗਿਆ ਸੀ। ਲਓ ਜੀ ਜਿਸ ਵੇਲੇ ਇੱਦਾਂ ਇਹਨਾਂ ਦੇ ਖਿਆਲਤ ਬਣ ਗਏ ਅਤੇ ਆ ਗਏ ਇਹਨਾਂ ਦੇ ਮੁਖੀ ਇਕੱਠੇ ਹੋ ਕੇ, ਇਤਿਹਾਸ ਨੇ ਚਾਰ ਮੁਖੀ ਦੱਸਿਆ ਇਹਨਾਂ ਦੇ, ਕਾਲੇ ਖਾਂ, ਨਜਾਵਤ ਖਾਂ, ਹਯਾਤ ਖਾਂ, ਭੀਖਣ ਖਾਂ। ਤਾਂ ਤੇ ਆਏ ਜਿਸ ਵੇਲੇ ਆ ਕੇ ਕਹਿੰਦੇ ਸਾਨੂੰ ਜੀ ਥੋੜ੍ਹੀ ਜੀ ਥੋੜ੍ਹੇ ਕੁ ਦਿਨ ਵਾਸਤੇ ਛੁੱਟੀ ਦੇ ਦਿਓ, ਬਹੁਤ ਦੇਰ ਹੋ ਗਈ ਆਇਆਂ ਨੂੰ ਜੀ, ਥੋੜ੍ਹਾ ਜਿਹਾ ਖਰਚਾ ਦੇ ਦਿਓ, ਬੱਚਿਆਂ ਨੂੰ ਦੇ ਆਈਏ ਜੀ ਘਰੇ, ਬਸ ਛੇਤੀ ਮੁੜ ਆਵਾਂਗੇ ਜੀ, ਬਹੁਤ ਦੇਰ ਹੋ ਗਈ, ਬੱਚਿਆਂ ਨੂੰ ਘਰੇ ਕੋਈ ਖਰਚਾ ਵੀ ਭੇਜਣਾ। ਦਸਮੇਸ਼ ਪਿਤਾ ਕਹਿੰਦੇ ਘਰੇ ਜਾਣਾ, ਖਰਚਾ ਭੇਜਣਾ, ਤੁਹਾਨੂੰ ਪਤਾ ਨਹੀਂ ਚੋਟ ਲੱਗ ਚੁੱਕੀ ਹੈ ਨਗਾਰੇ ਤੇ, ਜੰਗੀ ਵਿਗਲ ਵੱਧ ਚੁੱਕਿਆ ਤੇ ਪਹਾੜੀ ਚੜ੍ਹ ਕੇ ਆ ਰਹੇ ਆ, ਪਤਾ ਨਹੀਂ ਤੁਹਾਨੂੰ। ਕਹਿੰਦੇ ਮਹਾਰਾਜ ਉਹ ਤਾਂ ਲੱਗਿਆ ਪਤਾ। ਕਹਿੰਦੇ ਫਿਰ ਜੰਗ ਦੇ ਦਿਨਾਂ ਵਿੱਚ ਫੌਜੀਆਂ ਨੂੰ ਛੁੱਟੀ ਹੁੰਦੀ ਹੈ ਕਿਤੇ? ਛੁੱਟੀ ਹੁੰਦੀ ਹੈ ਕਿਤੇ? ਸਗੋਂ ਜਿਹੜੇ ਛੁੱਟੀ ਗਏ ਹੁਣ ਉਹ ਵੀ ਬੁਲਾ ਲਈਦੇ ਆ, ਤੂੰ ਛੁੱਟੀ ਮੰਗਦੇ ਹੋ। ਕਹਿੰਦੇ ਬਸ ਛੇਤੀ ਮੁੜਿਆਂ ਦੀ ਗੱਲ ਕਰਦੇ ਹੁਣ ਜੀ। ਕਹਿੰਦੇ ਪਹਾੜੀ ਚੜ੍ਹ ਕੇ ਆ ਰਹੇ ਹੋ ਤਾਂ ਮੋਰਚਾਬੰਦੀ ਹੋ ਹੀ ਜਾਂਦੀ ਹੈ ਪਹਾੜੀ ਦੇ ਮੈਦਾਨ ਵਿੱਚ। ਨਹੀਂ ਜੀ ਕੋਈ ਨਹੀਂ, ਬਸ ਜੀ ਆ ਜਾਵਾਂਗੇ ਜੀ ਆ ਜਾਵਾਂਗੇ। ਗੁਰੂ ਸਾਹਿਬ ਨੇ ਦੇਖ ਲਿਆ ਵੀ ਨੀਅਤ ਇਹਨਾਂ ਦੀ ਵਿਗੜ ਗਈ, ਨੀਅਤ ਵਿਗੜ ਗਈ, ਨਾਲ ਇਸ਼ਾਰਾ ਵੀ ਦਿੱਤਾ ਇਤਿਹਾਸਕ ਬਚਨ ਆਉਂਦੇ ਹੈ। ਗੁਰੂ ਸਾਹਿਬ ਕਹਿੰਦੇ ਨਮਕ ਹਲਾਲ ਨਾਥਕਾ ਕਰੀਏ, ਮਾਲਕ ਦਾ ਨਮਕ ਹਲਾਲ ਕਰਨਾ ਚਾਹੀਦਾ, ਖਾਧੇ ਲੂਣ ਦਾ ਮੁੱਲ ਮੋੜਨਾ ਚਾਹੀਦਾ, ਭਾਵ ਨਮਕ ਹਲਾਲ ਨਾਥਕਾ ਕਰੀਏ, ਮਰਨ ਜੀਵਨ ਆਸ ਧੁਜ ਪਰ ਧਰੀਏ। ਜਮਨ ਮਰਨ ਤਾਂ ਮਾਲਕ ਪਰਮੇਸ਼ਵਰ ਦੇ ਹੁਕਮ ਦੇ ਵਿੱਚ ਹੈ। ਕਹਿੰਦੇ ਨਮਕ ਹਰਾਮ ਜਾਣ ਤਜ ਦੇਹੀ ਤਾਂ ਕੋ ਮਾਸ ਗੀਦ ਨਾ ਲੇਹੀ। ਕਹਿੰਦੇ ਜਦੋਂ ਨਮਕ ਹਰਾਮੀ ਮਰਦੇ ਨੇ ਨਾ, ਕਹਿੰਦੇ ਫਿਰ ਉਹਨਾਂ ਦਾ ਮਾਸ ਗਿਰਜਾਂ ਵੀ ਨਹੀਂ ਖਾਂਦੀਆਂ। ਇਸ਼ਾਰਾ ਦਿੱਤਾ ਗੁਰੂ ਨੇ ਵੀ ਗਿਰਜਾਂ ਨੇ ਮਾਸ ਨਹੀਂ ਖਾਣਾ, ਐਂ ਦੇਖ ਲਿਓ ਨਮਕ ਹਰਾਮੀ ਕਰਨ ਲੱਗਿਓ। ਨਮਕ ਹਲਾਲੀ ਦਾ ਸਬੂਤ ਦੇਣਾ ਬਣਦਾ ਹੈ, ਨਮਕ ਹਰਾਮੀ ਲੱਗਿਓ ਕਰਨ, ਜਦੋਂ ਤੁਹਾਨੂੰ ਕੋਈ ਰੱਖਦਾ ਨਹੀਂ ਤੁਹਾਨੂੰ ਭਰਤੀ ਕੀਤਾ ਤੇ ਦੇਖ ਲਓ ਗਿਰਜਾਂ ਨੇ ਨਹੀਂ ਖਾਣੇ ਮਾਸ, ਭਾਵੇਂ ਇਸ਼ਾਰਾ ਦਿੱਤਾ ਵੀ ਮਰੋਗੇ, ਰੁਣਗੀਆਂ ਦੇਹਾਂ ਤੁਹਾਡੀਆਂ, ਇਸ਼ਾਰਾ ਦਿੱਤਾ ਗੁਰੂ ਨੇ, ਪਰ ਕਦੋਂ ਬਣਦੇ ਨੇ ਉਹ? ਗਿਰਜਾਂ ਨੇ ਮਾਸ ਨਹੀਂ ਖਾਣੇ, ਜਿਹੜੋ ਗੱਲਾਂ ਕਰਦੇ ਸੀ ਨਾ ਵੀ ਪਹਿਲੇ ਹੱਲੀ ਜਿਤਾ ਦੇਂਗੇ ਆਪਾਂ ਉੱਧਰ ਰਲ ਜਾਵਾਂਗੇ ਜਾ ਕੇ, ਉਹ ਇਸ਼ਾਰੇ ਸੀ। ਜਦੋਂ ਗੁਰੂ ਸਾਹਿਬ ਨੇ ਖਰੀਆਂ ਸੁਣਾਈਆਂ ਵੀ ਗਿਰਜਾਂ ਨੇ ਮਾਸ ਨਹੀਂ ਖਾਣਾ ਗਦਾਰਾਂ ਦਾ, ਨਮਕ ਹਰਾਮੀਆਂ ਦਾ ਮਾਸ ਤਾਂ ਗਿਰਜਾਂ ਵੀ ਨਹੀਂ ਖਾਂਦੀਆਂ, ਮਰ ਜਾਣ ਜਦੋਂ, ਤਾਂ ਉਸ ਵੇਲੇ ਨਹੀਂ ਮੰਨੇ ਗੱਲ ਮੁੱਕੀ। ਗੁਰੂ ਸਾਹਿਬ ਨੇ ਦੇਖ ਲਿਆ ਨੀਤ ਇਹਨਾਂ ਦੀ ਵਿਗੜ ਗਈ, ਮੈਂ ਸੰਖੇਪ ਕਰਾਂ, ਗੱਲ ਮੁਕਾਓ ਤੌਰ ਤੇ ਉਹ ਵੀ ਜਾਓ ਜਾਓ। 500 ਪਠਾਨ ਗਦਾਰੀ ਕਰ ਗਿਆ ਪਰ ਦਸਮੇਸ਼ ਪਿਤਾ ਨੇ ਹੌਸਲਾ ਨਹੀਂ ਛੱਡਿਆ, ਜਿਗਰਾ ਦੇਖੋ ਪਾਤਸ਼ਾਹ ਦਾ, ਕੋਈ ਹੌਸਲਾ ਨਹੀਂ ਛੱਡਿਆ। ਹੁਣ ਜੰਗ ਆ ਪਵੇ ਤੇ 500 ਗਦਾਰੀ ਕਰ ਜਾਣ, ਉਹੀ ਹੌਸਲੇ ਪਸਤ ਹੋ ਜਾਂਦੇ ਆ। ਤਾਂ ਜਿਸ ਵੇਲੇ 500 ਪਠਾਨ ਲਓ ਜੀ ਗਦਾਰੀ ਕਰ ਗਿਆ, ਗਦਾਰੀ ਕਰਕੇ ਗਿਆ ਕਿੱਥੇ? ਘਰਾਂ ਨੂੰ ਨਹੀਂ ਗਿਆ, ਕਹਿੰਦੇ ਘਰੇ ਜਾਣਾ ਜੀ ਅਸੀਂ ਨਾ, ਉੱਧਰ ਜਾ ਕੇ ਰਲ ਗਏ ਪਹਾੜੀਆਂ ਨਾਲ, ਜਾ ਕੇ ਉਹਨਾਂ ਨੂੰ ਕਹਿੰਦੇ ਅਸੀਂ ਉੱਧਰ ਸੀ ਜੀ, ਹੋਰ ਤਾਂ ਉੱਧਰ ਕਿਹੜਾ ਜੰਗ ਕਰਨ ਵਾਲਾ, ਤੁਹਾਨੂੰ ਪਹਿਲੇ ਹੱਲੇ ਜਿਤਾ ਦਿਆਂਗੇ ਪਰ ਸਾਡੇ ਨਾਲ ਵਚਨ ਕਰ ਲਓ, ਲੁੱਟਦਾ ਮਾਲ ਸਾਡਾ ਹੋਊ। ਉਹ ਕਹਿੰਦੇ ਠੀਕ ਹੈ ਠੀਕ ਹੈ,
ਸੋਏ 500 ਪਠਾਨ ਗਦਾਰੀ ਕਰਕੇ ਪਹਾੜੀਆਂ ਨਾਲ ਜਾ ਰਲੇ। ਇਹ ਹੋ ਗਿਆ ਉੱਧਰ। ਜਦੋਂ ਇਹ ਹੋ ਗਿਆ ਤੇ ਦੀਵਾਨ ਨੰਦ ਜੰਦ ਕਹਿੰਦਾ ਪਾਤਸ਼ਾਹ ਤਾਂ 500 ਗਦਾਰੀ ਕਰ ਗਿਆ, ਹੁਣ ਚੋਜੀ ਪ੍ਰੀਤਮ ਦੇ ਚੋਜ। ਚੋਜੀ ਪ੍ਰੀਤਮ ਕਹਿੰਦੇ ਕੋਈ ਗੱਲ ਨਹੀਂ ਨੰਦ ਚੰਦ, ਜੇ 500 ਪਠਾਨ ਗਦਾਰੀ ਕਰ ਗਿਆ ਤਾਂ ਕੀ ਹੋ ਗਿਆ, 500 ਸਾਧੂ ਮਹਾਤਮਾ ਆਪਣੇ ਨਾਲ ਹੀ ਹੈ। ਬੋਲੋ ਸਤਨਾਮ। ਕਹਿੰਦੇ ਤਾਂ ਕੀ ਹੋ ਗਿਆ, ਸਾਧੂ ਮਹਾਤਮਾ ਬਥੇਰੇ ਹੈਗੇ ਆਪਣੇ ਨਾਲ, ਫਿਰ ਕੀ ਗੱਲ ਹੋ ਗਈ ਹੁਣ। ਕਹਿੰਦੇ ਜਾਂ ਸਾਧੂ ਮਹਾਤਮਾ ਵਾਲੇ ਪਾਸੇ ਇੱਕ ਪਾਸੇ ਉਹਨਾਂ ਦਾ ਸੀ ਨਾ ਉਪੜਾ, ਉਹਨਾਂ ਦੀ ਕੀ ਰਾਇ ਹੈ, ਜਾਂ ਪੁੱਛ ਕੇ ਆ ਭੱਜ ਕੇ, ਉਹਨਾਂ ਨੂੰ ਪੁੱਛ ਕੇ ਆ, ਕੋਈ ਗੱਲ ਨਹੀਂ ਤਾਂ ਆਪਣੇ ਨਾਲ ਹੀ ਹੈ। ਜਦੋਂ ਗਿਆ ਆਨੰਦ ਚੰਦ ਉੱਧਰਲੇ ਪਾਸੇ ਨੂੰ ਤੇ ਜਾ ਕੇ ਕੀ ਦੇਖਿਆ, ਉਹ ਤਾਂ ਸਾਰੇ ਜਦੋਂ ਨਗਾਰੇ ਤੇ ਚੋਟ ਲੱਗੀ ਸੀ ਚਿੱਪੀਆਂ ਲੈ ਕੇ ਉਦੋਂ ਹੀ ਭੱਜ ਗਏ ਸੀ। ਕਹਿੰਦੇ ਉੱਡ ਚੱਲੋ, ਏ ਲੰਗਰ ਚੱਲਦੇ ਸੀ, ਮੌਜਾਂ ਬਣੀਆਂ ਸੀ, ਜੰਗ ਆਪ ਹੈ, ਲੜਨ ਦਾ ਆਪਣਾ ਕੀ ਕੰਮ ਹੈ। ਕਹਿੰਦੇ ਭੱਜ ਚੱਲੋ। ਕਹਿੰਦੇ ਇੱਥੇ ਹੁਣ ਕੀ ਹੈ, ਇੱਕ ਬੈਠਾ ਸੀ ਸਿਰਫ ਕਿਰਪਾਲ ਦਾਸ, ਬਾਕੀ ਉਹ ਤਾਂ ਭੱਜ ਚੁੱਕਿਆ, ਸਾਰੇ ਖਾਲੀ ਪਿਆ ਤਾਂ ਪਾਸਾ, ਸਾਰੇ ਹੀ ਉੱਡ ਚੁੱਕੇ ਆ ਸਭ। ਇੱਕ ਰਹਿ ਗਿਆ ਸੀ, ਫਿਰ ਨਾ ਭੁੱਲ ਜੋ ਇਤਿਹਾਸ ਉਵੇਂ ਸੁਣਾਵਾਂਗੇ ਅਸੀਂ ਕੋਲੋਂ ਨਹੀਂ ਘੱਲਣ, ਇੱਕ ਰਹਿ ਗਿਆ ਸੀ ਕਿਰਪਾਲ ਦਾਸ ਬੈਠਾ, ਬਾਕੀ ਭੱਜ ਗਏ, ਬਾਕੀ ਸਾਰੇ ਉੱਡ ਗਏ। ਤੇ ਜਿਸ ਵੇਲੇ ਆਨੰਦ ਚੰਦ ਨੇ ਦੇਖਿਆ ਵੀ ਪਾਸਾ ਖਾਲੀ ਹੈ ਤੇ ਵਾਪਸ ਆਇਆ, ਭੱਜਿਆ ਭੱਜਿਆ, ਹੁਣ ਸਾਂਝਾ ਵੀ ਚੜ੍ਹੀ ਜਾਂਦਾ ਨਾ ਥੋੜ੍ਹਾ ਕੁ ਤਾਂ, ਭੱਜਿਆ ਭੱਜਿਆ ਵਾਪਸ ਆਇਆ, ਸਾਂਝਾ ਵੀ ਮਾੜਾ ਚੜਿਆ ਹੋਇਆ, ਆਵਾਜ਼ ਉੱਦਾਂ ਦੀ ਹੋ ਜਾਂਦੀ ਨਾ ਥੋੜ੍ਹਾ ਕਾਹਲੀ ਕਾਹਲੀ ਜੀ ਬੋਲਣ 'ਚ। ਜਦੋਂ ਆਇਆ ਆ ਕੇ ਕਹਿੰਦਾ ਮਹਾਰਾਜ, ਮਹਾਰਾਜ ਗੁਰੂ ਸਾਹਿਬ ਕਹਿੰਦੇ ਕਿਵੇਂ ਕੀ ਗੱਲ ਹੋ ਗਈ। ਕਹਿੰਦਾ ਮਹਾਰਾਜ ਉਹ ਤਾਂ ਸਾਰੀ ਤੁਰ ਗਏ, ਜੋ ਨਗਾਰੇ 'ਤੇ ਚੋਟ ਲੱਗੀ ਸੀ ਨਾ ਉਹ ਤਾਂ ਉਹਦੀ ਤੁਰ ਗਏ ਸੀ ਸਾਰੇ। ਕਹਿੰਦੇ ਉੱਡ ਚੱਲੋ, ਉਹ ਵੀ ਤੁਰ ਗਏ ਮਹਾਰਾਜ। ਦਸ਼ਮੇਸ਼ ਪਿਤਾ ਜੀ ਨੇ ਫਿਰ ਦੁਹਰਾ ਕੇ ਪੁੱਛਿਆ, ਆਨੰਦ ਚੰਦ ਸਾਰੇ ਤੁਰ ਗਏ? ਨਾ ਸੱਚ ਮਹਾਰਾਜ, ਇੱਕ ਬੈਠਾ, ਇੱਕ ਤਾਂ ਰਹਿੰਦਾ ਹਜੇ, ਇੱਕ ਬੈਠਾ। ਚੱਲ ਕੋਈ ਨੀ, ਜਿਹੜਾ ਇੱਕ ਰਹਿੰਦਾ ਉਹਨੂੰ ਤਾਂ ਲਿਆ ਬੁਲਾ ਕੇ, ਉਹਨੂੰ ਬੁਲਾ ਦੁਬਾਰੇ ਮੋੜਤਾ। ਆਨੰਦ ਚੰਦ ਆਇਆ, ਭੱਜਿਆ ਭੱਜਿਆ ਵਾਪਸ, ਕਿਰਪਾਲ ਦਾਸ ਨੂੰ ਕਹਿੰਦਾ ਵੀ ਗੁਰੂ ਸਾਹਿਬ ਤੈਨੂੰ ਬੁਲਾਉਂਦੇ ਆ, ਛੇਤੀ ਦਿਨ ਆ ਜਾ, ਤੁਹਾਨੂੰ ਪਤਾ ਹੈ ਜੰਗ ਦਾ ਵਿਗਲ ਵੱਜ ਚੁੱਕਿਆ, ਪਹਾੜੀਆਂ ਚੜ੍ਹ ਕੇ ਆ ਰਹੇ ਹੈ। ਕਿਰਪਾਲ ਦਾਸ ਉਸੇ ਵੇਲੇ ਉੱਠ ਕੇ ਦਸ਼ਮੇਸ਼ ਪਿਤਾ ਦੀ ਹਜ਼ੂਰੀ ਵਿੱਚ ਆ ਗਿਆ। ਜਦੋਂ ਆ ਗਿਆ ਹੁਣ ਚੋਜੀ ਪ੍ਰੀਤਮ ਦੇ ਚੋਜ, ਕਹਿੰਦੇ ਕਿਰਪਾਲ ਦਾਸ 500 ਪਠਾਨ ਗਦਾਰੀ ਕਰ ਗਿਆ, ਚੱਲ ਗਏ ਉਹ। ਤੇ ਕਿਰਪਾਲ ਦਾਸ ਪਤਾ ਲੱਗਿਆ ਵੀ ਤੇਰੇ ਸਾਥੀ ਵੀ ਚੱਲ ਗਏ, ਸਭ ਚੱਲ ਗਏ। ਕਹਿੰਦੇ ਫਿਰ ਕਿਵੇਂ ਲੱਗਦਾ ਕਿਰਪਾਲ ਦਾਸ, ਜਿੱਤ ਜਾਂਗੇ ਆਪਾਂ ਜੰਗ? ਚੋਜੀ ਪ੍ਰੀਤ ਚੋਜ ਹੀ ਹੈ ਨਾ, ਦੇਖੋ ਉਹਨੂੰ ਪੁੱਛਣ ਲੱਗ ਪਏ ਖੇਡਾਂ ਮਾਂ। ਕਹਿੰਦੇ ਕਿਰਪਾਲ ਦਾਸ ਕਿਵੇਂ ਲੱਗਦਾ ਵੀ ਜੰਗ ਜਿੱਤ ਜਾਂਗੇ ਆਪਾਂ ਹੁਣ? ਤੂੰ ਇੰਨਾ ਕਿਹਾ ਕਿਰਪਾਲ ਦਾਸ ਵੀ ਚੰਗੀ ਵਰਤੀ ਦੱਸ। ਉਹ ਕਹਿਣ ਲੱਗਿਆ ਤੁਹਾਡੇ ਚੋਜ ਤੁਹਾਡੀਆਂ ਖੇਡਾਂ, ਤੁਸੀਂ ਆਪ ਜਾਣਦੇ ਵੀ ਕੀ ਖੇਡ ਵਰਤਾਉਣ ਲੱਗੇ ਹੋ ਤੁਸੀਂ ਹੁਣ, ਤੁਸੀਂ ਕੀ ਖੇਡ ਖੇਡਣ ਲੱਗੇ ਹੋ, ਕੀ ਖੇਡ ਵਰਤਾਉਣ ਲੱਗੇ ਹੋ ਤੁਸੀਂ ਆਪ ਜਾਣਦੇ ਹੋ। ਮੈਂ ਤਾਂ ਜਿਵੇਂ ਤੁਸੀਂ ਨਚਾਓਗੇ ਉਵੇਂ ਨੱਚੂ, ਜਿਵੇਂ ਖੜਾਓਗੇ ਉਵੇਂ ਖੇਡੂ, ਭਾਵ ਤੁਹਾਡਾ ਤੁਹਾਡੇ ਹੁਕਮ ਦੇ ਵਿੱਚ, ਤੁਹਾਡੇ ਹੁਕਮ ਦੇ ਵਿੱਚ, ਬਾਕੀ ਤੁਸੀਂ ਆਪ ਜਾਣਦੇ ਹੋ ਕੀ ਖੇਡ ਖੇਡਣ ਲੱਗੇ ਹੋ। ਕਿਰਪਾਲ ਦਾਸ ਕਹਿੰਦਾ ਮੈਂ ਕੀ ਜਾਣਦਾ ਤੇਰੀ ਸਾਰ ਨੂੰ,
ਖੇਡੇ ਮਾਲਕਾ ਤੇਰੀ ਸਾਨੂੰ ਮੈਂ ਕੀ ਜਾਣਦਾ ਤੇਰੀ ਸਾਨੂੰ ਕਹਿੰਦਾ ਮਹਾਰਾਜ ਕੀ ਖੇਡ ਖੇਡਣ ਲੱਗਿਓ ਕੀ ਖੇਡ ਖੜਾਉਣ ਲੱਗਿਓ ਅਸੀਂ ਵਿੱਚ ਖੇਡਾਂਗੇ ਬਾਕੀ ਤੁਸੀਂ ਜਾਣੋ ਤੁਹਾਡੀ ਕੌਤਕ ਜਿਸ ਵੇਲੇ ਲਓ ਜੀ ਇੰਨੀ ਗੱਲ ਕਹੀ ਅਤੇ ਮੋਰਚਾਬੰਦੀ ਉੱਧਰ ਹੋਣੀ ਸ਼ੁਰੂ ਹੋ ਚੁੱਕੀ ਹੈ ਮੋਰਚਾਬੰਦੀ ਬਿਉਂਤਬੰਦੀ ਕਿੱਦਾਂ ਹੋ ਗਈ ਮੈਂ ਦੱਸ ਦੇਵਾਂ ਦਸ਼ਮੇਸ਼ ਪਿਤਾ ਜੀ ਨੇ ਮੈਦਾਨ ਦੇ ਵਿੱਚ ਕਮਾਂਡਰ ਬਣਾ ਦਿੱਤਾ ਸੰਗੋਸ਼ਾ ਨੂੰ ਇਹ ਸੰਗੋਸ਼ਾ ਕੌਣ ਹੈ ਇਹ ਦਸ਼ਮੇਸ਼ ਪਿਤਾ ਜੀ ਦੀ ਭੂਆ ਦਾ ਪੁੱਤ ਹੈ ਦਸ਼ਮੇਸ਼ ਪਿਤਾ ਜੀ ਦੀ ਭੂਆ ਕੌਣ ਹੈ ਪਤਾ ਬੀਬੀ ਬੀਰੋ ਹਾਂ ਭੈਣਾਂ ਜਾਣਦੀਆਂ ਬੀਬੀ ਬੀਰੋ ਛੇਵੇਂ ਪਾਤਸ਼ਾਹ ਦੀ ਸਪੁੱਤਰੀ ਛੇਵੇਂ ਪਾਤਸ਼ਾਹ ਦੀ ਸਪੁੱਤਰੀ ਬੀਬੀ ਬੀਰੋ ਸੋ ਨੌਵੇਂ ਪਾਤਸ਼ਾਹ ਜੀ ਦੀ ਭੈਣ ਹੋ ਗਈ ਨਾ ਰਿਸ਼ਤਾ ਸਮਝ ਨਾ ਸਾਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਭੈਣ ਹੋ ਗਈ ਗੁਰੂ ਤੇਗ ਬਹਾਦਰ ਛੇਵੇਂ ਪਾਤਸ਼ਾਹ ਸਪੁੱਤਰ ਨੇ ਨਾ ਹਾਂਜੀ ਅੱਗੇ ਫਿਰ ਤੁਹਾਨੂੰ ਪਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਸਪੁੱਤਰ ਦਸ਼ਮੇਸ਼ ਪਿਤਾ ਜੀ ਹਾਂਜੀ ਸੋ ਇਹ ਦਸ਼ਮੇਸ਼ ਪਿਤਾ ਦੀ ਭੂਆ ਬੀਬੀ ਬੀਰੋ ਜੀ ਦੇ ਪੰਜ ਸਪੁੱਤਰ ਹੈ ਜਿਹੜੇ ਪੰਜੇ ਭੰਗਾਣੀ ਦੇ ਯੁੱਧ ਵਿੱਚ ਨਾਲ ਸੀ ਗੁਰੂ ਸਾਹਿਬ ਦੇ ਪੰਜੇ ਭੂਆ ਦੇ ਪੁੱਤ ਨਾਲ ਸੀ ਪੰਜਾਂ ਦਾ ਨਾਂ ਦੱਸ ਦੇਵਾਂ ਸੰਗੋਸ਼ਾ ਜਿਹੜਾ ਕਮਾਂਡਰ ਬਣਾਤਾ ਜੀਤਮੱਲ ਅਤੇ ਫਿਰ ਮੋਹਰੀ ਚੰਦ ਗੰਗਾ ਰਾਮ ਗੁਲਾਬ ਚੰਦ ਇਹ ਪੰਜ ਭੂਆ ਦੇ ਪੁੱਤ ਹੈ ਦਸ਼ਮੇਸ਼ ਪਿਤਾ ਦੇ ਤਾਂ ਤੇ ਲਓ ਜੀ ਹੁਣ ਸੰਗੋਸ਼ਾ ਨੂੰ ਕਮਾਂਡ ਦਿੱਤੀ ਗੁਰੂ ਸਾਹਿਬ ਨੇ ਮੈਦਾਨ ਦੇ ਵਿੱਚ ਆਪ ਸੱਚੀ ਸਰਕਾਰ ਨੇ ਮੋਰਚਾ ਲਾ ਲਿਆ ਆਪਣਾ ਉਹ ਉੱਚੇ ਥਾਂ ਤੇ ਜਿਹੜੇ ਗਏ ਦਿਸਦਾ ਹੁਣ ਪਾਸੁਰਤਲਾ ਜਾ ਕੇ ਉੱਥੇ ਉਹ ਤੀਰਗੜੀ ਸਥਾਨ ਨਹੀਂ ਬਣਿਆ ਹੋਇਆ ਉੱਚਾ ਜਿਹੜੇ ਗਏ ਹੋ ਯਾਦ ਆਉਂਦਾ ਕਿ ਨਹੀਂ ਜਿਹੜੇ ਗਏ ਹੋ ਜਿਹੜੇ ਦੂਜਿਆਂ ਨੂੰ ਤਾਂ ਨਹੀਂ ਪਤਾ ਹੋਣਾ ਉੱਥੇ ਉਹ ਉੱਥੇ ਤੀਰਗੜੀ ਸਥਾਨ ਹੈ ਜਿਹੜਾ ਬਣਿਆ ਹੋਇਆ ਉੱਚਾ ਉੱਥੇ ਦਸ਼ਮੇਸ਼ ਪਿਤਾ ਦਾ ਮੋਰਚਾ ਸੀ ਭੰਗਣੀ ਦੇ ਯੁੱਧ ਵੇਲੇ ਗੁਰੂ ਸਾਹਿਬ ਦਾ ਮੋਰਚਾ ਉੱਥੇ ਸੀਗਾ ਉੱਥੋਂ ਤੀਰ ਛੱਡਦੇ ਸੀ ਅਤੇ ਕਿੰਨਿਆਂ ਨੂੰ ਵਿੰਨ ਦਿੰਦੇ ਸੀ ਇੱਕ ਤੀਰ ਨਾਲ ਉਹ ਤੀਰਗੜੀ ਸਥਾਨ ਬਣਿਆ ਹੋਇਆ ਉੱਚੇ ਥਾਂ ਦੇ ਉੱਤੇ ਜੋ ਜਾਂਦੇ ਹੋ ਨਾ ਯਾਤਰਾ 'ਤੇ ਸਾਰੀਆਂ ਗੱਲਾਂ ਗਾਈਡ ਲੈ ਕੇ ਜਾਇਆ ਕਰੋ ਨਾਲ ਗਾਈਡ ਕਿੱਥੇ ਕੀ ਹੋਇਆ ਕਿੱਥੇ ਕੀ ਐਵੇਂ ਗਿੜੇ ਦੇ ਕੇ ਨਹੀਂ ਮੁੜਾਉਣਾ ਹੁੰਦਾ ਮਾਫ਼ ਕਰਨਾ ਗੁੱਸਾ ਨਾ ਕਰਿਆ ਕਰੋ ਅਸੀਂ ਗਲਤ ਢੰਗ ਨੂੰ ਕੱਟਦੇ ਹੁੰਦੇ ਹਾਂ ਕਿ ਸਾਡੇ 'ਤੇ ਐਵੇਂ ਦੋਸ਼ ਲਾਈ ਜਾਂਦੇ ਰਹਿੰਦੇ ਆ ਨਹੀਂ ਅਸੀਂ ਵੀ ਐਵੇਂ ਗਿੜੇ ਦੇ ਕੇ ਮੁੜਿਆ ਜੀ ਹੁਣ ਕਈਆਂ ਨੇ ਤਾਂ ਯਾਤਰਾ ਪਤਾ ਕੀ ਬਣਾ ਲਈ ਪਿਕਨਿਕ ਹੀ ਬਣਾ ਲਈ ਮਾਫ਼ ਕਰਨਾ ਪਿਕਨਿਕ ਚੜ੍ਹ ਜਾਂਦੇ ਆ ਬੱਸ ਤਰ੍ਹਾਂ ਕੇ ਨਾ ਕੋਈ ਸਿੱਖਣਾ ਵੀ ਕਿੱਥੇ ਕੀ ਹੋਇਆ ਕਿੱਥੇ ਕੀ ਇਤਿਹਾਸ ਹੈ ਬਾਜ਼ਾਰਾਂ 'ਚ ਕੱਢਿਆ ਗਿਆ ਏ ਗੁਲਾਬ ਜਾਮਣਾਂ ਖਾ ਲਈਆਂ ਗੋਲ ਗੱਪੇ ਖਾ ਲਏ ਸਮੋਸੇ ਖਾਏ ਬਸ ਜਵਾਕਾਂ ਨੂੰ ਪੀਪਣੀਆਂ ਲਿਆਤੀਆਂ ਬੁਲਬਲੇ ਲਿਆਤੇ ਚਾਬੀ ਵਾਲੀਆਂ ਖੇਡਾਂ ਲਿਆਤੀਆਂ ਕਿੱਥੇ ਗਏ ਸੀ ਭੈਣੇ ਅਨੰਦਪੁਰ ਸਾਹਿਬ ਗਏ ਸੀ ਪੀਪਣੀਆਂ ਲੈਣ ਬੁਲਬਲੇ ਮਾਫ਼ ਕਰਨਾ ਹੁਣ ਕਹਿਣਾ ਪੈਂਦਾ ਨਾ ਗੱਲ ਪੀਪਣੀਆਂ ਬੁਲਬਲੇ ਲੈ ਕੇ ਮੁੜੇ ਆਉਂਦੇ ਆ ਕੋਈ ਫਿੱਕੀਆਂ ਖਿਲਾਂ ਚੱਕੀ ਫਿਰਦੇ ਆ ਵਰਤਾਉਂਦੇ ਫਿਰਦੇ ਆਂਢ ਗੁਆਂਢ ਲੈ ਦੱਸੋ ਫਿੱਕੀਆਂ ਖਿਲਾਂ ਲਿਆਉਂਦੀਆਂ ਨੇ ਪ੍ਰਸ਼ਾਦ ਲੈ ਦੇਖ ਲਓ ਕੋਲੋਂ ਹੀ ਪ੍ਰਸ਼ਾਦ ਬਣਾ ਲਏ ਆਪਦੀ ਦੱਸੋ ਇਸ ਕਰਕੇ ਇੱਦਾਂ ਨਹੀਂ ਹੁੰਦੀ ਯਾਤਰਾ ਜਾਓ ਭਾਵਨਾ ਨਾਲ ਜਾਓ ਗਾਈਡ ਨਾਲ ਲੈ ਕੇ ਜਾਓ ਕਿੱਥੇ ਕੀ ਹੋਇਆ ਕਿੱਥੇ ਕੀ ਇਤਿਹਾਸ ਹੈ ਕਿੱਥੇ ਕੀ ਵਾਪਰਿਆ ਇੱਦਾਂ ਦੇਖੋ ਫਿਰ ਦੇਖੋ ਤੁਸੀਂ ਗੱਲ ਬਣ ਫਿਰ ਜਦੋਂ ਕੋਈ ਇਤਿਹਾਸ ਆਉਂਦਾ ਸਾਰਾ ਨਕਸ਼ਾ ਸੁਰਤ ਚ ਬਣੀ ਤੁਰਿਆ ਜਾਂਦਾ ਰਹੋ ਵਿਚਾਰ ਯਾਤਰਾ ਦਾ ਸਾਨੂੰ ਢੰਗ ਦੱਸਿਆ ਹਾਂਜੀ ਆਓ ਹੁਣ ਆਪਾਂ ਸਮਝ ਰਹੇ ਸੀ ਵੀ ਤੀਰਗੜੀ ਸਥਾਨ ਤੇ ਦਸ਼ਮੇਸ਼ ਪਿਤਾ ਜੀ ਦਾ ਮੋਰਚਾ ਮੋਰਚੇ ਲੱਗ ਗਏ ਸਾਰੇ ਉਧਰੋਂ ਖਬਰ ਮਿਲ ਗਈ ਪੀਰ ਬੁੱਧੂ ਸ਼ਾਹ ਨੂੰ ਵੀ ਜਿਹੜੇ 500 ਪਠਾਨ ਭਰਤੀ ਕਰਾਏ ਸੀ ਉਹ ਗਦਾਰੀ ਕਰ ਗਏ ਬਹੁਤ ਦੁੱਖ ਹੋਇਆ ਅਕਸਰ ਜ਼ਿੰਮੇਵਾਰੀ ਉਹਨਾਂ ਦੀ ਸਿਫਾਰਿਸ਼ ਕੀਤੀ ਸੀ ਜ਼ਿੰਮੇਵਾਰੀ ਲਈ ਸੀ ਕਹਿ ਲਓ ਹੁਣ ਜਦੋਂ ਪਤਾ ਲੱਗਿਆ ਵੀ ਗਦਾਰੀ ਕਰ ਗਏ ਉਸੇ ਵੇਲੇ ਕਹਿੰਦੇ ਉਹ ਬਹੁਤ ਮਾੜਾ ਕੰਮ ਹੋਇਆ ਉਸੇ ਵੇਲੇ ਕੀ ਕੀਤਾ ਕਹਿੰਦਾ ਵੀ ਜ਼ਿੰਮੇਵਾਰੀ ਹੈ ਫਿਰ ਹੁਣ ਆਸੇ ਪਾਸੇ ਹੋਕੇ ਮਾਰੇ ਪੀਰ ਬੁੱਧੂ ਸ਼ਾਹ ਨੇ ਆਪਣੇ ਸੇਵਕਾਂ ਨੂੰ ਕਿਹਾ ਵੀ ਮਾਰੋ ਹੋਕੇ ਚੰਗੀ ਬਹੁਤ ਉੱਚੀ ਅਵਸਥਾ ਦਾ ਮਾਲਕ ਸੀ ਪੀਰ ਬੁੱਧੂ ਸ਼ਾਹ ਬਹੁਤ ਸੇਵਕ ਸੀ ਇਹਦੇ 700 ਮਰੀਜ਼ ਇਕੱਠੇ ਕਰ ਲਏ 700 ਇਤਿਹਾਸ ਦੱਸਦਾ 700 ਮਰੀਜ਼ ਦੋ ਭਾਈ ਨਾਲ ਇਹਦੇ ਪੀਰ ਬੁੱਧੂ ਸ਼ਾਹ ਦੇ ਦੋ ਪੁੱਤ
ਦੋ ਭਾਈ ਦੋ ਪੁੱਤ 700 ਮਰੀਜ਼ ਲੈ ਕੇ ਚੱਲ ਪਿਆ ਤੇਜ਼ੀ ਨਾਲ ਵੀ ਸਾਡੇ ਭਰਤੀ ਕਰਾਏ ਪਠਾਨ ਗਦਾਰੀ ਕਰਕੇ ਫੈਸਲਾ ਕਰ ਲਿਆ ਸਾਰੇ ਇਹਨਾਂ ਨੇ ਆਪਸ ਵਿੱਚ ਕਿ ਜਾ ਕੇ ਆਪਾਂ ਮੂਹਰਲੇ ਮੋਰਚੇ ਸਾਹਮਣੇ ਹੈ ਜਦੋਂ ਚੜਕੇ ਆ ਰਹੀਆਂ ਫੌਜਾਂ ਪਹਿਲਾਂ ਮੂਹਰੇ ਹੋ ਕੇ ਸ਼ਹੀਦੀਆਂ ਪਾਵਾਂਗੇ ਮਗਰੋਂ ਫੌਜ ਅੱਗੇ ਜਾ ਸਕਦੀ ਹੈ ਕਿਉਂਕਿ ਆਪਣੇ ਭਰਤੀ ਕੀਤੇ ਪਠਾਨ ਗਦਾਰੀ ਕਰਕੇ ਆਪਾਂ ਅਗਲੇ ਮੋਰਚੇ ਸਾਹਮਣੇ ਜਾ ਕੇ ਕਹਿੰਦਾ ਦੇਖੋ ਦੇਖਿਆ ਪ੍ਰੇਮ ਪਿਆਰ ਦੀ ਗੱਲ ਇੱਥੇ ਤਾਂ ਹੀ ਤਾਂ ਕਿਸੇ ਨੇ ਕਿਹਾ ਡੇਰਾ ਨਹੀਂ ਜਿੰਦੇ ਸਿਰ ਤੋਂ ਪਰੇ ਹੈ ਪਰੇ ਆਸ਼ਕ ਸਭ ਕੋਈ ਆਖੇ ਟੇਢੀ ਪਗੜੀ ਧਰ ਧਰ ਕੇ ਸਿਰੋਂ ਪਰੇ ਪ੍ਰੇਮ ਦਾ ਡੇਰਾ ਸਭ ਮੁੜ ਆਉਂਦੇ ਡਰ ਕੇ ਉਸ ਪਿਆਰੇ ਦੇ ਵੱਲ ਪਿਆਰਿਆ ਜਾਈਂਦਾ ਮਰ ਮਰ ਕੇ ਇੱਦਾਂ ਦੀਆਂ ਕਵਿਤਾਵਾਂ ਗਾਉਂਦੇ ਹੁੰਦੇ ਸੀ ਲੱਖੀ ਜੰਗਲ ਦੇ ਵਿੱਚ ਕਵੀ ਇਕੱਠੇ ਹੋਏ ਇਹ ਲੱਖੀ ਜੰਗਲ ਦੀਆਂ ਕਵਿਤਾਵਾਂ ਦੇ ਵਿੱਚੋਂ ਤੁਹਾਨੂੰ ਇੱਕ ਝਲਕ ਦਿਖਾਈ ਹੈ ਇੱਕ ਕੋਟ ਸ਼ਮੀਰ ਦਾ ਕਵੀ ਹੁੰਦਾ ਸੀ ਬਿਹਾਰੀ ਉਹ ਬੜੀਆਂ ਗਜ਼ਬ ਦੀਆਂ ਕਵਿਤਾਵਾਂ ਗਾਉਂਦਾ ਹੁੰਦਾ ਸੀ ਲੱਖੀ ਜੰਗਲ ਦੇ ਵਿੱਚ ਬੜੀਆਂ ਰੌਣਕਾਂ ਲੱਗੀਆਂ ਕੁਛ ਸਮਾਂ ਰਹੁ ਚਾ ਤਾਂ ਤੇ ਭਾਵ ਜਿਹੜਾ ਇਸ਼ਕ ਹਕੀਕੀ ਇੱਥੇ ਕਿਹੜੀ ਆਸ਼ਕੀ ਦੀ ਗੱਲ ਹੈ ਭੁੱਲ ਨਾ ਜਾਏ ਉਹ ਸੱਚੀ ਆਸ਼ਕੀ ਦੀ ਹਾਂਜੀ ਸੱਚੀ ਏਕ ਨਹੀਂ ਆਸ਼ਕੀ ਦੂਜਾ ਲੱਗਿਆ ਜਾਏ ਨਾਨਕ ਆਸ਼ਕ ਕੰਢੀਐ ਜੇ ਸੇਤੀ ਖਸਮ ਸਮਾਏ ਇੱਥੇ ਉਹ ਆਸ਼ਕ ਕਹੇ ਜਾਂਦੇ ਆ ਜਿਹੜੇ ਗੁਰੂ ਦੇ ਨਾਲ ਇੱਕਮਿਕ ਹੋਏ ਰਹਿੰਦੇ ਆ ਅੰਦਰੋਂ ਆਪਣੇ ਮਾਲਕ ਦੇ ਵਿੱਚ ਸੁਰਤ ਜੁੜੀ ਰਹਿੰਦੀ ਹੈ ਉਹ ਆਸ਼ਕ ਦੀ ਗੱਲ ਹੈ ਨਾਨਕ ਆਸ਼ਕ ਕੰਢੀਐ ਕੰਢੀਐ ਪਾ ਉਹ ਆਸ਼ਕ ਕਹੇ ਜਾਂਦੇ ਆ ਜਿਹੜੇ ਅੰਤਰਾਤਮਾ ਆਪਣੇ ਮਾਲਕ ਨਾਲ ਜੁੜੇ ਰਹਿੰਦੇ ਆ ਸੱਚੀ ਮਸਤੀ ਵਿੱਚ ਰਹਿੰਦੇ ਆ ਉਹ ਆਸ਼ਕ ਰਹੋ ਬਚਾਰ ਹੁਣ ਪੀਰ ਬੁੱਧੂ ਸ਼ਾਹ ਸੱਚੀ ਆਸ਼ਕੀ ਕਹਿੰਦਾ ਮੂਹਰਲੇ ਮੋਰਚੇ ਲਾਵਾਂਗੇ ਮੂਹਰਲੇ ਮੋਰਚੇ ਮੰਨਣੇ ਜਾ ਕੇ ਜਵਾਨੋ ਚਲੋ ਜੀ ਆ ਗਿਆ ਹੁਣ ਪੀਰ ਬੁੱਧੂ ਸ਼ਾਹ ਬਹੁਤ ਛੇਤੀ ਪਹੁੰਚ ਗਿਆ ਪਹਿਲਾਂ ਹੀ ਪਹੁੰਚ ਗਿਆ ਹਜੇ ਤੱਕ ਪਹਾੜੀਆਂ ਦੀਆਂ ਫੌਜਾਂ ਜੋ ਚੜ੍ਹ ਕੇ ਆ ਰਹੀਆਂ ਪਿੱਛੇ ਹੈ ਇਹ ਪਹਿਲਾਂ ਪਹੁੰਚ ਗਏ ਇਹਨਾਂ ਨੇ ਜਦੋਂ ਪਹੁੰਚੇ ਤੇ ਜਾ ਕੇ ਪੀਰ ਬੁੱਧੂ ਸ਼ਾਹ ਇੱਕਦਮ ਦਸ਼ਮੇਸ਼ ਪਿਤਾ ਜੀ ਕੋਲ ਹਾਜ਼ਰ ਹੋਇਆ ਪਿਆਰ ਬਹੁਤ ਹੈ ਪਰ ਅੱਜ ਘਟਨਾ ਇੱਦਾਂ ਦੀ ਵਾਪਰੀ ਕਹਿੰਦਾ ਮਹਾਰਾਜ ਬਹੁਤ ਅਫਸੋਸ ਹੈ ਮੈਨੂੰ ਦਸ਼ਮੇਸ਼ ਪਿਤਾ ਕਹਿੰਦੇ ਕੋਈ ਗੱਲ ਨਹੀਂ ਪੀਰ ਜੀ ਖੇਡਾਂ ਦੁਨਿਆਵੀ ਜਿੱਦਾਂ ਦੀ ਵਰਤੀ ਹੁੰਦੀ ਹੈ ਦੁਨਿਆਵੀ ਬੰਦਿਆਂ ਦੀ ਕਹਿੰਦਾ ਫਿਰ ਜੀ ਵੀ ਜ਼ਿੰਮੇਵਾਰੀ ਸਾਸੀ ਲਈ ਸੀ ਨਾ ਜੀ
ਜ਼ਿੰਮੇਵਾਰੀ ਲਈ ਸੀ, ਫਿਰ ਵੀ ਜ਼ਿੰਮੇਵਾਰੀ ਹੁੰਦੀ ਹੈ। ਕਹਿੰਦਾ ਫਿਰ ਮਹਾਰਾਜ ਐਂ ਕਰੋ, ਉਹ ਤਾਂ ਗਦਾਰੀ ਕਰਕੇ ਜਿਹੜੇ 500 ਭਰਤੀ ਕਰਾਏ ਸੀ, ਆਹ 700 ਮਰੀ ਇਹਦਾ ਮੇਰੇ ਦੋਨੇ ਭਾਈ ਆ, ਦੋਨੇ ਪੁੱਤ ਹਾਜ਼ਰ ਹੈ, ਤੁਸੀਂ ਇੰਨੀ ਕੁ ਹੁਣ ਮਿਹਰ ਕਰ ਦਿਓ, ਇਹਨਾਂ ਨੂੰ ਅਗਲੇ ਮੋਰਚੇ ਸਮਾ ਦਿਓ, ਗੁਰਸਿੱਖਾਂ ਨੂੰ ਕਹਿ ਦਿਓ ਵੀ ਮੋਰਚੇ ਇਹਨਾਂ ਨੂੰ ਅਗਲੇ ਦੇਣੇ ਆ, ਅਗਲੇ ਦੇਣੇ ਆ। ਗੁਰੂ ਸਾਹਿਬ ਕਹਿੰਦੇ ਚਲੋ ਜਿਵੇਂ ਤੁਹਾਡੀ ਇੱਛਾ ਹੈ, ਅਤੇ ਮੈਂ ਸੰਗੋ ਸ਼ਾਹ ਨੂੰ ਕਹਿ ਦਿੰਦਾ, ਕਿਉਂਕਿ ਸੰਗੋ ਸ਼ਾਹ ਨੂੰ ਕਮਾਂਡ ਦਿੱਤੀ ਹੋਈ ਹੈ ਮੈਦਾਨ ਵਿੱਚ। ਗੁਰੂ ਸਾਹਿਬ ਕਹਿੰਦੇ ਕੋਈ ਨਹੀਂ, ਮੈਂ ਸੰਗੋ ਸ਼ਾਹ ਨੂੰ ਕਹਿ ਦਿੰਦਾ, ਕਮਾਂਡ ਉਹਨਾਂ ਕੋਲ ਹੈ ਹੁਣ। ਗੁਰੂ ਸਾਹਿਬ ਨੇ ਫਿਰ ਕਮਾਂਡਰ ਨੂੰ ਬੁਲਾ ਕੇ ਕਹਿ ਦਿੱਤਾ ਸੰਗੋ ਸ਼ਾਹ ਨੂੰ ਵੀ ਪੀਰ ਬੁੱਧੂ ਸ਼ਾਹ ਇਹਨਾਂ ਦੀ ਇੱਛਾ ਹੈ ਅਗਲੇ ਮੋਰਚੇ ਸਾਂਭਣ ਦੀ, ਜੋ ਚੜ੍ਹ ਕੇ ਆਉਣਾ ਉਹਨਾਂ ਨੇ, ਅਤੇ ਇਹਨਾਂ ਨੂੰ ਅਗਲੇ ਮੋਰਚੇ ਦੇ ਦਿਓ, ਫਿਰ ਅਗਲੇ ਮੋਰਚੇ ਦੇ ਦਿਓ। ਲਓ ਜੀ, ਅਗਲੇ ਮੋਰਚਿਆਂ ਦੇ ਉੱਤੇ ਤੈਨਾਤ ਹੋ ਗਏ ਪੀਰ ਬੁੱਧੂ ਸ਼ਾਹ ਦੇ ਮੁਰੀਦ, ਦੋਨੇ ਭਾਈ ਅਤੇ ਪੁੱਤ ਦੋਵੇਂ ਦੇ। ਉੱਧਰ ਫਿਰ ਧੂੜ ਜੀ ਉੱਡਦੀ ਦਿਸਣੀ ਸ਼ੁਰੂ ਹੋ ਗਈ, ਭਾਵ ਵੀ ਫੌਜਾਂ ਨੇੜੇ ਹੈ। ਹੁਣ ਧੂੜ ਉੱਡਦੀ ਤੁਰੀ ਆਉਂਦੀ ਆਉਂਦੇ 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 ਨੇੜੇ ਆ ਗਈ ਧੂੜ, ਧੂੜ ਨੇੜੇ ਆਉਂਦੇ 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 ਉਹ ਦਿਸਣੇ ਵੀ ਸ਼ੁਰੂ ਹੋ ਗਏ ਵੀ ਆ ਰਹੇ ਆ, ਹਲਾ ਹਲਾ ਕਰਦੇ ਹਲਾ ਹਲਾ ਕਰਦੇ ਆ ਰਹੇ ਆ। ਗੱਲ ਮਕਾਓ ਆ ਗਏ ਚੜ੍ਹ ਕੇ ਅਤੇ ਜੰਗ ਸ਼ੁਰੂ ਹੋ ਗਿਆ, ਜੰਗ ਸ਼ੁਰੂ ਹੋ ਗਿਆ। ਜਦੋਂ ਉਹ ਜਿਹੜੇ ਪਠਾਨ ਸੀ, ਜਿਹੜੇ ਕਹਿੰਦੇ ਸੀ ਪਹਿਲੇ ਹੱਲੇ ਹੀ ਤੁਹਾਨੂੰ ਜਿਤਾ ਦਿਆਂਗੇ, ਉੱਧਰ ਤਾਂ ਕੋਈ ਹੈ ਹੀ ਨਹੀਂ, ਅਸੀਂ ਵੀ ਹੈ, ਹੰਕਾਰ ਜਿਹੜਾ ਉਹਨਾਂ ਦਾ ਸੀਗਾ, ਉਹ ਥੋੜ੍ਹਾ ਮੂਹਰੇ ਹੋ ਕੇ ਜਦੋਂ ਬੋਲਿਆ ਨਾ ਹੱਲਾ ਵੀ ਪਹਿਲੇ ਹੱਲੇ ਧੱਕ ਦਿਆਂਗੇ, ਪਿੱਛੇ ਗੱਲ ਹੀ ਕੋਈ ਨਹੀਂ, ਤਾਂ ਅੱਗੋਂ ਐਸਾ ਉਹਨਾਂ ਨੂੰ ਟਾਕਰਾ ਮਿਲਿਆ, ਇੱਦਾਂ ਰੋਕਿਆ ਕਿ ਪਹਿਲੇ ਹੱਲੇ ਦੇ ਵਿੱਚ ਹੀ ਬਹੁਤ ਪਠਾਨ ਮਾਰੇ ਗਏ। ਸੌਂ ਜਿਹੜੇ ਕਹਿੰਦੇ ਸੀ ਪਹਿਲੇ ਹੱਲੇ ਜਿੱਤ ਲਾਂਗੇ, ਉਹਨਾਂ ਦੇ ਆਪ ਦੀ ਮਾਰੇ ਗਏ ਪਹਿਲੇ ਹੱਲੇ। ਹੈਰਾਨ ਹੋ ਗਈ, ਕੀ ਗੱਲ ਬਣ ਗਈ, ਇਹ ਗੱਲ ਕੀ ਬਣ ਗਈ। ਲਓ ਜੀ, ਜਿਸ ਵੇਲੇ ਪਹਿਲੇ ਹੀ ਹੱਲੇ ਉਹਨਾਂ ਦਾ ਇੱਕ ਮੁਖੀ ਤਾਂ ਮਾਰਿਆ ਵੀ ਗਿਆ, ਮਾਰਿਆ ਵੀ ਗਿਆ ਇੱਕ ਤਾਂ ਪਹਿਲੇ ਪਹਿਲੇ ਹੱਲੇ ਹੀ ਮਰ ਗਿਆ ਤਾਂ। ਲਓ ਜਿਸ ਵੇਲੇ ਹੁਣ ਕਾਲੇ ਖਾਂ ਤਾਂ ਮਾਰਿਆ ਗਿਆ, ਭੀਖਣ ਖਾਂ ਉਹਨਾਂ ਦਾ ਜ਼ਖਮੀ ਹੋ ਗਿਆ, ਇਤਿਹਾਸ ਦੱਸਦਾ, ਅਤੇ ਉਹ ਹੈਰਾਨ ਬੜੇ ਹੋਣ ਵੀ ਇਹ ਕਿੱਦਾਂ ਦਾ ਮੁਕਾਬਲਾ, ਕਿਉਂਕਿ ਇੱਕ ਪਾਸੇ ਕੁਰਬਾਨ ਹੋਣ ਵਾਲੇ ਸੱਚੀ ਆਸ਼ਕੀ ਰੱਬੀ ਇਸ਼ਕ, ਦੂਜੇ ਪਾਸੇ ਮੁੱਲ ਦੀਆਂ ਫੌਜਾਂ ਜਾਨਾਂ ਲੁਕੋ ਕੇ ਲੜਨ ਵਾਲੀ। ਹੁਣ ਇੱਧਰ ਯਾਦ ਰੱਖਿਓ, ਭਗਾਣੀ ਦੇ ਯੁੱਧ ਵੇਲੇ ਬਹੁਤੇ ਹਥਿਆਰ ਵੀ ਨਹੀਂ ਸੀ, ਹਥਿਆਰ ਉਹਨਾਂ ਕੋਲ ਵੱਧ ਸੀ, ਗਿਣਤੀ ਵੀ ਉਹਨਾਂ ਦੀਆਂ ਫੌਜਾਂ ਦੀ ਵੱਧ ਸੀ, ਅਤੇ ਅਭਿਆਸ ਵੀ ਉਹਨਾਂ ਦੀਆਂ ਫੌਜਾਂ ਦਾ ਵੱਧ ਸੀ। ਉਸ ਸਮੇਂ ਭਗਾਣੀ ਦੇ ਯੁੱਧ ਵੇਲੇ ਇੱਧਰ ਅਭਿਆਸ ਵੀ ਘੱਟ ਸੀ, ਗੁਰਸਿੱਖਾਂ ਦੀ ਫੌਜੀਆਂ ਦੀ ਗਿਣਤੀ ਵੀ ਘੱਟ ਸੀ, ਅਤੇ ਇੱਧਰ ਹਥਿਆਰ ਵੀ ਘੱਟ ਸੀ, ਫਿਰ ਵੀ ਆਪਾਂ ਕੇ ਸੁਣਾਂਗੇ, ਫਿਰ ਵੀ ਜੰਗ ਜਿੱਤਿਆ। ਤਾਂ ਤੇ ਲਓ ਜੀ, ਜਿਸ ਵੇਲੇ ਹੁਣ ਜੰਗ ਸ਼ੁਰੂ ਹੁੰਦੇ 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 ਗੱਲ ਮਕਾਓ ਵੀ ਅਗਲੇ ਮੋਰਚਿਆਂ 'ਤੇ ਉਹਨਾਂ ਦੇ ਪਠਾਨ ਬਹੁਤ ਮਾਰੇ ਗਏ, ਪਰ ਇੱਧਰ ਪੀਰ ਬੁੱਧੂ ਸ਼ਾਹ ਦਾ ਇੱਕ ਪੁੱਤ ਸ਼ਹੀਦੀਆਂ ਪਾ ਗਿਆ, ਪੀਰ ਬੁੱਧੂ ਸ਼ਾਹ ਦਾ ਇੱਕ ਪੁੱਤ ਸ਼ਹੀਦ ਨਹੀਂ ਡੋਲਿਆ ਕੋਈ ਨਹੀਂ, ਨਹੀਂ ਹੋਰ ਹੱਲਾਸ਼ੇਰੀ ਦਿੱਤੀ, ਜੰਗ ਹੋਰ ਤੇਜ਼ ਹੋ ਗਿਆ, ਅੱਗੇ ਹੋ ਕੇ ਉਹਨਾਂ ਨੂੰ ਘੇਰਦੇ ਨੇ, ਪਿੱਛੇ ਹਟਣੀਆਂ ਸ਼ੁਰੂ ਹੋ ਗਈਆਂ ਪਹਾੜੀਆਂ ਦੀਆਂ ਫੌਜਾਂ ਨੇ, ਕਹਿੰਦੇ ਪਹਿਲੇ ਹੱਲੇ ਜਿੱਤ ਲਾਂਗੇ, ਸੋਹਣੇ ਪਿੱਛੇ ਹਟਣੀਆਂ ਸ਼ੁਰੂ ਹੋ ਗਈਆਂ, ਅੱਗੇ ਅੱਗੇ ਜਾ ਕੇ ਉਹਨਾਂ ਨੂੰ ਪਿੱਛੇ ਹਟਾਉਂਦੇ ਨੇ। ਜੰਗ ਹੁੰਦੇ ਹੁੰਦੇ ਪੀਰ ਬੁੱਧੂ ਸ਼ਾਹ ਦਾ ਇੱਕ ਪੁੱਤ ਹੋਰ ਸ਼ਹੀਦ ਹੋ ਗਿਆ, ਅਗਲੇ ਮੋਰਚਿਆਂ 'ਤੇ ਸੀ ਨਾ, ਭਾਈ ਵੀ ਸ਼ਹੀਦ ਹੋ ਗਏ, ਕਾਫੀ ਮਰੀਦ ਵੀ ਸ਼ਹੀਦ ਹੋ ਗਏ, ਪਰ ਉਹਨਾਂ ਨੂੰ ਇੱਕ ਇੰਚ ਵੀ ਅੱਗੇ ਨਹੀਂ ਵਧਣ ਦਿੱਤਾ, ਇੱਕ ਇੰਚ ਵੀ, ਇੱਕ ਵੀ ਇੰਚ ਵੀ ਨਹੀਂ ਵਧਣ ਦਿੱਤਾ ਅੱਗੇ, ਯਾਦ ਰੱਖਿਓ। ਤਾਂ ਲਓ ਜੀ, ਫਿਰ ਜੰਗ ਹੋ ਰਿਹਾ ਹੈ, ਇੱਧਰ ਬੀਰਸ ਚੜ੍ਹਦਾ ਜਾ ਰਿਹਾ ਹੈ, ਇਤਿਹਾਸ ਦੱਸਦਾ ਇੱਕ ਲਾਲ ਚੰਦ ਹਲਵਾਈ ਸੀ, ਲਾਲ ਚੰਦ ਹਲਵਾਈ ਉਹ ਦਸ਼ਮੇਸ਼ ਪਿਤਾ ਜੀ ਕੋਲ ਪਹੁੰਚ ਗਿਆ ਤੀਰਗੜੀ ਸਥਾਨ 'ਤੇ, ਕਹਿੰਦਾ ਮਹਾਰਾਜ ਮੈਨੂੰ ਵੀ ਮੈਦਾਨੇ ਜੰਗ ਵਿੱਚ ਜਾਣ ਦੀ ਆਗਿਆ ਬਖਸ਼ੋ। ਦਸ਼ਮੇਸ਼ ਪਿਤਾ ਜੀ ਕਹਿੰਦੇ ਲਾਲ ਚੰਦ ਤੂੰ ਜੰਗ ਕਰਨ ਜਾਣਦਾ, ਹਲਵਾਈ ਹੈ ਉਹ, ਕਹਿੰਦਾ ਮਹਾਰਾਜ ਕੋਈ ਨਹੀਂ ਦੱਸ ਦਿਓ ਮਾੜਾ ਜਿਹਾ, ਹੁਣ ਆਪਾਂ ਨੂੰ ਬੇਦਲੀ ਲੱਗੂ ਗੱਲ, ਉੱਥੇ ਉਹ ਅਵਸਥਾਵਾਂ ਹੋਰ ਨੇ, ਠੀਕ ਹੈ ਆਮ ਹਾਲਾਤ ਹੀ ਚੱਲਦੇ ਪਹਿਲਾਂ ਕਰਕੇ। ਕਹਿੰਦੇ ਮਹਾਰਾਜ ਸਿਖਾ ਦਿਓ, ਸਿਖਾ ਦਿਓ, ਹੁਣ ਢਾਲ ਚੱਕੀ ਫਿਰਦਾ, ਕਿਰਪਾਨ ਚੱਕੀ ਫਿਰਦਾ। ਦਸ਼ਮੇਸ਼ ਪਿਤਾ ਚੋਜੀ ਪ੍ਰੀਤ ਹੁੰਦੇ ਚੋਜ, ਕਹਿੰਦੇ ਲਾਲ ਚੰਦ ਜਦੋਂ ਕੋਈ ਵਾਰ ਕਰੇ ਨਾ ਉਦੋਂ ਢਾਲ ਅੱਗੇ ਕਰਦੀ ਦੀ ਹੁੰਦੀ ਹੈ, ਕਹਿੰਦਾ ਸਤਿ ਵਚਨ ਮਹਾਰਾਜ।
ਫਿੱਟਾ ਲੱਗੇ ਕਰ ਅਗਲੇ ਦਾ ਵਾਰ ਰੋਕ ਕੇ ਨਾ ਫੁਰਤੀ ਨਾਲ ਆਪਦਾ ਵਾਰ ਕਰ ਦੇਈਦਾ ਹੁੰਦਾ। ਕਹਿੰਦਾ ਮਹਾਰਾਜ ਇੰਨੀ ਟ੍ਰੇਨਿੰਗ ਤਾਂ ਵਾਧੂ ਹੈ ਤੋਰ ਦੋ ਖੇਤੀ ਨੇ। ਬੋਲੋ ਸਤਨਾਮ। ਅੰਦਰ ਤਾਂ ਵੀਰਾ ਕਹਿੰਦਾ ਬਸ ਜੀ ਬਹੁਤ ਆ ਜੀ, ਇੰਨਾ ਤਾਂ ਵਾਧੂ ਹੈ ਵੀ ਢਾਲ ਤੇ ਵਾਰ ਰੋਕ ਕੇ ਤੇ ਆਪਦਾ ਕਰ ਦੇਈਦਾ ਹੁੰਦਾ। ਕਹਿੰਦਾ ਮਹਾਰਾਜ ਤੋਰ ਦੇ ਬਸ ਬਹੁਤ ਹੋ ਗਿਆ ਵਾ, ਤੋਰ ਦੇ ਮੈਨੂੰ ਤਾਂ। ਉਹ ਆ ਗਿਆ ਮਦਾਨੇ ਜੰਗ ਦੇ ਇਤਿਹਾਸ ਚ ਲਿਖਿਆ, ਕਹਿੰਦੇ ਆ ਕੇ ਸਿੱਧੀ ਕਿਰਪਾਨਾ ਮਾਰੀ ਜਾਂਦਾ, ਕੱਲੇ ਨੀ ਪਤਾ ਨੀ ਕਿੰਨੇ ਵੜਦੇ ਉਸਨੇ। ਜਿਉਂ ਪੈ ਗਿਆ ਕੇ ਵੱਡੀ ਤੁਰੀ ਜਾਂਦਾ, ਵੱਡੀ ਤੁਰੀ ਦੇਖਦੀ ਨੀ ਕਿਸੇ ਪਾਸੇ, ਵੱਡੀ ਤੁਰੀ ਜਾਂਦਾ। ਹਾਂਜੀ ਲਾਲ ਚੰਦ ਹਵਾਈ ਨੀ ਵੜਦੇ ਪਤਾ ਨੀ ਕਿੰਨੇ, ਇਤਿਹਾਸ ਪੜ੍ਹ ਕੇ ਦੇਖੋ। ਫਿਰ ਇੱਕ ਹੋਰ ਦੱਸਦੇ ਨੇ ਲਾਲ ਚੰਦ ਹੀ ਇਹਦਾ ਨਾਂ ਹੈ, ਨਾਂ ਦੋਨਾਂ ਦਾ ਸੇਮ ਹੈ, ਇੱਕੋ ਹੀ ਹੈ, ਪਰ ਇਹ ਕਾਹੀ ਸੀ ਕਹਿੰਦੇ, ਇਹ ਕਾਹੀ ਸੀ। ਸੋ ਲਾਲ ਚੰਦ ਕਾਹੀ ਇਹ ਵੀ ਆ ਗਿਆ ਉੱਪਰ, ਇਹ ਵੀ ਢਾਲ ਤੇ ਕਿਰਪਾਨ ਚੱਕੀ ਫਿਰਦਾ। ਤੇ ਕਹਿੰਦਾ ਪਾਤਸ਼ਾਹ ਜੀ ਮੈਨੂੰ ਵੀ ਦਿਓ ਥਾਪੜਾ ਮਦਾਨੇ ਜੰਗ ਚ ਜਾਣ ਦਾ। ਗੁਰੂ ਸਾਹਿਬ ਨੇ ਇਹਨੂੰ ਵੀ ਮਦਾਨੇ ਜੰਗ ਚ ਜਾਣ ਦੀ ਆਗਿਆ ਦਿੱਤੀ। ਇਹ ਯਕੀਨ ਲੱਗ ਵੱਡੀ ਤੁਰਿਆ ਜਾਂਦਾ। ਹੁੰਦੇ ਹੁੰਦੇ ਨੇ ਕੀ ਹੋਇਆ, ਕਿਰਪਾਲ ਦਾਸ ਆ ਗਿਆ। ਕਿਰਪਾਲ ਦਾਸ ਘੋਟਨਾ ਚੱਕੀ ਫਿਰਦਾ, ਘੋਟਨਾ ਕੁਤਕਾ ਲਿਖਿਆ ਇਤਿਹਾਸ ਚ, ਘੋਟਨਾ ਘੋਟਨਾ ਲੈ ਕੇ ਆਇਆ। ਤੇ ਕਹਿੰਦਾ ਮੈਨੂੰ ਵੀ ਮਹਾਰਾਜ ਦਿਓ ਮਦਾਨੇ ਜੰਗ ਚ ਜਾਣ ਦੀ ਆਗਿਆ। ਕਹਿੰਦਾ ਕਿਰਪਾਲ ਦਾਸ ਤੁਸੀਂ ਕਾਹਦੇ ਨਾਲ ਲੜੋਗੇ? ਕਹਿੰਦੇ ਮਹਾਰਾਜ ਘੋਟਨਾ ਹੈਗਾ ਮੇਰੇ ਕੋਲ ਵਾਧੂ ਹੈ ਬਸ, ਆ ਕੁਤਕਾ ਹੈਗਾ ਬਸ, ਤੁਸੀਂ ਆਗਿਆ ਤਾਂ ਦਿਓ ਬਸ। ਜਿਸ ਵੇਲੇ ਲਓ ਜੀ ਕਿਹਾ ਤਾਂ ਉਸ ਵੇਲੇ ਕੀ ਹੋਇਆ, ਗੁਰੂ ਸਾਹਿਬ ਕਹਿੰਦੇ ਠੀਕ ਹੈ, ਕਿਰਪਾਲ ਦਾਸ ਵੀ ਹੁਣ ਘੋੜੇ ਤੇ ਸਵਾਰ ਹੋ ਕੇ ਘੋਟਨਾ ਚੱਕੀ ਫਿਰਦਾ ਆ ਗਿਆ ਮੈਦਾਨੇ ਜੰਗ ਚ ਆ ਗਿਆ। ਜਦੋਂ ਆਇਆ ਕਿਉਂਕਿ ਵੀ ਇੱਧਰੋਂ ਗਏ ਸੀ ਪਠਾਨ ਜਾਣ ਦੀ ਹੈ, ਹੁਣ ਉਹਨਾਂ ਵਿੱਚੋਂ ਨਾ ਇੱਕ ਹਯਾਤ ਖਾਂ ਉਹਦਾ ਨਾਂ ਜਿਹੜਾ ਮੁਖੀ ਸੀ ਉਹਨਾਂ ਦਾ, ਉਹ ਆ ਗਿਆ ਕਿਰਪਾਲ ਦਾਸ ਕੋਲੇ ਆਪਦੀ ਆਕੜ ਜੀ ਚ। ਕਹਿੰਦਾ ਤੂੰ ਕਾਹਨੂੰ ਇੱਥੇ ਆ ਗਿਆ ਮੈਦਾਨੇ ਜੰਗ ਵਿੱਚ, ਤੂੰ ਕਾਹਨੂੰ ਇੱਥੇ ਆ ਗਿਆ, ਕਿਉਂ ਜਾਈ ਮੌਤ ਮਰਦਾ ਮੁੜ ਜਾ ਹਜੇ ਵੀ, ਤੇਰਾ ਇੱਥੇ ਜੰਗਜੂ ਲੋਕਾਂ ਚ ਕੀ ਕੰਮ ਹੈ ਤੇਰਾ ਇੱਥੇ, ਤੂੰ ਤਾਂ ਮੁੜ ਜਾ ਇੱਥੇ। ਤੇ ਚੱਕੀ ਫਿਰਦਾ ਘੋਟਨਾ ਕੀ ਕਰੇਗਾ ਇਹਦੇ ਨਾਲ ਤੂੰ, ਤੂੰ ਇੰਨਾ ਕਿਹਾ। ਕਿਰਪਾਲ ਦਾਸ ਕਹਿੰਦਾ ਗਦਾਰਾ ਤੁਸੀਂ ਵੀ ਬੋਲਣ ਨੂੰ ਮਰਦੇ ਹੋ, ਤੁਸੀਂ ਵੀ ਬੋਲਣ ਨੂੰ ਮਰਦੇ ਹੋ, ਗੁਰੂ ਦਰ ਦਾ ਲੂਣ ਖਾ ਕੇ ਹਰਾਮ ਕਰਕੇ ਗਦਾਰੀ ਕਰਿਆ ਏ, ਜਿਹੜੇ ਕਹਿੰਦੇ ਸੀ ਘਰੇ ਜਾਵਾਂਗੇ ਆ ਕੇ ਇਹਨਾਂ ਨਾਲ ਰਲ ਕੇ। ਕਹਿੰਦੇ ਫਿਰ ਤੂੰ ਆ ਜਾ, ਕਿਰਪਾਲ ਦਾਸ ਤੂੰ ਹੀ ਆ ਜਾ। ਕਹਿੰਦਾ ਹੁਣ ਹਯਾਤ ਖਾਂ ਨੂੰ ਕੀ ਸੀ ਵੀ ਮੇਰੇ ਕੋਲੇ ਪਿਤਾ ਪੁਰਖੀ ਅਭਿਆਸ ਸੀ, ਪਿਤਾ ਪੁਰਖੀ ਜੰਗਜੂ ਹੁੰਦੇ ਹੈ, ਇਹ ਕੀ ਕਰੂ, ਇਹਨੂੰ ਤਾਂ ਪਤਾ ਹੀ ਕੁਛ ਨੀ, ਆਕੜੀ ਚ ਮੂਹਰੇ ਹੋ ਗਿਆ ਕੀ ਕਰੂ ਇਹ। ਜਦੋਂ ਮੂਹਰੇ ਹੋਇਆ ਤੇ ਲੱਗਿਆ ਵਾਰ ਕਰਨ, ਤੇ ਕਿਰਪਾਲ ਦਾਸ ਨੇ ਕਹਿੰਦੇ ਘੋਟਨਾ ਅੱਗੇ ਕਰਤਾ, ਐਸਾ ਵਾਰ ਉਹਦਾ ਲੱਗਿਆ ਘੋਟਨੇ ਤੇ ਉਹਦੀ ਤਲਵਾਰ ਟੁੱਟ ਗਈ, ਲੱਗਿਆ ਭੱਜਣ। ਕਹਿੰਦੇ ਹੁਣ ਨੀ ਭੱਜਣ ਦਿੰਦਾ, ਰਕਾਬਾਂ ਦੇ ਉੱਤੇ ਖੜੇ ਹੋ ਕੇ ਕਿਰਪਾਲ ਦਾਸ ਨੇ ਕਹਿੰਦੇ ਐਸਾ ਘੋਟਨਾ ਮਾਰਿਆ ਹਯਾਤ ਖਾਂ ਦਾ, ਨਾਲ ਘੋਟਨੇ ਦੇ ਮਿੱਜ ਕੱਢ ਦਿੱਤੀ ਖਾਣ ਦੀ, ਨਾਲ ਘੋਟਨੇ ਦੇ ਮਿੱਜ ਕੱਢ ਦਿੱਤੀ ਖਾਣ ਦੀ, ਨਾਲ ਘੋਟਨੇ ਦੇ ਮਿੱਜ ਕੱਢ ਦਿੱਤੀ ਖਾਣ ਦੀ, ਨਾਲ ਘੋਟਣੀ ਦੇ ਮਿੱਜ ਕੱਢ ਦਿੱਤੀ ਖਾਣ ਦੀ, ਨਾਲ ਘੋਟਣੀ ਦੇ ਕਿਰਪਾਲ ਦਾਸ ਨੇ ਹਯਾਤ ਖਾਂ ਦੇ ਸਿਰ ਵਿੱਚ ਇਹੋ ਜਿਹਾ ਘੋਟਨਾ ਮਾਰਿਆ, ਕਹਿੰਦੇ ਮਿੱਝ ਐ ਕੱਢਤੀ ਜਿਵੇਂ ਕਹਿੰਦੇ ਕਈ ਵਾਰ ਜ਼ਿਮੀਂਦਾਰ ਹੁੰਦਾ ਨਾ, ਦੁਪਹਿਰੇ ਵੱਟ ਤੇ ਬੈਠਾ ਭੁੱਖ ਜੀ ਲੱਗੀ ਆ, ਪ੍ਰਸ਼ਾਦਾ ਆਇਆ ਨੀ, ਤੇ ਮੁੱਕੀ ਮਾਰ ਕੇ ਹਦਵਾਣਾ ਭੰਨ ਲੈਂਦਾ, ਹਦਵਾਣਾ ਕਹਿੰਦੇ ਏਦਾਂ ਸਿਰ ਦੀ ਮਿੱਝ ਕੱਢਤੀ ਹਯਾਤ ਖਾਂ ਕਿਰਪਾਲ ਦਾਸ ਦੇ ਹੱਥੋਂ ਹੀ ਮਾਰਿਆ ਗਿਆ।
देखो जो मुखी कहा पठाना का बड़ा अपने आप जरनैल कहा जंगी अभ्यासा का महर कहा अपने आप ना पिता पुरखी बहादुर होंगे जी पिछों तो लैके साडे दादे पड़दादे लड़ते रहे हैं। कृपाल दास ने मिज कढ़ती जो हयात खां कृपाल दास के हथों मारिया गया तो होर वीर चढ़ गया हूँ तो होर हौस वह पिछे हटते तुरे जाते हैं। हूँ इधर गुरु की फौजा पीर बुद्धू शाह ने मेरी बिच ही है गुरु की फौजा ने याद रखे होर वीर चढ़ गया होर अगे होकर टक्कर दे पिछे हूँ पिछे हटने शुरू हो गए जो कहते हैं पहले हले लै लाँगे इन्हों पिछे हटते तुरे जाते हैं पैर उन्होंने खिसकना शुरू हो गया खिसकना एदा जिस वेले हो रहा है तो पता नहीं एक ने किन्ने किन्ने सौदा लाता किन्निया पिछों तो याद रखियो भी लाल चंद हवाई वर्गियां तो लाल चंद घाही वर्गियां तो कृपाल दास वर्गियां तो हयात खां मरवा दिता तो लाल चंद घाही वर्ग ने पता नहीं किन्निया बढ़ दिता किन्ने ही मार दते। हुण मदाने जंग विच एक आ कौतक वरत रहा खेड़ा चिड़िया तो बाज तोड़ाए कलंगिया बाले ने 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 कृपाल दास लाल चंद घाही लाल चंद हवाई अर्गिया ने किन्ने किन्ने मारते चिड़िया तो बाद चढ़ाए दफा अखीर नूं गल मकाओ जी संखेप करा हुण जंग हुंदे 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 संगो शाह का मुकाबला हो गया उन्हां दा पठाणा दे खोर सीगा मुखी नजाफत खां इहदे नाल मुकाबला होया तां पूरा गहगा च मुकाबला होया ते दोनों वालों ऐसे सांझे वार होए कि नजावत खां भी संगो शाह के हथों मारिया गया पर नजावत खां का भी कोई ऐसा वार आया कि संगो शाह भी शहीदियां पा गया। हुण भगाणी दी जरूरत दा कमांडर दशमेश पिता जी की भूआ का जेठा पुत संगो शाह शहीदियां पा चुके हैं शहीदियां पा गया तां ते लो जी इस वेले शहीदियां पा गया संगो शाह ता दशमेश पिता जी एकदम घोड़े ते सवार होके तीरकड़ी स्थान तो उतर के सच्ची सरकार मैदाने जंग विच आ चुके है ते कमांड हुण दशमेश पिता ने अपने हथी ले ली। हुण याद रखिए हुण कमांड अपने हथी लै चुके ने दशमेश पिता मैदाने जंग विच उतरिया है सरकार उत्थों जिस वेले दशमेश पिता आप आ गए मैदाने जंग विच हुण वीर रस्ता पहले ही बड़ा है ते हुण तां फिर तुसीं की पुछदे हो आप कमांड ले लिया अपने हथी एकदम पै गए फिर तो टुट के गुरसिख पता नहीं किन्ने पहाड़ियों के राजे मारे गए दो चार मारे गए उन्होंने दूजे पिछे हटते फौजा बड़िया मारिया गई जो पहाड़ियों फौजा भी बहुत मारिया गई गुरसिख पै गए टुट के पिछे हटते तुरे जाते हैं पिछे हटते तुरे जाते हैं तो इन्हें कि राजा से हरिचंद ना सुनिया तुम वो अगे जी आके कहिंदा मेरे पिता नूं आपां जी आपस विच ही दो हथ करके एवें होर मामां दे पुत्तां नूं मरवाउणे आ गुरु साहिब कहिंदे वाह सूरमिया मैं तां आप ही चाहुणा है आ गए बाकी रुक के चलो जिस वेले आमणे सामणे आए दशमेश पिता जी कहिंदे कर फिर वार कर वार क्योंकि ना किसे चढ़ के जांदे ने ना पहला वार कीता जांदा है किड्डे वड्डे असूल ने गुरु दर दे गुरु साहब कहिंदे हरिचंद तेरे चित्त च ना रह जाए वार कर ला पहला कर ला वार चित्त च ना आए तेरे
इतिहास दसद भी हरिचंद ने तीर चलाया घोड़े की काठी विच लग्या। गुरु साहब कहिंदे तैनूं इक मौका होर दित्ता हरिचंद, मन च ना रहि तेरे, होर कर ला। दूजा तीर उन्हें छड्डिया, इतिहास दसदा दशमेश पिता जी दे कन्न नूं छू के लंघ गया, कोल दी छू छूकदा लंघ गया। गुरु साहब कहिंदे लै तीजा तैनूं आखरी मौका इक होर दित्ता, आखरी है लै हुण फिर रंग जोर हुण पूरा ला ला। तीजा मौका दिता हरिचंद ने तीर छड़िया ते दशमेश पिता जी की पेटी विच लग्या, एवें ममूली जा लग्या पेट विच, एवें खून का तुपका निकलिया माड़ा जी, बस ज्यादा नहीं। लो जी जिस वेले दशमेश पिता जी कहिंदे हरिचंद अफसोस, तेरे उस्ताद ने तैनू तीर चंगी तरह चलाउणा नहीं सिखाया। वह हरिचंद तीर आए नहीं चलाईदा हुंदा, तीर तो आए चलाईदा हुंदा है, इदा तीर छड्या हरिचंद ते जिवें हरिचंद नूं तीर चलाउणा सिखाउंदे हुंदे आ, पहले ही तीर दे नाल हरिचंद लोटनिया खा गया, हरिचंद लोटनी खा गया। जिस वे लोटनी खा गया ना, ये पहले ही पैर तो उखड़े पए सी इन्हां दे, क्योंकि पहाड़ियां दीआं बहुत फौजां मारियां जा चुकियां, पठान साहब मारे जा चुके है। हरिचंद दे मरन की देर सी, उस वेले भीम चंद बाकी वचदियां सारियां पहाड़ियां फौजां नूं लैके उस वेले ओ केड़ा झले बई गुरां दीआं चाला छड्ड के मदान भज गए, केड़ा झले बई गुरां दीआं चाला छड्ड के मदान भज गए, केड़ा झले बई गुरां दीआं चाला छड्ड के मदान भज गए, चले वही गुरां दियां चालां नूं छड्ड के मदान भज गए। पहाड़िए मैदान छड के भज गए, हुण मैदान सिंघां दे गुरसिखां दे कह लो हथ रहा। जदों सवेले गुरसिख लगे उन्हां दा पिछा करन, दशमेश पिता कहिंदे खबरदार ये चढ़ के आए आपां माण तान करता, हुण भजे जांदे ने भज जाण दिओ, तुसीं की कराउणा, तुसीं की कराउणा, असूल बहुत वड्डे इस दर दे, भजे जांदे जाण दिओ, पिछे नहीं जाणा। लो जी इदां भज के सब छड के मैदान, बाद विच फिर जख्मी गुरसिखां दा इलाज होया, संभाल हुई, वलम पट्टी हुई, जो शहीदियां पा चुके ने उन्हां दे संस्कार होए, जां जिन्हां नूं दफनाउणा सी ओह दफनाए गए। तां उस तों बाद दशमेश पिता जी अपनी मौज विच बैठे केसां नूं कंघा करन लग पए, केसां नूं कंघा करदे करदे दशमेश पिता जी कहण लगे पीर बुद्धू शाह नूं बुलाओ। भज के जाके गुरसिख पीर बुद्धू शाह नूं बुला के लेके आए वी तुहानूं बुलाउंदे ने गुरु साहब। पीर बुद्धू शाह आ गया, जिहदे दो पुत दो भाई किन्ने मरीद शहीद हो चुके है। जदों आया उस वेले दशमेश पिता जी कहिंदे ਪੀਰ ਜੀ ਤੁਹਾਡੀ ਕੁਰਬਾਨੀ ਤੇ ਤਾਂ ਬੜਾ ਖੁਸ਼ ਹੈ, ਪਤਾ ਲੱਗਿਆ ਵੀ ਤੁਹਾਡੇ ਦੋ ਪੁੱਤ ਸ਼ਹੀਦ ਹੋ ਗਏ, ਦੋ ਭਾਈ ਸ਼ਹੀਦ ਹੋ ਗਏ, ਕਿੰਨੇ ਮੁਰੀਦ ਸ਼ਹੀਦ ਹੋ ਗਏ। ਤੇ ਜਦੋਂ ਕਿਹਾ ਕਹਿੰਦੇ ਫਿਰ ਮੰਗੋ ਕੀ ਮੰਗਣਾ ਹੈ। ਪੀਰ ਬੁੱਧੂ ਸ਼ਾਹ ਕਹਿੰਦਾ ਪਾਤਸ਼ਾਹ ਮੰਗਣਾ ਤਾਂ ਕੀ ਹੈ, ਬਸ ਨਿਭ ਜਾਵੇ ਜਿਹੜੀ ਲੱਗੀ ਹੈ, ਜਿਹੜੀ ਲੱਗੀ ਹੈ ਨਾ ਬਸ ਇਹ ਓਟ ਨਿਭ ਜੇ। ਜਿਸ ਵੇਲੇ ਇੰਨਾ ਕਿਹਾ ਦਸ਼ਮੇਸ਼ ਪਿਤਾ ਜੀ ਕਹਿੰਦੇ ਚਲੋ ਪਿਆਰ ਦੇ ਵਿੱਚ ਹੀ ਕੁਛ ਮੰਗ ਲਓ, ਪਿਆਰ ਦੀ ਮੰਗੀ ਕੋਈ ਮੰਗ ਲਓ। ਕਹਿੰਦਾ ਜੀ ਫਿਰ ਪਿਆਰ ਦੀ ਮੰਗ ਤੁਸੀਂ ਕਹਿੰਦੇ ਹੋ ਤਾਂ ਇੱਦਾਂ ਕਰੋ ਫਿਰ ਮੈਨੂੰ ਪਿਆਰ ਦੀ ਨਿਸ਼ਾਨੀ ਬਖਸ਼ ਦਿਓ।
ਗੁਰੂ ਸਾਹਿਬ ਕਹਿੰਦੇ ਨਿਸ਼ਾਨੀ ਕੀ ਦੇਈ ਉਹ ਵੀ ਮੰਗ ਲਾ। ਕਹਿੰਦਾ ਜੀ ਫਿਰ ਇੱਦਾਂ ਕਰੋ, ਆਪ ਤਾਂ ਨਾ ਸੀਸ ਵਾਲਾ ਕੰਘਾ, ਜੋ ਕੰਘਾ ਕਰਦੇ ਵਿੱਚ ਕੁਝ ਪਵਿੱਤਰ ਰੋਮ ਆ ਗਏ, ਇਹ ਕੰਘਾ ਮੈਨੂੰ ਰੋਮਾਂ ਸਮੇਤ ਬਖਸ਼ ਦਿਓ, ਰੋਮਾਂ ਸਮੇਤ ਮੈਨੂੰ ਕੰਘਾ ਬਖਸ਼ ਦਿਓ। ਜਦੋਂ ਇੰਨਾ ਕਿਹਾ ਦਸਮੇਸ਼ ਪਿਤਾ ਨੇ ਗੁਰਸਿੱਖ ਨੂੰ ਇਸ਼ਾਰਾ ਕੀਤਾ, ਭਾਵ ਹੋਰ ਕੰਘਾ ਲਿਆਉਣ ਦਾ ਵੀ, ਸਾਨੂੰ ਹੋਰ ਕੰਘਾ ਲਿਆ ਦੇ, ਚਲੋ ਹੋਰ ਕੰਘਾ ਲਿਆ ਦਿੱਤਾ। ਗੁਰੂ ਸਾਹਿਬ ਜੀ ਨੇ ਉਹ ਕੰਘਾ ਰੱਖ ਲਿਆ ਅਤੇ ਇਹ ਜਿਹੜਾ ਰੋਮਾਂ ਸਮੇਤ ਕੰਘਾ ਸੀ, ਦਸਮੇਸ਼ ਪਿਤਾ ਜੀ ਨੇ ਜੋ ਸਰਾਣੀ ਦਸਤਾਰ ਪਈ ਸੀ, ਕੋਈ ਕੰਘਾ ਕਰ ਰਹੇ ਸੀ ਨਾ, ਦਸਤਾਰ ਦੀਆਂ ਬਰਾਬਰ ਤਹਿ ਲਾ ਲਈ, ਬਰਾਬਰ ਤਹਿ ਲਾ ਕੇ ਦਸਤਾਰ ਨੂੰ ਵਿਚਾਲਿਓਂ ਫਾੜ ਲਿਆ, ਬਰਾਬਰ ਦੀ ਤਹਿ ਅੱਧੋ ਅੱਧੀ ਫਾੜ ਕੇ ਅੱਧਾ ਹਿੱਸਾ ਰੱਖ ਲਿਆ, ਅੱਧੇ ਹਿੱਸੇ ਦੀ ਤਹਿ ਲਾ ਕੇ ਉੱਤੇ ਰੋਮਾਲਾ ਕੰਘਾ ਰੱਖ ਕੇ ਕਹਿੰਦੇ ਪੀਰ ਬੁੱਧੂ ਸ਼ਾਹ, ਆਹ ਰੋਮਾਂ ਸਮੇਤ ਕੰਘਾ ਤੂੰ ਮੰਗਿਆ ਸੀ ਅਤੇ ਆਹ ਤੈਨੂੰ, ਆਮ ਲੋਕੀ ਤਾਂ ਦੁਨੀਆਂ ਦੇ ਵਿੱਚ ਨਾ ਪਿਆਰ ਦੇ ਵਿੱਚ ਪੱਗ ਵਟਾਉਂਦੇ ਹੈ, ਦਸਤਾਰ ਵਟਾਉਂਦੇ ਹੈ, ਪਰ ਪੀਰ ਬੁੱਧੂ ਸ਼ਾਹ ਪਿਆਰ ਨਾਲ ਮੈਂ ਤੇਰੇ ਨਾਲ ਦਸਤਾਰ ਸਾਂਝੀ ਕਰਦਾ, ਅੱਧੀ ਦਸਤਾਰ ਮੇਰੀ ਅੱਧੀ ਤੇਰੀ, ਬੋਲੋ ਸਤਨਾਮ। ਕਹਿੰਦੇ ਮੈਂ ਸਾਂਝੀ ਕਰਦਾ, ਇਹ ਆਪਣੇ ਵੱਲੋਂ ਮੈਂ ਸਾਂਝੀ ਕਰਦਾ ਅਤੇ ਰੋਮਾਂ ਸਮੇਤ ਕੰਘਾ ਤੂੰ ਮੰਗਿਆ, ਕੰਘਾ ਤੂੰ ਮੰਗਿਆ। ਸੋ ਉਹ ਕੰਘਾ ਫਿਰ ਰੋਮਾਂ ਸਮੇਤ ਉਹ ਅੱਧੀ ਦਸਤਾਰ ਦੀ ਤਹਿ ਲਾ ਕੇ ਉਹਦੇ ਉੱਪਰ ਰੋਮਾਂ ਸਮੇਤ ਕੰਘਾ ਰੱਖ ਕੇ ਪੀਰ ਬੁੱਧੂ ਸ਼ਾਹ ਨੂੰ ਦੇ ਦਿੱਤਾ। ਪੀਰ ਬੁੱਧੂ ਸ਼ਾਹ ਵੀ ਕਿੰਨਾ ਪਿਆਰ ਵਾਲਾ, ਫਿਰ ਪਿਆਰੇ ਦੀ ਬਖਸ਼ਿਸ਼ ਨੂੰ ਚੰਦਨ ਦੀ ਚੌਂਕੀ 'ਤੇ ਰੱਖ ਕੇ ਉੱਪਰ ਸੋਹਣਾ ਕੱਪੜਾ ਪਾ ਕੇ ਸੀਸ 'ਤੇ ਰੱਖ ਕੇ ਲੈ ਕੇ ਆਇਆ ਸੀ, ਸੰਨੌਰੇ ਸੀਸ 'ਤੇ ਰੱਖ ਕੇ ਲੈ ਕੇ ਸੰਨੌਰੇ ਆਇਆ ਸੀ। ਹਾਂਜੀ, ਅਤੇ ਜਦੋਂ ਆਏ, ਜਦੋਂ ਪਤਾ ਲੱਗਿਆ ਪੀਰ ਬੁੱਧੂ ਸ਼ਾਹ ਆ ਰਿਹਾ, ਆਮ ਲੋਕ ਇਕੱਠੇ ਹੋ ਗਏ, ਆਮ ਜਿਹਨਾਂ ਨੂੰ ਇਸ ਮਾਰਗ ਦਾ ਬਹੁਤਾ ਨਹੀਂ ਪਤਾ, ਉਹ ਜਦੋਂ ਲੰਘੇ ਜਾਣ ਨਾ ਕੋਲ ਦੀ, ਉਹ ਗੱਲਾਂ ਜੀਆਂ ਕਰਨ ਆਪਸ ਵਿੱਚ, ਜਿਵੇਂ ਗਾਣੇ 'ਚ ਗੱਲ ਨਹੀਂ ਕਰਦੇ ਹੁੰਦੇ, ਇੱਕ ਦੂਜੇ ਨੂੰ ਬੋਲਿਆ ਸੁਣਾ ਕੇ ਤਾਂ ਜਾਣ ਕੇ, ਕਹਿੰਦੇ ਆਏ ਸੁਣਿਆ ਪੀਰ ਬੁੱਧੂ ਸ਼ਾਹ ਦੇ ਦੋ ਪੁੱਤ ਸ਼ਹੀਦ ਹੋ ਗਏ, ਦੋ ਭਾਈ ਸ਼ਹੀਦ ਹੋ ਗਏ, ਮਰੀਦ ਵੀ ਸ਼ਹੀਦ ਹੋ ਗਏ ਕਈ। ਉਹ ਦੂਜਾ ਕਹਿੰਦਾ ਹਾਂ ਮੈਂ ਵੀ ਸੁਣਿਆ। ਤੀਜਾ ਕਹਿੰਦਾ ਫਿਰ ਤਾਂ ਵਾਹਵਾ ਕੋਈ ਨਾਮ ਮਿਲਿਆ ਹੋਊ, ਦੁਨੀਆਂ ਦੀਆਂ ਗੱਲਾਂ ਵਾਹਵਾ ਨਾਮ। ਇੱਕ ਵਿੱਚੋਂ ਕਹਿੰਦਾ ਆਏ ਸੁਣਦੇ ਹਾਂ, ਐਂ ਸੁਣਦੇ ਮੈਂ ਸੀਸ 'ਤੇ ਰੱਖ ਕੇ ਵੀ ਕੰਘਾ ਦਿੱਤਾ, ਕਹਿੰਦੇ ਐਂ ਸੁਣਦੇ ਆਮ ਲੋਕ ਕੰਘਾ ਦਿੱਤਾ, ਕਹਿੰਦੇ ਵਿੱਚ ਰੋਮ ਵੀ ਹੈ, ਵਿੱਚੋਂ ਕੋਈ ਬੋਲੇ ਨਾ ਕੰਘਾ, ਇਹ ਤਾਂ ਬਾਜ਼ਾਰ ਦੇ ਵਿੱਚੋਂ 5-7 ਰੁਪਈਆਂ ਦਾ, ਉਹਨਾਂ ਸਮੇਂ ਦੇ ਮੁਤਾਬਕ ਕਹਿ ਲਓ ਵੀ 1-2 ਦਾ ਜੋ ਵੀ ਯੂਨਿਟ, ਵੀ ਇਹ ਤਾਂ ਕਹਿੰਦੀ ਥੋੜ੍ਹੇ ਜਿਹੇ ਪੈਸਿਆਂ ਦਾ, ਕਹਿ ਲਓ ਥੋੜ੍ਹੇ ਪੈਸਿਆਂ ਦਾ, ਕਿ ਉਹਨਾਂ ਨੂੰ ਪਤਾ ਨਹੀਂ ਨਾ ਵੀ ਬਾਜ਼ਾਰੋਂ ਕੰਘਾ ਨਹੀਂ, ਸਿੱਧਕ ਵਾਲਿਆਂ ਨੂੰ ਪਤਾ ਨਹੀਂ ਹੁੰਦਾ ਨਾ ਉਹ ਹਰ ਗੱਲ ਨੂੰ ਬਾਜ਼ਾਰ ਨਾਲ ਤੋਲਦੇ ਆ ਨਾ, ਉਹਨੂੰ ਕੀ ਜਾਣਦੇ ਇਹਨਾਂ ਗੱਲਾਂ ਨੂੰ, ਵੀ ਪਿਆਰੇ ਦੀ ਨਿਸ਼ਾਨੀ ਦਾ ਕੋਈ ਮੁੱਲ ਨਹੀਂ ਹੁੰਦਾ। ਅੱਜ ਵੀ ਚਲੋ ਗੱਲ ਬਣੀ ਹੋਈ ਹੈ ਗਿਫਟ ਤੋਂ ਤਾਂ ਪ੍ਰਾਈਸ ਲਾ ਦਿੱਤਾ ਜਾਂਦਾ ਹੈ, ਹਾਂਜੀ ਪ੍ਰਾਈਸ ਦੀਆਂ ਖੇਡਾਂ ਥੋੜ੍ਹਾ ਹੁੰਦੀਆਂ। ਤਾਂ ਤੇ ਉਹ ਗੱਲਾਂ ਕਰਨ ਕਹਿੰਦੇ ਕੰਘਾ, ਰੋਮ ਵਿੱਚ ਪੀਰ ਬੁੱਧੂ ਸ਼ਾਹ ਦੇ ਕੰਨੀ ਗੱਲ ਪਈ, ਉਹ ਕਹਿੰਦਾ ਗੱਲ ਸੁਣ ਲਓ ਬੇਸਿੱਧ, ਕਿਉਂ ਤੁਹਾਨੂੰ ਨਹੀਂ ਪਤਾ ਲੱਗਣਾ ਕੀ ਖੇਡਾ ਇਹ, ਤੁਹਾਨੂੰ ਮੈਂ ਦੱਸਦਾ ਮੈਂ ਕੀ ਲੈ ਕੇ ਆਇਆ। ਕਹਿੰਦਾ ਮੈਂ ਆਪਣੇ ਬਾਲ ਵਾਰ ਕੇ, ਬਾਲ ਬੱਬੇ ਨੂੰ ਕੰਨਾਂ ਵਾਲਾ, ਕਹਿੰਦਾ ਮੈਂ ਆਪਣੇ ਬਾਲ ਵਾਰ ਕੇ ਦਸਮੇਸ਼ ਪਿਤਾ ਜੀ ਦੇ ਵਾਲ ਲੈ ਕੇ ਆਇਆ। ਬੋਲੋ ਸਤਨਾਮ, ਬਾਲਾਂ ਵੱਟੇ ਵਾਲ ਲੈ ਕੇ ਆਇਆ ਮੈਂ, ਤੁਹਾਨੂੰ ਨਹੀਂ ਪਤਾ। ਜਿਵੇਂ ਭਾਈ ਨੰਦ ਲਾਲ ਕਹਿੰਦੇ ਨੇ, ਯਕ ਦੋ ਆਲਮ ਕੀਮਤੇ, ਯਕ ਤਾਰ ਮੂਹੇ ਯਾਰ ਮੂਹ, ਮੇਰੇ ਪਿਆਰੇ ਦੇ, ਮੇਰੇ ਪਿਆਰੇ ਦੇ ਕਰੋਮ ਦੀ ਕੀਮਤ ਦੋ ਜਹਾਨ, ਭਾਈ ਨੰਦ ਲਾਲ। ਦੋ ਆਲਮ ਕੀਮਤੇ, ਯਕ ਤਾਰ ਮੂਹੇ ਯਾਰ ਮੂਹ, ਮੂਹੇ ਕਹਿੰਦੇ ਨਾ ਵਾਲਾਂ ਨੂੰ, ਕੇਸਾਂ ਨੂੰ ਮੂਹੇ। ਅਤੇ ਜਿਸ ਵੇਲੇ ਹਾਂਜੀ, ਅਤੇ ਵਿੱਚ ਜੋ ਘਰੇ ਪਹੁੰਚੇ ਪੀਰ ਬੁੱਧੂ ਸ਼ਾਹ, ਆਮ ਲੋਕ ਦੁਨਿਆਵੀ ਗੱਲਾਂ ਵੀ, ਬਹੁਤ ਅਫਸੋਸ ਹੋਇਆ, ਤੇਰੇ ਪੁੱਤ ਚੜ੍ਹਾਈ ਕਰਕੇ, ਤੇਰੇ ਭਾਈ ਚੜ੍ਹਾਈ ਕਰਕੇ, ਕਹਿੰਦੇ ਨਾ ਐਂ ਨਾ ਕਹੋ, ਐਂ ਨਾ ਕਹੋ, ਹੋਰ ਕੀ ਕਹੀਏ, ਹੋਰ ਕੀ ਕਹੀਏ। ਪੀਰ ਬੁੱਧੂ ਸ਼ਾਹ ਕਹਿੰਦਾ ਉਹ ਨਾ ਮੂਹੇ ਸਾਧ ਹੀ ਜਿਉਂਦੇ ਜੀਵਨ ਲਾਹਾ ਲੈ ਗਏ ਨੇ, ਉਹ ਨਾ ਮੂਹੇ ਸਾਧ ਹੀ ਜਿਉਂਦੇ ਜੀਵਨ ਲਾਹਾ ਲੈ ਗਏ ਨੇ, ਉਹ ਨਾ ਮੂਹੇ ਸਾਧ ਹੀ ਜਿਉਂਦੇ ਜੀਵਨ ਲਾਹਾ ਲੈ ਗਏ ਨੇ, ਉਹ ਨਾ ਮੂਹੇ ਸਾਧ ਹੀ ਜਿਉਂਦੇ ਜੀਵਨ ਲਾਹਾ ਲੈ ਗਏ।
ਪੰਗਾਣੀ ਦਾ ਯੁੱਧ ਜੋ ਇਤਿਹਾਸਕ ਵਿਚਾਰ ਆਪਾਂ ਕੀਤੀ ਹੈ। ਸਮਾਂ ਕਾਫੀ ਲੰਘ ਗਿਆ, ਹੁਣ ਸਮਾਂ ਹੈ ਵੀ ਨਹੀਂ 5-7 ਮਿੰਟਾਂ 'ਚ। ਮੈਂ ਥੋੜ੍ਹਾ ਕਰੰਟ ਅਫੇਅਰ ਦੇ ਉੱਤੇ ਗੱਲ ਕਰਦੇ ਹਾਂ। ਵੈਸੇ ਤੁਹਾਨੂੰ ਪਤਾ ਹੁਣ ਪੰਜਾਬ ਤਾਂ ਮਾਫ਼ ਕਰਨਾ ਖੁਸ਼ੀ ਦੀ ਗੱਲ ਨਹੀਂ, ਕੋਈ ਅਫਸੋਸ ਦੀ ਵੀ, ਧਰਨਿਆਂ ਦਾ ਸੂਬਾ ਜੀ ਬਣ ਚੁੱਕਿਆ, ਧਰਨਿਆਂ ਦਾ ਸੂਬਾ ਹੀ ਬਣ ਗਿਆ। ਤੁਹਾਡੇ ਕੋਲ ਹੀ ਦੇਖੋ ਹਜੇ ਤੱਕ ਮੇਰਾ ਖਿਆਲ ਇਹ ਜੀਰਾ ਫੈਕਟਰੀ ਦਾ ਧਰਨਾ ਵੀ ਨਿਬੜਿਆ ਨਹੀਂ ਕਿ ਨਿਬੜ ਗਿਆ, ਪਤਾ ਤੁਹਾਨੂੰ? ਨਿਬੜਿਆ ਨਹੀਂ, ਹੈ ਨਾ? ਨੋਟੀਫਿਕੇਸ਼ਨ ਨਹੀਂ ਜਾਰੀ ਹੋਇਆ, ਪੜ੍ਹਿਆ ਸੀ ਕੱਲ੍ਹ ਅਖਬਾਰ 'ਚ। ਚਲੋ ਇਹ ਨੋਟੀਫਿਕੇਸ਼ਨ ਕਿਵੇਂ ਆਉਣਾ? ਵੈਸੇ ਤਾਣੀ ਉਲਝੀ ਦੱਸਦੀ ਹੈ ਕਾਨੂੰਨੀ ਮਾਹਰ, ਕਿਉਂਕਿ ਆਬਕਾਰੀ ਵਿਭਾਗ ਉਹਨਾਂ ਕੋਲ ਕਹਿੰਦੇ ਕੋਈ ਹੁਕਮ ਨਹੀਂ, ਜਾਂ ਤਾਂ ਉਹ ਰੱਦ ਕਰ ਸਕਦੇ ਲਾਇਸੈਂਸ, ਜਾਂ ਫਿਰ ਪ੍ਰਦੂਸ਼ਣ ਕੰਟਰੋਲ ਬੋਰਡ, ਉਹਨਾਂ ਕੋਲ ਕੁਛ ਨਹੀਂ। ਚਲੋ ਇਹ ਕੀ ਹੁੰਦਾ ਅਜੇ ਨਹੀਂ ਪਤਾ, ਅਜੇ ਨਹੀਂ ਪਤਾ। ਇਹ ਵੀ ਕਾਨੂੰਨੀ ਅੜਚਣ ਦੇ ਵਿੱਚ ਹੈ, ਕੋਈ ਗੱਲ ਕਾਨੂੰਨੀ ਅੜਚਣ ਵਿੱਚ ਹੈ। ਚਲੋ ਇਹ ਵੀ ਇਲਾਕੇ ਦਾ ਜੋ ਹੋਇਆ ਨੁਕਸਾਨ, ਭਰਪਾਈ ਤਾਂ ਚਲੋ ਕਰਨੀ ਬਣਦੀ ਹੈ, ਫੈਕਟਰੀਆਂ ਨੂੰ ਵੀ ਬਣਦੀ ਹੈ। ਫਿਰ ਆਪਾਂ ਨੂੰ ਪਤਾ ਹੈ ਕਿਵੇਂ ਇੱਥੇ ਘੱਟ ਗਿਣਤੀਆਂ ਨਾਲ ਧੱਕਾ ਹੋ ਰਿਹਾ, ਦੂਜੇ ਦਰਜੇ ਦੇ ਸ਼ਹਿਰ ਹੀ ਇੱਥੇ ਸਮਝਿਆ ਜਾ ਰਿਹਾ। ਹਕੀਕਤ ਇਹ ਕੋਈ ਅਸੀਂ ਆਪਣੇ ਕੋਲੋਂ ਨਹੀਂ ਕਹਿੰਦੇ। ਆਹ ਦੇਖੋ ਹੁਣ ਆਪਾਂ ਸੁਣਨ 'ਚ ਆਇਆ ਵੀ ਪਰੋਲ ਫੇਰ ਦੇ ਤੀ ਉਹਨੂੰ, ਇੱਕ ਕਾਤਲ ਬਲਾਤਕਾਰੀ ਹੋਣੀ, ਇਦੋਂ ਵੱਡੇ ਅਪਰਾਧ ਹੋਣਗੇ ਕੋਈ? ਕਤਲ ਬਲਾਤਕਾਰ, ਹਾਲੇ ਤੱਕ ਇੱਕ ਕੇਸ ਪੈਣ ਗਿਆ ਇਹਦਾ, ਜੋ ਆਪਦੇ ਚੇਲਿਆਂ ਨੂੰ ਨਪੁੰਸਕ ਬਣਾਉਣ ਵਾਲਾ, ਉਹਦਾ ਹਾਲੇ ਪੈਣ ਗਿਆ। ਅਤੇ ਫਿਰ ਮੌੜ ਬੰਬ ਧਮਾਕਾ ਇਹਨਾਂ ਨੇ ਕੀਤਾ, ਦੇਖੋ ਕਿੰਨੇ। ਫਿਰ ਬੇਅਦਬੀ ਵਾਲੇ ਇਹਨਾਂ ਦੇ ਭਗੌੜੇ ਹੈ, ਸਰਕਾਰ ਫੜ ਨਹੀਂ ਰਹੀ। ਬੇਅਦਬੀ ਦੇ ਭਗੌੜੇ ਹੈ ਜਿਹੜੇ ਹਰਸ਼ ਧੂਰੀ ਵਰਗੇ, ਪ੍ਰਦੀਪ ਫਲੇਰ ਵਰਗੇ, ਇਹ ਭਗੌੜੇ ਇਹਨਾਂ ਨੂੰ ਫੜ, ਜਿਹੜੇ ਬਠਿੰਡੇ ਆਪਣਾ ਮੌੜ ਮੰਡੀ ਬੰਬ ਕਾਟ ਦੇ ਭਗੌੜੇ ਆ, ਉਹ ਵੀ ਨਹੀਂ ਫੜ ਰਹੇ, ਕਿਉਂਕਿ ਡੇਰੇ ਵਾਲੇ ਦੇ ਚੇਲੇ ਆ ਨਾ। ਸਿੱਖ ਤਾਂ ਭਾਵੇਂ ਦੋਸ਼ੀ ਨਾ ਹੋਵੇ, ਸ਼ੱਕੀ ਹੋਵੇ, ਪਤਾ ਨਹੀਂ ਕਿੱਥੋਂ ਕਿੱਥੋਂ ਚੱਕ ਲਿਆਉਂਦੇ ਆ। ਹੁਣ ਡੇਰੇ ਦੇ ਚੇਲੇ ਨਾ ਤਾਂ ਲੱਭਦੇ, ਨਾ ਬੇਅਦਬੀ ਵਾਲੇ ਲੱਭਦੇ, ਇਹਨਾਂ ਨੂੰ ਕਿੱਧਰ ਭਗੌੜੇ ਹੋ ਗਏ, ਨਾ ਹੀ ਇਹਨਾਂ ਨੂੰ ਮੌੜ ਬੰਬ ਕਰਨ ਵਾਲੇ ਲੱਭਦੇ, ਅਤੇ ਇਹਨੂੰ ਪ੍ਰੋਬਲਮ ਦੇਈ ਜਾਂਦੇ ਆ। ਅਤੇ ਉਹ ਬਸ਼ਰਮ ਲੀਡਰ ਜਿਹੜੇ ਉਹ ਤੋਂ ਜਾ ਕੇ ਆਸ਼ੀਰਵਾਦਾਂ ਭਾਲਦੇ ਆ, ਕਾਤਲ ਬਾਤ ਕਰਨ ਤੋਂ ਆਸ਼ੀਰਵਾਦ ਲੱਭਦੇ, ਕਿੱਡੇ ਬੇਸ਼ਰਮ ਹੁੰਦੇ ਲੀਡਰ, ਕਿੱਡੇ ਬੇਸ਼ਰਮ ਲੀਡਰ, ਕਾਤਲ ਬਾਤ ਕਰਕੇ ਇਹਨੂੰ ਆਸ਼ੀਰਵਾਦ ਦੇਊਗਾ। ਕਮਾਲ ਹੋ ਗਈ, ਕਮਾਲ ਹੋ ਗਈ, ਕਿੰਨੀ ਹੈਰਾਨੀ ਦੀ ਗੱਲ ਦੇਖੋ। ਸੋ ਇਹਨਾਂ ਦੇ ਜਿਹੜੇ ਭਗੌੜੇ ਆ, ਇਹਨਾਂ ਸਰਕਾਰਾਂ ਨੂੰ ਫੜਨੇ ਚਾਹੀਦੇ ਆ, ਕਿਉਂਕਿ ਡੇਰਾਵਾਦ ਅੱਤਵਾਦ ਹੈ ਨਾ ਇਹ। ਉੱਥੋਂ ਬੰਬ ਬਲਾਸਟ ਕਰਨ ਵਾਸਤੇ ਗੱਡੀ ਤਿਆਰ ਹੋ ਕੇ ਆਈ ਸੀ ਨਾ ਸਾਸੀ ਡੇਰੇ 'ਚੋਂ, ਇਹਨਾਂ ਨੇ ਫਿਰ ਉਦੋਂ ਕਿੰਨਾ, ਤੁਹਾਨੂੰ ਪਤਾ ਇਹਦੀ ਗ੍ਰਿਫਤਾਰੀ ਵੇਲੇ ਪੰਚਕੂਲੇ ਕਿਵੇਂ ਅਗਜਾਨੀ ਕੀਤੀ ਸਾਰੇ ਪੰਜਾਬ 'ਚ। ਡੇਰਿਆਂ 'ਚੋਂ ਕੋਈ ਨਿਕਲਿਆ ਸੀ ਇਹਨਾਂ ਦੇ, ਡੇਰਿਆਂ 'ਚੋਂ ਕੀ ਨਿਕਲਿਆ ਸੀ? ਮਿਰਚਾਂ ਦੇ ਪਾਊਡਰ, ਪੈਟਰੋਲ ਬੰਬ ਦੀਆਂ ਬੋਤਲਾਂ, ਇਹੋ ਜਿਹਾ ਕੁਛ ਹੀ ਹੋਣਾ ਨਾ, ਦੇਖੋ। ਹਾਂਜੀ, ਸੋ ਇੱਦਾਂ ਜਿਹੜਾ ਇਹ ਅੱਤਵਾਦੀ ਮਹਿਕਮਾ ਹੈ, ਤਾਂ ਇਹਨਾਂ ਨੂੰ ਕੰਟਰੋਲ ਕਰਨਾ ਚਾਹੀਦਾ। ਕਈ ਤਾਂ ਅੱਤਵਾਦੀ ਭਗੌੜੇ ਹੈ ਇਹਨਾਂ ਦੇ, ਅੱਤਵਾਦੀ ਕਹਾਂਗੇ ਨਾ, ਬੇਅਦਬੀ ਵਾਲੇ ਭਗੌੜੇ, ਜਿਹੜੇ ਬੰਬ ਬਲਾਸਟ ਦੇ ਭਗੌੜੇ, ਇਹ ਸਰਸੇ ਸੌਦੇ ਸਾਹ ਦੇ ਚੇਲੇ ਜਿਹੜੇ ਅੱਤਵਾਦੀ ਭਗੌੜੇ ਆ, ਇਹਨਾਂ ਨੂੰ ਫੜਨਾ ਚਾਹੀਦਾ। ਸੋ ਲੀਡਰ ਨੂੰ ਵੀ ਮਾੜੀ ਸ਼ਰਮ ਮੰਨਣੀ ਚਾਹੀਦੀ ਹੈ, ਬਹੁਤ ਗਲਤ ਸੰਦੇਸ਼ ਹੈ ਜਿਹੜਾ ਜਾ ਰਿਹਾ ਸਮਾਜ ਵਿੱਚ, ਘੱਟ ਗਿਣਤੀਆਂ ਦੇ ਵਿੱਚ ਬੇਗਾਨਗੀ ਦਾ ਸਾਹ ਅਜਿਹਾ ਕਰਾਇਆ ਜਾ ਰਿਹਾ, ਰਹੋ ਵਿਚਾਰ। ਫਿਰ ਦੂਸਰਾ ਤੁਹਾਨੂੰ ਪਤਾ ਹੈ ਬੰਦੀ ਸਿੰਘ, ਦੇਖੋ ਵਾਰ ਵਾਰ ਸਾਰੇ ਕਹਿੰਦੇ ਨੇ, ਅੱਜ ਤੱਕ ਦੇਖੋ ਉਹ ਰਿਹਾ ਨਹੀਂ ਕੀਤੇ ਜਾ ਰਹੇ, ਕਿੱਡੇ ਕਿੱਡੇ ਅਪਰਾਧੀ ਛੱਡ ਚੁੱਕੇ ਆ। ਯਾਦ ਕਰਾ ਦਿੰਦੇ, ਤੁਸੀਂ ਵਾਰ ਵਾਰ ਸੁਣਦੇ, ਬਿਲਕਸ ਬਾਨੋ ਜੀ ਇੱਕ, ਜਿਹਦੇ ਪਰਿਵਾਰ ਦੇ ਕਿੰਨੇ ਮੈਂਬਰ ਖਤਮ ਕੀਤੇ ਉਹਨਾਂ ਗੁੰਡਿਆਂ ਨੇ, ਉਸ ਬੀਬੀ ਨਾਲ ਬਲਾਤਕਾਰ ਹੋਇਆ, ਉਹਦੇ ਪੇਟ 'ਚ ਬੱਚਾ ਸੀ ਉਹ ਮਾਰਿਆ ਗਿਆ, 3 ਸਾਲ ਦਾ ਬੱਚਾ ਉਹ ਮਾਰਿਆ, ਉਹਨਾਂ ਨੂੰ ਦੇਖੋ ਰਿਹਾ ਕਰ ਦਿੱਤਾ ਗਿਆ, ਗੁਜਰਾਤ ਵਿੱਚ ਰਿਹਾ ਕਰਤਾ ਉਹਨਾਂ ਨੂੰ, ਕਿੱਡੇ ਅਪਰਾਧੀ ਦੇਖ ਲਓ। ਅਤੇ ਫਿਰ ਇੱਥੇ ਕਸ਼ੌਰੀ ਵਿਚੜ ਹੁੰਦਾ ਸੀ ਕਿ ਦਿੱਲੀ, 20 ਤੋਂ ਵੱਧ ਸਿੱਖ ਉਹਨੇ ਮਾਰੇ ਸੀ, ਉਹ ਵੀ ਕਹਿੰਦੇ ਤਾਂ ਜੇਲ੍ਹ ਦੇ ਵਿੱਚ ਕਹਿੰਦੇ ਤਾਂ ਵਧੀਆ ਵਰਤਾਓ ਹੈ, ਇੰਨਾ ਕਹਿ ਕੇ ਉਹ ਵੀ ਦੇਖ ਲਓ। ਅਤੇ ਗੁਰਸਿੱਖਾਂ ਬਾਰੇ
ਰਿਪੋਰਟਾਂ ਦੇ ਦਿੰਦੇ ਇੱਥੋਂ ਦੇ ਪ੍ਰਸ਼ਾਸਨ ਵਾਲੇ ਕਿ ਇਹਦੇ ਵਾਲੇ ਕਿ ਡੀਸੀ ਵਾਲੇ ਬਾਹਰ ਆ ਗਏ ਜੀ ਮਾਹੌਲ ਖਰਾਬ ਹੋ ਸਕਦਾ ਇੱਦਾਂ ਦੇਖ ਲਓ ਜਦਕਿ ਉਹ ਮਾਹੌਲ ਖਰਾਬ ਕਰਨ ਵਾਲੇ ਸਿੰਘ ਨਹੀਂ ਉਹ ਵੀ ਉਹਨਾਂ ਨੇ ਉਦੋਂ ਕੀਤਾ ਕਾਰਾ ਜਦੋਂ ਕਿ ਕੇ ਪੀ ਗਿੱਲ ਅਤੇ ਬੇਅੰਤ ਦੀ ਜੁੰਡਲੀ ਨੇ ਇੱਥੇ ਕਤਲੇਆਮ ਮਚਾਇਆ ਹੋਇਆ ਸੀ ਉਸ ਕਤਲੇਆਮ ਨੂੰ ਰੋਕਣ ਵਾਸਤੇ ਉਸ ਹਿੰਸਾ ਨੂੰ ਰੋਕਣ ਵਾਸਤੇ ਉਹ ਗੈਰ ਕਾਨੂੰਨੀ ਹਿੰਸਾ ਰੋਕਣ ਵਾਸਤੇ ਇਹਨਾਂ ਨੇ ਟੀਮ ਬਣਾ ਕੇ ਕੰਮ ਕੀਤਾ ਪਰ ਚਲੋ ਉਹਦੇ ਮੁਤਾਬਕ ਵੀ ਜੋ ਸਜ਼ਾ ਹੋਈ ਉਹ ਪੂਰੀ ਹੋ ਚੁੱਕੀ ਹੈ ਚਲੋ ਤੁਹਾਡੇ ਮੁਤਾਬਕ ਹੀ ਕਹਿ ਲਓ ਤੁਹਾਡੇ ਕਾਨੂੰਨਾਂ ਮੁਤਾਬਕ ਇਹਦੇ ਵਾਸਤੇ ਤੁਹਾਨੂੰ ਪਤਾ ਫਿਰ ਕੌਮੀ ਇਨਸਾਫ ਮੋਰਚਾ ਵੀ ਲੱਗ ਚੁੱਕਿਆ ਚੰਡੀਗੜ੍ਹ ਅਤੇ ਦੂਜਾ ਆਪਣੇ ਕੋਲ ਹੀ ਮੋਰਚਾ ਚੱਲੀ ਜਾਂਦਾ ਹੈ ਬਹਿਬਲ ਕਲਾਂ 13 ਮਹੀਨੇ ਹੋ ਗਏ ਬੈਠੇ ਨੂੰ ਸੁਖਰਾਜ ਸਿੰਘ ਹੋਰਾਂ ਨੂੰ ਸੋ ਨੇੜੇ ਨੇੜੇ ਵਾਲੇ ਕੋਸ਼ਿਸ਼ ਕਰੋ ਇੱਥੇ ਵੀ ਜਿਵੇਂ ਜਿਵੇਂ ਤੂੰ ਜਾ ਸਕੋ ਕੋਲ ਉੱਧਰ ਚੰਡੀਗੜ੍ਹ ਵਾਲੇ ਵੀ ਪਹਿਲਾਂ ਵੀ ਨੇੜੇ ਨੇੜੇ ਵਾਲੇ ਚਲੋ ਕੋਸ਼ਿਸ਼ ਕਰੋ ਦੂਰ ਵਾਲੇ ਵੀ ਚਲੋ ਆਪਾਂ ਬਣਾਉਂਦੇ ਹਾਂ ਕੋਈ ਪ੍ਰੋਗਰਾਮ ਸੋ ਇਹ ਮੌਕਾ ਹੈ ਹੁਣ ਕਹਿਣ ਦਾ ਭਾਵ ਵੀ ਸਾਨੂੰ ਰਹਿਣਾ ਤਾਂ ਸਦੀ ਇਕੱਠੇ ਹੀ ਹੁੰਦਾ ਹੈ ਪਰ ਹੁਣ ਥੋੜ੍ਹਾ ਜ਼ਿਆਦਾ ਨਾਲ ਚੁੱਕਿਆ ਕਹੀ ਤਾਂ ਸਾਰੇ ਹੀ ਜਾਂਦੇ ਨੇ ਸੋ ਸੁਚੇਤ ਹੋਈਏ ਥੋੜ੍ਹਾ ਅਤੇ ਇਹ ਥੋੜ੍ਹਾ ਮੋਰਚਿਆਂ ਨੂੰ ਤੇਜ਼ ਕਰੀਏ ਤਾਂ ਕਿ ਜਿਹੜੀਆਂ ਸਾਡੀਆਂ ਮੰਗਾਂ ਜਾਇਜ਼ ਮੰਗਾਂ ਨੇ ਉਹ ਜਲਦ ਤੋਂ ਜਲਦੀ ਪੂਰੀਆਂ ਹੋ ਸਕਣ ਅਤੇ ਇੱਕ ਨੂੰ ਤਾਂ ਤੁਰੰਤ ਹੀ ਛੱਡਿਆ ਜਾ ਸਕਦਾ ਦਵਿੰਦਰ ਬਾਲ ਸਿੰਘ ਭੁੱਲਰ ਨੂੰ ਕਿਉਂਕਿ ਉਹ ਤਾਂ ਕੇਜਰੀਵਾਲ ਸਰਕਾਰ ਦੇ ਕੋਲ ਹੈ ਨਾ ਜਦੋਂ ਤਾਂ ਵਿਦੇਸ਼ੀ ਲੋਕਾਂ ਤੋਂ ਪੈਸੇ ਇਕੱਠੇ ਕਰਨੇ ਸੀ ਉਦੋਂ ਤਾਂ ਭੁੱਲਰ ਦੀਆਂ ਗੱਲਾਂ ਕਰਦਾ ਰਿਹਾ ਕੇਜਰੀਵਾਲ ਸੁਪਰੀਮ ਕੋਰਟ ਨੂੰ ਚਿੱਠੀ ਲਿਖਦਾ ਰਿਹਾ ਹਾਂਜੀ ਅਤੇ ਉਹ ਸਾਰੇ ਕੰਮ ਹੋ ਗਏ ਹੁਣ ਇਹਨਾਂ ਦਾ ਸੈਂਟੈਂਸ ਰਿਵਿਊ ਬੋਰਡ ਵੀ ਮੀਟਿੰਗ ਨਹੀਂ ਸੱਦ ਰਿਹਾ ਮੀਟਿੰਗ ਨਹੀਂ ਸੱਦ ਰਿਹਾ ਵੀ ਤਾਂ ਕਿ ਬਹੁਗਿਣਤੀ ਦੇ ਵੋਟਾਂ ਟੁੱਟ ਜਾਣ ਨਾ ਵੋਟਾਂ ਟੁੱਟ ਜਾਣ ਹੁਣ ਤਾਂ ਕਿ ਆਹ ਦੋਗਲੀਆਂ ਨੀਤੀਆਂ ਇਹਨਾਂ ਲੋਕਾਂ ਦੀਆਂ ਕੇਜਰੀਵਾਲ ਸਰਕਾਰ ਵੀ ਕੇਜਰੀਵਾਲ ਸਰਕਾਰ ਮੈਂ ਕਿਉਂ ਕਹਿਣਾ ਸਮਝ ਕੇ ਤੁਸੀਂ ਭਗਵੰਤ ਮਾਨ ਸਰਕਾਰ ਕਿਉਂ ਨਹੀਂ ਕਿਹਾ ਬਸ ਠੀਕ ਹੈ ਸਮਝੇ ਜਿਹੜੇ ਕਹਿੰਦੇ ਸੱਥਾਂ ਦੇ ਵਿੱਚ ਚੱਲਣੀ ਹੈ ਚੰਡੀਗੜ੍ਹ ਤੋਂ ਚਲਾ ਲਓ ਦਿੱਲੀ ਦੀ ਵਜ੍ਹਾ ਨਗਰ ਸੁਧਾਰ ਟਰੱਸਟ ਵਾਲੇ ਵੀ ਕਹਿੰਦੇ ਉੱਥੋਂ ਲਿਸਟ ਬਣ ਕੇ ਆਈ ਸੀ ਅਖਬਾਰ 'ਚ ਖਬਰ ਪੜ੍ਹੀ ਮੈਂ ਇੱਕ ਤਰਨ ਤਾਰਨ ਕਹਿੰਦੇ ਵਰਨ ਕੁਮਾਰ ਉਹ ਕਹਿੰਦੇ ਇਲਾਕੇ ਲੋਕਾਂ ਨੂੰ ਪਤਾ ਨਹੀਂ ਵੀ ਕੌਣ ਹੈ ਹੋਰ ਹੀ ਕਿਸੇ ਇਲਾਕੇ ਲਿਸਟ ਕਿਤੋਂ ਹੋਰ ਆਉਂਦੀ ਹੈ ਸੱਚੀਆਂ ਕਹਿਣੀਆਂ ਪੈਂਦੀਆਂ ਅਸੀਂ ਭਗਤ ਨਹੀਂ ਕਿਸੇ ਦੇ ਅਸੀਂ ਤਾਂ ਸੱਚੋ ਸੱਚ ਬਿਆਨ ਕਰਨਾ ਕਿਤੇ ਮਰਜ਼ੀ ਲੱਗ ਜੇ ਨਾ ਅਸੀਂ ਕਿਸੇ ਦਾ ਪੱਖਪਾਤ ਕੀਤਾ ਨਾ ਕਿਸੇ ਦਾ ਵਿਰੋਧ ਕੀਤਾ ਕਦੇ ਹੁਣ ਗਲਤ ਹੈ ਗਲਤ ਕਹਿ ਰਹੇ ਨੇ ਗਲਤ ਨੂੰ ਗਲਤ ਹੀ ਕਿਹਾ ਜਾਣਾ ਅਸੀਂ ਗੁਰੂ ਦੇ ਸਿੱਖ ਹਾਂ ਨਾ ਕਿ ਕਿਸੇ ਦੇ ਭਗਤ ਕਿਸੇ ਪਾਰਟੀ ਦੇ ਭਗਤ ਨਹੀਂ ਅਸੀਂ ਪਤੀ ਵੇਖ ਦੋ ਸਾਨੂੰ ਹਾਂਜੀ ਇਹ ਨਹੀਂ ਵੀ ਕਿਸੇ ਸੋਚੋ ਵੀ ਕਿਸੇ ਦੇ ਭਗਤ ਬਣ ਗਏ ਅਸੀਂ ਕਿਸੇ ਵੇਲੇ ਕੇਜਰੀਵਾਲ ਸਾਡੇ ਕੋਲ ਆ ਗਿਆ ਸੀ ਤਾਂ ਅਸੀਂ ਭਗਤ ਬਣ ਗਏ ਕਿਸੇ ਦੇ ਨਾ ਨਾ ਉਦੋਂ ਉੱਦਾਂ ਦਾ ਸੀ ਉਦੋਂ ਹਾਲਾਤ ਉੱਦਾਂ ਦੇ ਸੀ ਵੱਖਰਾ ਵਿਸ਼ਾ ਇਸ ਕਰਕੇ ਸਰਕਾਰਾਂ ਤੱਕ ਇਹ ਗੱਲ ਪਹੁੰਚ ਗਈ ਲੈਬ ਵੀ ਚੱਲ ਰਿਹਾ ਅੱਗੇ ਹੀ ਪਹੁੰਚਣੀ ਹੈ ਇੰਟੈਲੀਜੈਂਸੀ ਵਾਲੇ ਸਾਰਾ ਹੁੰਦਾ ਹੀ ਹੈ ਸਾਰਾ ਕੋਈ ਨਾ ਕੋਈ ਡੈਰੀ ਭੇਜਦਾ ਹੀ ਹੁੰਦਾ ਇਸ ਕਰਕੇ ਇਹ ਕੁਝ ਸਰਕਾਰ ਨੂੰ ਬੜਾ ਧਿਆਨ 'ਚ ਰੱਖਣਾ ਚਾਹੀਦਾ ਛੇਤੀ ਤੋਂ ਛੇਤੀ ਇਹਨਾਂ ਜੋ ਮਸਲੇ ਆ ਇਹਨਾਂ ਦੇ ਨਿਆਂ ਸਾਨੂੰ ਮਿਲਣੇ ਚਾਹੀਦੇ ਆ ਅਤੇ ਜੋ ਅੱਜ ਕਹਿਣ ਦਾ ਭਾਵ ਆ ਸੌਦਾ ਸਾਧ ਜਾਂ ਹੋ ਰਹੇ ਜਾਂ ਉਹਨੂੰ ਕੰਟਰੋਲ ਰੱਖਣਾ ਚਾਹੀਦਾ ਉਹਨਾਂ ਧੀਆਂ ਨਾਲ ਵੀ ਕਿੰਨਾ ਧੱਕਾ ਹੈ ਇਹਨੂੰ ਪਰੋਲ ਦੇ ਕੇ ਜਿਨ੍ਹਾਂ ਨੇ ਜਾਨ ਤਲੀ ਦੇ ਧਰ ਕੇ ਗਵਾਹੀ ਦੇ ਕੇ ਇਹਦੇ ਪਰਚਾ ਦਰਜ ਕਰਾ ਕੇ ਇਹਨੂੰ ਕੈਦ ਕਰਾਇਆ ਨਹੀਂ ਕਿਹੜਾ ਸੌਖਾ ਸੀ ਉਹ ਧੀਆਂ ਜਿਨ੍ਹਾਂ ਨੇ ਕਮਾਲ ਕਰਤੀ ਦੇਖੋ ਉਹਨਾਂ ਨਾਲ ਵੀ ਉਹਨਾਂ ਨੂੰ ਮਾਨਸਿਕ ਪੀੜਾ ਦੇਣੀ ਹੈ ਨਾ ਇੱਕ ਤਰ੍ਹਾਂ ਦਾ ਉਹਨਾਂ ਦੇ ਮਨ ਕਿੰਨਾ ਦੁਖੀ ਹੁੰਦਾ ਹੋ ਹਾਂਜੀ ਅਤੇ ਅਦਾਲਤਾਂ ਦੇ ਫੈਸਲੇ ਫਿਰ ਅਸੀਂ ਦੇ ਜਾਂਦੀਆਂ ਪਰੋਲਾਂ ਇੱਦੀ ਕੱਢੀ ਜਾਣੇ ਸੋਚੋ ਚਲੋ ਇਹਨਾਂ ਬਾਰੇ ਕਹਿੰਦੇ ਨਿਯਮ ਦੇ ਮੁਤਾਬਕ ਹੀ ਹੋਇਆ ਅਤੇ ਗੁਰਸਿੱਖਾਂ ਬਾਰੇ ਨਿਯਮ ਪਤਾ ਨਹੀਂ ਕਿੱਥੇ ਜਾਂਦੇ ਆ ਉਦੋਂ ਨਿਯਮ ਹੋਰ ਤਰ੍ਹਾਂ ਦੇ ਹੋ ਜਾਂਦੇ ਨੇ ਇਸ ਕਰਕੇ ਇਹ ਸੀ ਜੀ ਸੁਚੇਤ ਹੋਈਏ ਜਾਗੀਏ ਜੋ ਕੁਝ ਮਾਹੌਲ ਵਰਤ ਰਿਹਾ ਹੈ ਤਾਂ ਤੇ ਆਪਾਂ ਨੂੰ ਬਹੁਤ ਸੁਚੇਤ ਅਤੇ ਤਕੜੇ ਹੋਣ ਦੀ ਲੋੜ ਹੈ ਇੱਥੋਂ ਤੱਕ ਕੁਝ ਭਖ ਦੇ ਮਸਲਿਆਂ 'ਤੇ ਆਪਾਂ ਗੱਲ ਕੀਤੀ ਹੈ ਛੇ ਪੌੜੀਆਂ ਆਨੰਦ ਸਾਹਿਬ ਪੜ੍ਹ ਸਮਾਪਤ ਰਾਮ ਕਲੀ ਮਹਿਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੀਤੀ ਮਨ ਬੱਜੀਆਂ ਬਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵੋ ਹਰੀ ਕੀਰਾ ਮਨ ਜਿਨੀ ਸਤਿਗੁਰੂ ਮੈਂ ਪਾਇਆ
सब सुवाना सब नगला समरथ स्वामी सो क्यों मनो विसारे कहे नानक मन मेरी सदा रहो कर है जिस दी सो पावे सदा सिफत सलाह तेरी नाम मन बसावे नाम जिनके मन वसिया बची शब्द कनी नानक सच्चे साहेब क्या नाही कर तेरे सच्चा नाम मेरा दारू सच नाम तार मेरा जीण पप्पा सब गवाइया शांत सुख मन आए वसिया जिन इच्छा सब पुजाइया सदा कुर्बान किता गुरु विट तो जिस दियाँ ही वटियाइया शब्द चित कर सपाके बाहर सपाके शब्द वाजे कड़ा जित कर तारिया पंच दूत तुद बस कीती काल कंटक मारिया और कर्म पाया तुद जिन कौ से नाम हर कहलाके रहे नानक तह सुख हो जानी सुनते पुनी कहते कवित सत गुर रहे पार पूरे गणवंत नानक गुर चरण लगी बची अण अद तूरे वाहिगुरु जी का खालसा वाहिगुरु जी की फतेह।